ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਕਸੈਸਰੀ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ ਆਪਾਂ ਲਗਾਤਾਰ ਪਿਛਲੇ 15-20 ਦਿਨਾਂ ਤੋਂ ਇਹ ਆਪਣੇ YouTube ਤੇ ਦੋ ਸੀਰੀਜ਼ ਪੈਰਲਲ ਚਲਾ ਰਹੇ ਹਾਂਗੇ ਜਿਹਦੇ ਵਿੱਚ 12 ਵਜੇ ਤੁਸੀਂ GS ਦੇ ਸਬਜੈਕਟਸ ਦੇਖਦੇ ਹੋ GS ਦੇ ਆਪਣੇ ਵੱਖੋ ਵੱਖਰੇ ਸਬਜੈਕਟਸ ਪੰਜਾਬ ਜੀ ਕੇ ਹਿਸਟਰੀ ਜੀਓਗ੍ਰਾਫੀ ਤੇ ਨਾਲ ਕਰੰਟ ਅਫੇਅਰ ਤੇ ਸਟੈਟਿਕ ਜੋ ਅੱਜਕਲ੍ਹ ਪੰਜਾਬ ਦੇ ਪੇਪਰਾਂ 'ਚ ਪੁੱਛੇ ਜਾ ਰਹੇ ਨੇ 12 ਵਜੇ ਉਹ ਸੀਰੀਜ਼ ਚੱਲ ਰਹੀ ਆ ਉਦੇ ਨਾਲ 3 ਵਜੇ ਦੂਜੀ ਪੈਰਲਲ ਸੀਰੀਜ਼ ਚਲਾਈ ਸੀ ਜਿਹਦੇ ਵਿੱਚ ਮੈਥ ਰੀਜ਼ਨਿੰਗ ਤੇ ਇੰਗਲਿਸ਼ ਦੇ ਸਬਜੈਕਟਸ ਨੇ ਤਾਂ ਅਕੋਰਡਿੰਗਲੀ ਤੁਸੀਂ ਆਪਣੀ ਤਿਆਰੀ ਦੇ ਹਿਸਾਬ ਨਾਲ 12 ਵਜੇ ਵਾਲੀ ਸੀਰੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ 3 ਵਜੇ ਵਾਲੀ ਸੀਰੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਤਾਂ 3 ਵਜੇ ਆਪਣੀ ਇਹ ਮੈਥ ਦੀ ਚੌਥੀ ਕਲਾਸ ਦੋ ਕਲਾਸ ਆਪਾਂ ਪਿਛਲੇ ਹਫਤੇ ਦੇਖੇ ਨੇ ਦੋ ਕਲਾਸਾਂ ਇਸ ਹਫਤੇ ਆਪਣੀ ਕੱਲ ਹੋਈ ਹੈ ਕਲਾਸ ਚੌਥੀ ਕਲਾਸ ਅੱਜ ਆ ਤਾਂ ਅੱਜ ਦੀ ਕਲਾਸ ਹਾਂਜੀ ਅੱਜ ਲਾਈਵ ਹੈ ਪ੍ਰੀਮੀਅਰ ਨਹੀਂ ਹੈਗਾ ਮੈਂ ਤੁਹਾਡੇ ਕਮੈਂਟਸ ਪੜ੍ਹ ਰਿਹਾ ਹਾਂਗਾ ਮੈਂ ਮਤਲਬ ਲਾਈਵ ਕਲਾਸ ਲਗਾ ਰਿਹਾ ਅੱਜ ਤੇ ਸਿਰਫ ਮਜਬੂਰੀ ਚ ਲਾਈਵ ਕਲਾਸ ਲਗਾ ਰਿਹਾ ਕਿਉਂਕਿ ਅੱਜ ਮੇਰੇ ਕੋਲ ਰਿਕਾਰਡਿੰਗ ਕਰਨ ਦਾ ਟਾਈਮ ਨਹੀਂ ਸੀ ਹੈਗਾ ਅਦਰਵਾਈਜ਼ ਅੱਜ ਵੀ ਰਿਕਾਰਡਿੰਗ ਕਰਨੀ ਸੀ ਤਾਂ ਅੱਜ ਦੀ ਲਾਈਵ ਕਲਾਸ ਦੇ ਵਿੱਚ ਇੰਟਰੈਕਸ਼ਨ ਆਪਾਂ ਪੋਸੀਬਲੀ ਕਰ ਸਕਾਂਗੇ ਪਿਛਲੀਆਂ ਤਿੰਨ ਕਲਾਸਿਸ ਪ੍ਰੀਮੀਅਰ ਗਈਆਂ ਸੀਗੀਆਂ ਉਹਦੇ ਵਿੱਚ ਤੁਸੀਂ ਸਿਰਫ ਮੋਨੋਲੌਗਸ ਦੇਖੇ ਨੇਗੇ ਸਿਰਫ ਮੈਂ ਪੜਾ ਰਿਹਾ ਤੁਸੀਂ ਉਹ ਦੇਖਿਆ ਹੈਗੇ ਆਲਦੋ ਮੈਂ ਕਮੈਂਟਸ ਦੇ ਵਿੱਚ ਤੁਹਾਡੇ ਨਾਲ ਥੋੜਾ ਬਹੁਤ ਇੰਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪ੍ਰੀਮੀਅਰ ਸੀਗੇ ਅੱਜ ਦਾ ਲਾਈਵ ਸੈਸ਼ਨ ਹੈ ਤਾਂ ਲਾਈਵ ਸੈਸ਼ਨ ਦੇ ਵਿੱਚ ਆਪਾਂ ਕੁਝ ਗੱਲਬਾਤਾਂ ਕਰ ਸਕਾਂਗੇ ਤੇ ਗੱਲਬਾਤਾਂ ਟਾਈਮ ਵੇਸਟ ਕਰਨ ਉਹਨੂੰ ਥੋੜਾ ਡਿਟੇਲ ਚ ਡਿਸਕਸ ਕਰਨਾ ਉਹਦੇ ਵਿੱਚੋਂ ਜੇ ਚੱਲਦੀ ਕਲਾਸ ਦੇ ਵਿੱਚ ਕਿਸੇ ਸਟੂਡੈਂਟ ਦਾ ਕੋਈ ਡਾਊਟ ਆ ਗਿਆ ਉਸ ਡਾਊਟ ਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਉਹਨੂੰ ਥੋੜਾ ਜਿਆਦਾ ਹੋਰ ਐਕਸਪਲੇਨ ਕਰਨਾ ਇੰਨੀ ਇੱਕ ਗੱਲਬਾਤ ਕਰ ਸਕਾਂਗੇ ਹਾਂਜੀ ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ ਸਾਸ਼ਟ੍ਰੀ ਗੁਰ ਬਾਈ ਸਾਰਿਆਂ ਨੂੰ ਬਾਈ ਬਣ ਕੇ ਮੇਰੀ ਬੇਨਤੀ ਹੈ ਕਿ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਆਪ ਦੀ ਜ਼ਿੰਮੇਵਾਰੀ ਨਾਲ ਕਰਾਂ ਕਰ ਦਿਓ ਲਾਈਕ ਕਰ ਦਿਓ ਸਾਰੇ ਦੇ ਸਾਰੇ ਸਟੂਡੈਂਟਸ ਸ਼ੇਅਰ ਜ਼ਰੂਰ ਕਰ ਦਿਓ ਸੈਸ਼ਨ ਨੂੰ ਅੱਜ ਦੇ ਸੈਸ਼ਨ ਦੇ ਵਿੱਚ ਪੜ੍ਹਨਾ ਕੀ ਕੁਛ ਹੈ ਉਹਦੇ ਬਾਰੇ ਇੱਕ ਤਾਂ ਮੈਂ ਦੱਸ ਦਿੰਦਾ ਕਿ ਇੱਕ ਤਾਂ ਮੈਂ ਮੇਰੇ ਅੱਜ ਆਪਾਂ ਡੀਆਈ ਦਾ ਇੱਕ ਸਵਾਲ ਕਰਨਾ ਹੈ ਤਾਂ ਡੀਆਈ ਦਾ ਜਿਹੜਾ ਅੱਜ ਕੁਐਸਚਨ ਕਰਨਾ ਹੈ ਉਹ ਲਾਈਨ ਚਾਰਟ ਦਾ ਜਿਹੜਾ ਤਿੰਨ ਕੁ ਮਹੀਨੇ ਪਹਿਲਾਂ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਹੋਇਆ ਸੀ ਆਪਣਾ 11 ਸਤੰਬਰ ਨੂੰ ਪੇਪਰ ਸੀਗਾ ਕੋਆਪਰੇਟਿਵ ਇਨਸਪੈਕਟਰ ਦੇ ਪੇਪਰ 'ਚ ਜਿਹੜਾ ਲਾਈਨ ਚਾਰਟ ਦਾ ਕੁਐਸਚਨ ਆਇਆ ਸੀ ਉਹ ਕੁਐਸਚਨ ਕਰਾਂਗੇ ਉਹਦੇ ਵਿੱਚ ਇੱਕ ਡਬਲ ਪਾਈ ਚਾਰਟ ਦਾ ਕੁਐਸਚਨ ਵੀ ਆਇਆ ਸੀ ਕਿਸੇ ਸੈਸ਼ਨ 'ਚ ਉਹ ਡਬਲ ਪਾਈ ਚਾਰਟ ਵਾਲਾ ਕੁਐਸਚਨ ਵੀ ਕਰਾਂਗੇ ਥੋੜੀ-ਬਹੁਤ ਥੋੜੀ-ਬਹੁਤ ਆਪਾਂ ਡੀਆਈ ਕਰਦੇ ਜਾਵਾਂਗੇ ਤਾਂ ਅੱਜ ਲਾਈਨ ਚਾਰਟ ਦਾ ਉਹ ਕੁਐਸਚਨ ਹੋਊਗਾ ਇਸ ਤੋਂ ਬਾਅਦ ਅੱਜ ਦੇ ਸੈਸ਼ਨ ਦੇ ਵਿੱਚ ਪੰਜ ਕੁਐਸਚਨ ਜਿਹੜਾ ਨਾ ਲਾਈਨ ਚਾਰਟ ਦੇ ਚਾਰ ਕੁਐਸਚਨ ਆਏ ਸੀ ਸ਼ਾਇਦ ਪੇਪਰ ਦੇ ਵਿੱਚ ਉਹ ਪੂਰਾ ਸੈੱਟ ਕਰਨ ਤੋਂ ਬਾਅਦ ਪਾਈਪਸ ਐਂਡ ਸਿਸਟਮ ਦੇ ਕੁਝ ਟਿੱਡੇ ਜਿਹੇ ਸਵਾਲ ਕਰਾਂਗੇ ਜਿਹਦੇ ਵਿੱਚ ਕਿ ਟੈਂਕ ਨੂੰ ਭਰਨ ਦੇ ਲਈ ਚਾਹੇ ਦੋ ਪਾਈਪਾਂ ਨੇ ਚਾਹੇ ਤਿੰਨ ਪਾਈਪਾਂ ਨੇ ਉਹ ਟੈਂਕ ਨੂੰ ਭਰਨ ਲੱਗਦੀਆਂ ਨੇ ਪਰ ਪਾਈਪਾਂ 'ਚ ਗੰਦਗੀ ਫਸੀ ਹੋਣ ਕਰਕੇ ਉਹ ਪਹਿਲਾਂ ਨਾਲੋਂ ਘੱਟ ਐਫੀਸ਼ੀਐਂਟ ਕੰਮ ਕਰਦੀਆਂ ਨੇ ਫਿਰ ਗੰਦਗੀ ਸਾਫ਼ ਕੀਤੀ ਜਾਂਦੀ ਹੈ ਇਹੋ ਜਿਹੇ ਸਵਾਲ ਪਾਈਪਸ ਐਂਡ ਸਿਸਟਮ ਦੇ ਕਰਾਂਗੇ ਇਸ ਤੋਂ ਬਾਅਦ ਆਪਣਾ ਜਿਹੜਾ ਸੈਸ਼ਨ ਚੱਲਣਾ ਹੈ ਉਹਦੇ ਵਿੱਚ ਇੱਕ ਤਾਂ ਡਿਸਆਨੈਸਟ ਸ਼ੌਪਕੀਪਰ ਵਾਲੇ ਕੁਐਸ਼ਨਸ ਤੁਸੀਂ ਦੇਖੋਗੇ ਡਿਸਆਨੈਸਟ ਸ਼ੌਪਕੀਪਰ ਵਾਲੇ ਕੁਐਸ਼ਨਸ ਮੈਂ ਬੈਲਿੰਗ ਦੱਸ ਦਿੰਨਾਗਾ ਕਿ ਜਿਹੜੇ ਦੇਖਣਸਰ ਆਨਸਰ ਆਉਣਗੇ ਉਹ ਸਵਾਲ ਨਹੀਂ ਹੈਗੇ ਥੋੜੇ ਜਿਹਾ ਟਿਪੀਕਲ ਸਵਾਲ ਨੇ ਤਾਂ ਅੱਜ ਦਾ ਪੂਰੇ ਦਾ ਪੂਰਾ ਸੈਸ਼ਨ ਅਖੀਰ ਤੇ ਬੋਟਲ ਆਫ ਵਾਈਨ ਵਾਲੇ ਸ਼ਰਾਬ ਦੀ ਬੋਤਲ ਵਾਲੇ ਸਵਾਲ ਹੋਣਗੇ ਜਿਹਦੇ ਵਿੱਚ ਆਪਣੀ ਐਲੀਗੇਸ਼ਨ ਲੱਗਣੀ ਹੈ ਉਹਨਾਂ ਚ ਇੱਕ ਦੋ ਸਵਾਲ ਹੋਣਗੇ ਜਿਹੜੇ ਤੁਸੀਂ ਕਹੋਗੇ ਕਿ ਦੇਖਣਸਰ ਸਰਸਰ ਆਨਸਰ ਕਰ ਸਕਦੇ ਆਂਗੇ ਆਦਰਵਾਇਜ਼ ਅੱਜ ਦਾ ਪੂਰੇ ਦਾ ਪੂਰਾ ਸੈਸ਼ਨ ਤੁਹਾਡਾ ਜਿਹੜਾ ਚੱ ਥੋੜੇ ਜਿਹਾ ਟਿਪੀਕਲ ਸਵਾਲਾਂ ਤੇ ਚੱਲੂਗਾ ਡੀਆਈ ਤੋਂ ਆਪਾਂ ਹੁਣ ਸਟਾਰਟ ਕਰਾਂਗੇ ਲਾਈਨ ਚਾਰਟ ਦਾ ਪੇਪਰ ਵਾਲਾ ਕੁਐਸਚਨ ਕਰਾਂਗੇ ਪ੍ਰੋਫਿਟ ਲਾਸ ਦੇ ਕੁਐਸਚਨ ਹੋਗੇ ਤੁਹਾਡੇ ਪਾਈਪਸ ਐਂਡ ਸਿਸਟਮ ਦੇ ਕੁਐਸਚਨ ਹੋਗੇ ਐਲੀਗੇਸ਼ਨ ਵਾਲੇ ਕੁਐਸਚਨ ਹੋਗੇ ਸਿਰਫ ਇੱਕ ਜਾਂ ਦੋ ਕੁਐਸਚਨ ਅੱਜ ਦੇ ਸੈਸ਼ਨ 'ਚ ਹੋਣਗੇ ਜਿਹੜੇ ਤੁਸੀਂ ਦੇਖੇ ਹੋਣਗੇ ਜਾਂ ਬੜੇ ਆਰਾਮ ਨਾਲ ਜੀ ਇਹ ਤਾਂ ਕੀਤਾ ਹੀ ਹੋਏ ਨੇ ਬੜੇ ਆਰਾਮ ਨਾਲ ਹੋਗੇ ਉਹੋ ਜਿਹੇ ਹੋਣਗੇ ਆਦਰਵਾਇਸ ਕੁਝ ਉਮੀਦ ਕਰਦਾ ਕਿ ਨਵਾਂ ਸਿੱਖਣ ਨੂੰ ਮਿਲੂਗਾ ਹਾਂ ਬਟ ਆਫ ਸ਼ੇਰੀ ਵਾਲੇ ਕੁਐਸਚਨਸ ਹੋਣਗੇ ਤਾਂ ਇੱਕ ਜਿਹੜਾ ਸਟੂਡੈਂਟ ਪੁੱਛ ਰਿਹਾ ਹੈਗਾ ਗੁਰਪ੍ਰੀਤ ਦਾ ਕਮੈਂਟ ਹੈ ਕਿ ਵੀਡੀਓ ਦਾ ਪੇਪਰ ਪੱਕਾ 8 ਤਰੀਕ ਨੂੰ ਹੋਣਾ ਹੈ ਬੱਚੇ ਵੀਡੀਓ ਦਾ ਪੇਪਰ ਪੱਕਾ ਹੀ 8 ਤਰੀਕ ਨੂੰ ਹੋ ਰਿਹਾ ਹੈਗਾ ਇਹਦੇ ਬਾਰੇ ਜਿਹੜੀਆਂ 2-4 ਤੁਸੀਂ ਅਫਵਾਹਾਂ ਸੁਣ ਲਈਆਂ ਇੱਕ ਦੋ ਚੈਨਲਸ ਤੇ ਸੁਣ ਲਈਆਂ ਥੋੜੇ ਜਿਹਾ WhatsApp ਗਰੁੱਪ ਦੇ ਵਿੱਚ ਫਾਰਵਰਡ ਮੈਸੇਜ ਪੜ੍ਹ ਲਏ ਉਹ ਸਭ ਦੀਆਂ ਸਭ ਅਫਵਾਹਾਂ ਨੇ ਜਿੰਨੀ ਦੇਰ ਤੱਕ ਸਾਡੇ ਪਿੱਛੇ ਨੋਟਿਸ ਨਹੀਂ ਖੁੱਲਿਆ ਹੁੰਦਾ ਕਿ ਪੀਟਰੀ ਪਲਸ ਵੀ ਨੇ ਆਪ ਕਹਤਾ ਕਿ ਪੇਪਰ 8 ਨੂੰ ਨਹੀਂ ਹੋਣਾ 19 ਦੇਰ ਤੱਕ ਜਿਹੜਾ ਮਰਜੀ ਸੁਰਮਾ ਆਕੇ ਜੋ ਮਰਜੀ ਬੋਲੀ ਜਾਵੇ ਚਾਹੇ ਸਾਡੇ ਬੋਲ ਭਗਵੰਤਮਾਨ ਬੋਲੀ ਜਾਵੇ ਅਸੀਂ ਕਿਸੇ ਦੀ ਗੱਲ ਤੇ ਨਹੀਂ ਵਿਸ਼ਵਾਸ ਕਰਨਾ ਅਸੀਂ ਸਿਰਫ ਪੀਟਰੀ ਪਲਸ ਵੀ ਦਾ ਡਾਇਰੈਕਟਰ ਦੀ ਗੱਲ ਮੰਨਾਂਗੇ ਕਿ ਭਾਈ ਉਹਨੇ ਕਹਤਾ ਤਾਂ ਹੁਣ ਪੋਸਟਪੋਨ ਹੋਏ ਜੇ ਪੇਪਰ ਉਹਨੇ ਨਹੀਂ ਕਿਹਾ ਪੋਸਟਪੋਨ ਤਾਂ ਇਹਦਾ ਮਤਲਬ ਪੇਪਰ ਪੋਸਟਪੋਨ ਨਹੀਂ ਹੈਗਾ 8 ਜਨਵਰੀ ਨੂੰ ਹੀ ਹੋਣਾ ਹੈਗਾ ਕਲਰਕ ਦਾ ਪੇਪਰ ਉਹਨਾਂ ਨੇ ਪੋਸਟਪੋਨ ਕਰਨਾ ਸੀ ਤਾਂ ਬਕਾਇਦਾ ਉਹਨਾਂ ਨੇ ਨੋਟਿਸ ਜਾਰੀ ਕੀਤਾ ਜਿਹੜਾ ਸਾਡੇ ਪਿੱਛੇ ਖੁੱਲਦਾ ਹੈ ਤੇ ਅਸੀਂ ਤੁਹਾਨੂੰ ਅਨਾਉਂਸ ਕਰਦੇ ਆ ਕਿ ਭਾਈ ਕਲਰਕ ਦਾ ਪੇਪਰ ਪੋਸਟਪੋਨ ਹੋ ਗਿਆ ਵੀਡੀਓ ਦੇ ਜਾਂ ਐਕਸਾਈਜ਼ ਦੇ ਪੇਪਰ ਦੇ ਪੋਸਟਪੋਨ ਬਾਰੇ ਕੋਈ ਗੱਲ ਨਹੀਂ ਹੋਈ ਹੈਗੀ ਤਾਂ ਤੁਸੀਂ ਮੰਨ ਕੇ ਚੱਲਣਾ ਕਿ ਵੀਡੀਓ ਦੇ ਪੇਪਰ 8 ਜਨਵਰੀ ਤੇ ਐਕਸਾਈਜ਼ ਦਾ ਪੇਪਰ 22 ਜਨਵਰੀ ਨੂੰ ਹੀ ਦੇਖਣ ਨੂੰ ਮਿਲੂਗਾ ਕਿਸੇ ਨੇ ਆਪਦੀ ਤਿਆਰੀ ਤੇ ਕਿਸੇ ਕਿਸਮ ਦਾ ਪ੍ਰਭਾਵ ਨਹੀਂ ਪੈਣ ਦੇਣਾ ਕਿਸੇ ਨੇ ਬਿਲਕੁਲ ਕਨਫਿਊਜ਼ ਨਹੀਂ ਹੋਣਾ ਜਿਸ ਕਿਸਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਜਿਸ ਪੱਧਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਜਿੱਥੋਂ ਤੁਸੀਂ ਤਿਆਰੀ ਕਰ ਰਹ ਆਪਾਂ ਇਹ ਆਪਣੇ ਸੈਸ਼ਨਸ ਇਸੇ ਤਰ੍ਹਾਂ ਜਾਰੀ ਰੱਖਾਂਗੇ ਬਿਨਾ ਟਾਈਮ ਵੇਸਟ ਕੀਤੇ ਸੈਸ਼ਨ ਸਟਾਰਟ ਕਰਦੇ ਪਹਿਲਾਂ ਮੈਂ ਤੁਹਾਨੂੰ ਡੀਆਈ ਦਾ ਕੁਐਸਚਨ ਦਿਖਾ ਦਿੰਦਾ ਸਤੰਬਰ ਮਹੀਨੇ ਦੇ ਵਿੱਚ ਕੋਆਪਰੇਟਿਵ ਇਨਸਪੈਕਟਰ ਦੇ ਪੇਪਰ 'ਚ ਸਵਾਲ ਆਇਆ ਸੀਗਾ ਐਗਜ਼ਾਮੀਨਰ ਕਹਿੰਦਾ ਦਾ ਲਾਈਨ ਗ੍ਰਾਫ ਗਿਵਸ ਪ੍ਰੋਫਿਟ ਪਰਸੈਂਟ ਪ੍ਰੋਫਿਟ ਪਰਸੈਂਟ ਆਫ ਟੂ ਕੰਪਨੀਆਂਜ਼ A ਐਂਡ B ਓਵਰ ਦਾ ਡਿਫਰੈਂਟ ইयर्स ਤਾਂ ਸਨ 2016 ਤੋਂ ਲੈ ਕੇ 2022 ਤੱਕ ਬੱਚੇ 16 ਤੋਂ 22 ਕਦੇ 6 ਨਹੀਂ ਹੁੰਦੇ 16 ਤੋਂ 22 ਦੇ ਵਿੱਚ ਆਪਾਂ 16 ਵੀ ਜੋੜਨਾ ਹੁੰਦਾ 22 ਵੀ ਜੋੜਨਾ ਹੁੰਦਾ ਤਾਂ 16 ਤੋਂ 22 7 ਸਾਲ ਬਣਦੇ ਐਗਜ਼ਾਮੀਨਰ ਨੇ ਦੋ ਕੰਪਨੀਆਂ ਦਾ ਪ੍ਰੋਫਿਟ ਪਰਸੈਂਟ ਦਾ ਡਾਟਾ ਦਿੱਤਾ ਹੈ ਕਿ ਇੱਕ A ਕੰਪਨੀ ਹੈ ਜਿਹੜੀ ਨੀਲੇ ਰੰਗ ਦੀ ਲਾਈਨ ਹੈ ਤੇ ਇੱਕ B ਕੰਪਨੀ ਹੈ ਜਿਹੜੀ ਸੰਤਰੀ ਰੰਗ ਦੀ ਲਾਈਨ ਹੈ ਤਾਂ A ਤੇ B ਦੋ ਕੰਪਨੀਆਂਜ਼ ਨੂੰ ਇਹਨਾਂ ਸੱਤ ਸਾਲਾਂ 'ਚ ਕਿੰਨੇ ਪਰਸੈਂਟ ਦਾ ਪ੍ਰੋਫਿਟ ਹੋਇਆ ਸਾਨੂੰ ਉਹਦਾ ਡਾਟਾ ਦਿੱਤਾ ਹੋਇਆ ਤਾਂ ਇਹਨੂੰ ਆਪਾਂ ਐਕਸਪਲੇਨ ਕਰਾਂਗੇ ਪਰ ਪਹਿਲਾਂ ਆਪਾਂ ਮੜੀ ਜੀ ਫਿਗਰ ਪੜ ਲਈਏ ਜਿਵੇਂ ਸਾਨੂੰ ਡਾਟਾ ਜਿਹੜਾ ਦਿੱਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੇ ਆਪਾਂ A ਕੰਪਨੀ ਦੀ ਗੱਲ ਕਰੀਏ ਜਿਹੜੀ ਨੀਲੇ ਰੰਗ ਦੇ ਵਿੱਚ ਹੈ ਤਾਂ A ਕੰਪਨੀ ਨੂੰ ਸਾਨੂੰ 2016 ਦੇ ਵਿੱਚ 40% ਪ੍ਰੋਫਿਟ ਹੋਇਆ ਅਗਲੇ ਸਾਲ 60% ਦੈਨ 25 40 55 75 90 ਇਸੇ ਤਰ੍ਹਾਂ ਦੂਜੀ ਜਿਹੜੀ B ਕੰਪਨੀ ਹੈ B ਕੰਪਨੀ ਦਾ ਵੀ ਸਾਨੂੰ ਇਹਨਾਂ 7 ਦੇ 7 ਸਾਲਾਂ ਦਾ ਪ੍ਰੋਫਿਟ ਪਰਸੈਂਟ ਦਾ ਡਾਟਾ ਦਿੱਤਾ ਹੋਇਆ ਤਾਂ ਆਪਾਂ ਇਸ ਡਾਟਾ ਦਾ ਥੋੜਾ ਜੰ ਚੰਗੇ ਤਰੀਕੇ ਨਾਲ ਐਨਾਲਿਸਿਸ ਕਰਦੇ ਆ ਇਹਦੀ ਥੋੜੀ ਜਿਹੀ ਚੀਰਫਾੜ ਕਰਦੇ ਆ ਫਿਰ ਪੰਜ ਦੇ ਪੰਜ ਜਿਹੜੇ ਵੀ ਸਵਾਲ ਇਹ ਦੇ ਵਿੱਚੋਂ ਪੁੱਛੇ ਹੋਣਗੇ ਬੱਚੇ ਆਪਾਂ 10-10 ਸਕਿੰਟ ਲਿਆ ਨਹੀਂ ਕਰਨੇ ਅਨਸਰ ਮਾਰਕ ਕਰਾਂਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਧਰ ਆ ਜਾਓ ਪ੍ਰੋਫਿਟ ਪਰਸੈਂਟ ਕੀ ਹੁੰਦਾ ਮੈਂ ਉਮੀਦ ਕਰਦਾ ਕਿ ਪ੍ਰੋਫਿਟ ਲਾਸ ਚੈਪਟਰ ਸਾਰਿਆਂ ਨੇ ਪੜਿਆ ਹੋਣਾ ਤਾਂ ਪ੍ਰੋਫਿਟ ਲਾਸ ਚੈਪਟਰ ਦੇ ਵਿੱਚ ਬੱਚੇ ਪ੍ਰੋਫਿਟ ਲਾਸ ਚੈਪਟਰ ਦੇ ਵਿੱਚ ਕੀ ਸੀ ਆਪਾਂ ਦੁਕਾਨਦਾਰ ਦੀ ਐਗਜ਼ਾਮਪਲ ਲੈਂਦੇ ਸੀ ਕਿ ਲੈਟਸ ਸੁਪੋਜ਼ ਇੱਕ ਬੰਦਾ ਦੁਕਾਨਦਾਰ ਹੈ ਉਹਦੀ ਕੋਈ ਦੁਕਾਨ ਹੈ ਤਾਂ ਉਹਨੇ ਜੇ ਦੁਕਾਨ ਤੇ ਕੋਈ ਸਮਾਨ ਵੇਚਣਾ ਮੰਨ ਲਓ ਕਿਤਾਬਾਂ ਦੀ ਦੁਕਾਨ ਹੈ ਉਹਨੇ ਕੋਈ ਕਿਤਾਬ ਵੇਚਣੀ ਹੈ ਤਾਂ ਉਹ ਪਹਿਲਾ ਕਿਤਾਬ ਖਰੀਦ ਰਿਹਾ ਹੈ ਪਹਿਲਾ ਕਿਤਾਬ ਖਰੀਦ ਰਿਹਾ ਹੈ ਤਾਂ ਉਹਦੀ ਜੇਬ ਚੋਂ ਪੈਸੇ ਲੱਗ ਰਹੇ ਨੇ ਜਿਹਨੂੰ ਆਪਾਂ ਕਾਸਟ ਪ੍ਰਾਈਸ ਕਹਿ ਦਿੰਦੇ ਸੀ ਫਿਰ ਉਹਨੇ ਕਿਤਾਬ ਆਪਦੇ ਕਾਊਂਟਰ ਤੇ ਰੱਖੀ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਉਹ ਕਿਤਾਬ ਖਰੀਦਣ ਆਇਆ ਤੇ ਫਿਰ ਉਹਨੇ ਦੁਕਾਨਦਾਰ ਨੇ ਕਿਤਾਬ ਅੱਗੇ ਵੇਚੀ ਸ਼ੌਪਕੀਪਰ ਨੇ ਕਿਤਾਬ ਅੱਗੇ ਵੇਚੀ ਤਾਂ ਕਿਤਾਬ ਵੇਚਣ ਲੱਗਿਆ ਉਹ ਤੁਹਾਡੇ ਕੋਲੋਂ ਪੈਸੇ ਲਊਗਾ ਉਹਨੂੰ ਪੈਸੇ ਮਿਲ ਰਹੇ ਜਿਹਨੂੰ ਆਪਾਂ ਸੈਲਿੰਗ ਪ੍ਰਾਈਸ ਕਹਿ ਦਿੰਦੇ ਸੀ ਤਾਂ ਬੱਚੇ ਪ੍ਰੋਫਿਟ ਲਾਸਟ ਚੈਪਟਰ ਦੇ ਵਿੱਚ ਤਾਂ ਆਪਾਂ ਸੀਪੀ ਤੇ ਐਸਪੀ ਟਰਮਸ ਯੂਜ਼ ਕਰਦੇ ਸੀ ਜਿਹੜਾ ਪੈਸਾ ਜੇਬ ਚੋਂ ਲੱਗਿਆ ਜਿਹੜਾ ਪੱਲਿਓ ਖਰਚਾ ਹੋਇਆ ਉਹ ਸੀਪੀ ਤੇ ਜਿਹੜੇ ਪੈਸੇ ਸਾਨੂੰ ਮਿਲੇ ਜਿਹੜੀ ਸਾਡੀ ਕਮਾਈ ਹੋਈ ਉਹੋ ਐਸਪੀ ਪਰ ਜਦੋਂ ਗੱਲ ਕੰਪਨੀਆਂ ਦੀ ਹੋ ਰਹੀ ਹੋਵੇ ਤਾਂ ਕੰਪਨੀਆਂ ਦੇ ਮਾਮਲੇ 'ਚ ਕਦੇ ਸੀਪੀ ਐਸਪੀ ਨਹੀਂ ਹੁੰਦਾ ਕੰਪਨੀਆਂ ਦੇ ਮਾਮਲੇ 'ਚ ਜਿਹੜਾ ਪਹਿਲਾ ਪੈਸਾ ਲੱਗਦਾ ਉਹ ਸਾਡਾ ਜਿਹੜਾ ਖਰਚਾ ਹੈ ਉਹਨੂੰ ਆਪਾਂ ਜਾਂ ਤਾਂ ਐਕਸਪੈਂਡੀਚਰ ਕਹਿੰਦੇ ਵੀ ਭਾਈ ਮੈਂ ਇੱਕ ਕੰਪਨੀ ਖੋਲ੍ਹਣੀ ਹੈ ਤਾਂ ਮੇਰੀ ਕੁਝ ਪੈਸੇ ਦੀ ਇਨਵੈਸਟਮੈਂਟ ਹੈ ਮੈਂ ਇੱਕ ਬਿਲਡਿੰਗ ਵੀ ਕਿਰਾਏ ਤੇ ਲੈਣੀ ਹੈ ਮੈਂ ਇਨਫਰਾਸਟ੍ਰਕਚਰ ਵੀ ਜੇ ਮੈਂ ਇੰਸਟੀਚਿਊਟ ਖੋਲ੍ਹਣਾ ਹੈ ਤਾਂ ਮੈਂ ਟੀਚਰ ਵੀ ਰੱਖਣੇ ਹੈ ਮੈਂ ਮਾਰਕੀਟਿੰਗ ਵੀ ਕਰਨੀ ਹੈ ਮੈਂ ਕਿਤਾਬਾਂ ਵੀ ਛਪਵਾਉਣੀਆਂ ਨੇ ਮੈਂ ਕੈਮਰਾ ਸਕਰੀਨਾਂ ਖਰੀਦਣੀਆਂ ਨੇ ਆ ਜਿਹੜੇ 36 ਤਰ੍ਹਾਂ ਦੇ ਖਰਚੇ ਨੇ ਸਾਡੇ ਐਕਸਪੈਂਡੀਚਰ ਕਹੋਂਦੇ ਆ ਜਾਂ ਇਨਵੈਸਟਮੈਂਟ ਕਹੋਂਦੇ ਆ ਇੱਕੋ ਹੀ ਗੱਲ ਹੈ ਤਾਂ ਐਕਸਪੈਂਡੀਚਰ ਜਾਂ ਫਿਰ ਇਨਵੈਸਟਮੈਂਟ ਇੱਕੋ ਹੀ ਗੱਲ ਹੈ ਦੋਨਾਂ 'ਚ ਕੋਈ ਵੀ ਟਰਮ ਵਰਤੀ ਜਾਂਦੀ ਆ ਆਮ ਤੌਰ ਤੇ ਦੋਨੋਂ ਹੀ ਬਰਾਬਰ ਵਰਤੇ ਜਾਂਦੇ ਜਿਵੇਂ ਆਪਣਾ ਸੀਪੀ 100% ਸੀ ਤਾਂ ਹਮੇਸ਼ਾ ਯਾਦ ਰੱਖਣਾ ਐਕਸਪੈਂਡੀਚਰ ਹਮੇਸ਼ਾ ਪਰਸੈਂਟੇਜ ਦੇ ਵਿੱਚ 100% ਹੋਊਗਾ ਰੁਪੀਸ ਦੇ ਵਿੱਚ ਜਿੰਨਾ ਮਰਜ਼ੀ ਹੋਵੇ ਚਾਹੇ ਕੰਪਨੀ ਦਾ 10 ਲੱਖ ਦਾ ਐਕਸਪੈਂਡੀਚਰ ਹੈ ਚਾਹੇ 25 ਲੱਖ ਦਾ ਐਕਸਪੈਂਡੀਚਰ ਹੈ ਚਾਹੇ 60 ਹਜ਼ਾਰ ਦਾ ਐਕਸਪੈਂਡੀਚਰ ਹੈ ਚਾਹੇ ਮੇਰੇ ਵੱਲੋਂ 1.5 ਕਰੋੜ ਦਾ ਐਕਸਪੈਂਡੀਚਰ ਹੈ ਰੁਪੀਸ ਦੇ ਵਿੱਚ ਐਕਸਪੈਂਡੀਚਰ ਜਿੰਨਾ ਮਰਜ਼ੀ ਹੋਵੇ ਤੁਸੀਂ ਪਰਸੈਂਟੇਜ ਦੇ ਵਿੱਚ ਉਹਨੂੰ ਹਮੇਸ਼ਾ 100% ਮੰਨ ਕੇ ਚੱਲਣਾ ਤਾਂ ਐਕਸਪੈਂਡੀਚਰ ਜਾਂ ਫਿਰ ਉਹਦੇਲੇ ਇਨਵੈਸਟਮੈਂਟ ਟਰਮ ਯੂਜ਼ ਕੀਤੀ ਜਾਂਦੀ ਹੈ दैट इज ਆਲਵੇਸ 100% ਫਿਰ ਸਾਨੂੰ ਐਗਜ਼ਾਮੀਨਰ ਨੇ ਕੰਪਨੀ ਦਾ ਹਰ ਇੱਕ ਸਾਲ ਦਾ ਪ੍ਰੋਫਿਟ ਪਰਸੈਂਟ ਦੱਸਤਾ ਆਪਾਂ ਏ ਕੰਪਨੀ ਦੀ ਪਹਿਲੇ ਸਾਲ ਦੀ ਗੱਲ ਕਰਦੇ ਆ ਤਾਂ ਏ ਕੰਪਨੀ ਨੂੰ ਪਹਿਲੇ ਸਾਲ ਕਿੰਨਾ ਪ੍ਰੋਫਿਟ ਹੋ ਰਿਹਾ ਬੱਚੇ 40% ਪ੍ਰੋਫਿਟ ਹੋ ਰਿਹਾ ਤਾਂ 40% ਪ੍ਰੋਫਿਟ ਕਾਦੇ ਤੇ ਹੋਊਗਾ ਆਬਵੀਅਸਲੀ ਐਕਸਪੈਂਡੀਚਰ ਦੇ ਉੱਤੇ ਹੋਊਗਾ ਜਿੰਨਾ ਖਰਚਾ ਹੋਇਆ ਸੀ ਉਹਦਾ 40% ਕਮਾਇਆ ਇਸੇ ਕਰਕੇ ਆਪਾਂ ਸੀਪੀ ਨੂੰ ਜਾਂ ਐਕਸਪੈਂਡੀਚਰ ਨੂੰ 100% ਕਹਿੰਦੇ ਆ ਤਾਂ ਜੇ ਆਪਾਂ ਨੂੰ 40% ਪ੍ਰੋਫਿਟ ਹੋਇਆ ਤਾਂ ਸਾਡੀ ਇਨਕਮ ਕਿੰਨੀ ਬਣ ਗਈ ਸਾਡੀ ਇਨਕਮ ਬਣ ਗਈ 140% ਤਾਂ ਇਨਕਮ ਕਿਵੇਂ ਬਣਦੀ ਹੈ ਬੱਚੇ ਇਨਕਮ ਹਮੇਸ਼ਾ ਬਣਦੀ ਹੁੰਦੀ ਹੈ ਐਕਸਪੈਂਡੀਚਰ ਜਾਂ ਫਿਰ ਇਨਵੈਸਟਮੈਂਟ ਉਹ ਤੁਹਾਡੀ 100 ਹੀ ਪਰਸੈਂਟ ਹੁੰਦੀ ਹੈ ਰੁਪਈਆ 'ਚ ਜੋ ਮਰਜ਼ੀ ਹੋਵੇ ਬਦਲਦੀ ਜਾਂਦੀ ਹੈ ਹਰ ਸਾਲ ਪਰ ਪਰਸੈਂਟੇਜ 'ਚ ਉਹਨੇ ਹਮੇਸ਼ਾ 100% ਰਹਿਣਾ ਜੇ 40% ਦਾ ਪ੍ਰੋਫਿਟ ਹੈ ਤਾਂ ਇਨਕਮ ਤੁਹਾਡੀ 140% ਜੇ 60% ਦਾ ਪ੍ਰੋਫਿਟ ਹੈ ਤਾਂ ਇਨਕਮ 160% 25% ਪ੍ਰੋਫਿਟ ਵੇਲੇ ਇਨਕਮ 125% 40% ਪ੍ਰੋਫਿਟ ਵੇਲੇ ਇਨਕਮ 140% ਤਾਂ ਜਿੰਨੇ ਪਰਸੈਂਟ ਦਾ ਤੁਹਾਡਾ ਪ੍ਰੋਫਿਟ ਹੁੰਦਾ ਹੈ 100% ਐਕਸਪੈਂਡੀਚਰ ਦੇ ਵਿੱਚ ਤੁਹਾਡਾ ਪ੍ਰੋਫਿਟ ਪਰਸੈਂਟ ਜੁੜਦਾ ਤੇ ਤੁਹਾਡੀ ਇਨਕਮ ਬਣ ਜਾਂਦੀ ਹੈ ਤਾਂ ਹੁਣ ਇੱਥੇ ਸਾਡੇ ਕੋਲ ਡਾਟਾ ਕਾਹਦਾ ਸਾਡੇ ਕੋਲ ਡਾਟਾ ਦੋ ਕੰਪਨੀਆਂ ਦਾ 7 ਸਾਲਾਂ ਦਾ 2016 ਤੋਂ ਲੈ ਕੇ 2022 ਤੱਕ 7 ਸਾਲਾਂ ਦਾ ਸਾਡੇ ਕੋਲ ਦੋ ਕੰਪਨੀਆਂ ਦਾ ਡਾਟਾ ਹੈ ਤਾਂ ਜੇ ਆਪਾਂ ਐਕਸਪੈਂਡੀਚਰ ਦੀ ਗੱਲ ਕਰੀ ਤਾਂ ਬੱਚੇ ਐਕਸਪੈਂਡੀਚਰ ਹਰ ਕੰਪਨੀ ਦਾ ਹਰ ਸਾਲ 100 ਹੀ ਪਰਸੈਂਟ ਹੁੰਦਾ ਇਹਨੂੰ ਸੌਖਾ ਸਮਝਣ ਦੇ ਲਈ ਮੈਂ ਉਦਾਹਰਣ ਦੇ ਦਿੰਦਾ ਮੈਂ ਇੱਕ ਟੀਚਰ ਮੇਰੀ ਤਨਖਾਹ ਮੰਨ ਲਓ 500 ਰੁਪਏ ਹੈ ਤਾਂ ਰੁਪਏ ਦੇ ਵਿੱਚ ਮੇਰੀ ਤਨਖਾਹ ਚਾਹੇ 500 ਹੋਵੇ ਚਾਹੇ 5000 ਹੋਵੇ ਚਾਹੇ 2500 ਹੋਵੇ 2800 ਜਾਂ 3200 ਹੋਵੇ ਪਰਸੈਂਟੇਜ ਦੇ ਵਿੱਚ ਤਾਂ ਉਹ 100 ਹੀ ਪਰਸੈਂਟ ਹੈ ਇੱਕਾ ਦੂਜਾ ਟੀਚਰ XYZ ਇਹਦੀ ਤਨਖਾਹ ਮੰਨ ਲਓ 800 ਰੁਪਏ ਹੈ ਤਾਂ ਪਰਸੈਂਟੇਜ ਦੇ ਵਿੱਚ ਇਹਦੀ ਤਨਖਾਹ ਵੀ 100% ਹੀ ਹੈ ਤਾਂ ਮੇਰੀ ਤਨਖਾਹ ਆਪਣੇ ਆਪ 'ਚ 100% ਹੈ ਇਹਦੀ ਤਨਖਾਹ ਆਪਣੇ ਆਪ 'ਚ 100% ਹੈ ਤਾਂ ਤੁਸੀਂ ਕਦੇ ਇਹ ਨਹੀਂ ਕਨਫਿਊਜ਼ ਹੋਣਾ ਵੀ ਸਰ ਤੁਹਾਡੀ ਵੀ ਤਨਖਾਹ 100% ਇਹਨਾਂ ਦੀ ਵੀ ਤਨਖਾਹ 100% ਦਾ 100% 100% ਬਰਾਬਰ ਜੀ ਤੁਹਾਡੀਆਂ ਤਨਖਾਹ ਬਰਾਬਰ ਨੇ ਤਾਂ ਬੱਚੇ ਤਨਖਾਹਾਂ ਰੁਪੀਸ ਦੇ ਵਿੱਚ ਨਹੀਂ ਬਰਾਬਰ ਹੈਗੀਆਂ ਕਿਉਂਕਿ ਰੁਪੀਸ ਦੇ ਵਿੱਚ ਸਾਡੀ ਆਪੋ ਆਪਣੀ ਕੀਮਤ ਆ ਸਾਡੀ ਆਪੋ ਆਪਣੀ ਵੈਲਿਊ ਆ ਪਰਸੈਂਟੇਜ ਦੇ ਵਿੱਚ ਹਰ ਇੱਕ ਚੀਜ਼ ਦਾ ਟੋਟਲ 100% ਹੁੰਦਾ ਇਸ ਕਰਕੇ ਮੇਰੀ ਤਨਖਾਹ ਰੁਪਈਏ 'ਚ ਜਿੰਨੀ ਮਰਜ਼ੀ ਹੈ ਉਹ ਆਪਣੇ ਆਪ 'ਚ 100% ਦੂਜੇ ਟੀਚਰ ਦੀ ਤਨਖਾਹ ਰੁਪਈਏ 'ਚ ਜਿੰਨੀ ਮਰਜ਼ੀ ਹੈ ਮੇਰੇ ਤੋਂ ਵੱਧ ਹੈ ਘੱਟ ਹੈ ਬਰਾਬਰ ਹੈ ਜੋ ਮਰਜ਼ੀ ਹੈ ਉਹ ਆਪਣੇ ਆਪ 'ਚ 100% ਤਾਂ ਕਦੇ 100% 100% ਨੂੰ ਬਰਾਬਰ ਨਹੀਂ ਮੰਨਣਾ ਮੇਰੀ ਤਨਖਾਹ ਆਪਣੇ ਆਪ 'ਚ 100% ਹੈ ਬਠਿੰਡੇ ਦੀ ਆਬਾਦੀ ਆਪਣੇ ਆਪ 'ਚ 100% ਹੈ ਤਾਂ ਕੱਲ੍ਹ ਨੂੰ ਤੁਸੀਂ ਇਹਨੂੰ ਬਰਾਬਰ ਨਾ ਕਹਿਣ ਲੱਗ ਜਿਓ ਕੋਈ ਵੀ ਚੀਜ਼ ਪਰਸੈਂਟੇਜ 'ਚ ਟੋਟਲ 100% ਮੰਨੀ ਜਾਂਦੀ ਆ ਉਹਦੀ ਆਪਣੀ ਵੈਲਿਊ ਕੁਝ ਵੀ ਹੋ ਸਕਦੀ ਆ ਤਾਂ ਜੇ ਆਪਾਂ ਕੱਲੇ ਸਨ 2016 ਦੀ ਗੱਲ ਕਰੀਏ ਤਾਂ ਸਨ 2016 ਦੇ ਵਿੱਚ ਏ ਕੰਪਨੀ ਨੂੰ 40% ਪ੍ਰੋਫਿਟ ਹੋ ਰਿਹਾ ਹੈ ਤਾਂ ਉਹਦਾ ਐਕਸਪੈਂਡੀਚਰ 100% ਸਨ 2016 ਦੀ ਗੱਲ ਹੋ ਰਹੀ ਹੈ ਏ ਕੰਪਨੀ ਤੇ ਬੀ ਕੰਪਨੀ ਜੇ ਏ ਨੂੰ 40% ਪ੍ਰੋਫਿਟ ਹੈ ਤਾਂ ਉਹਦੀ ਇਨਕਮ 140% ਹੋਗੀ ਤੇ ਬੀ ਨੂੰ ਜੇ 150 ਜੇ uh, 50% ਪ੍ਰੋਫਿਟ ਹੈ ਤਾਂ ਉਹਦੀ ਇਨਕਮ 150% ਹੋਗੀ ਤਾਂ ਕਿਸੇ ਸਟੂਡੈਂਟ ਨੇ ਇਹ ਭੁਲੇਖਾ ਨਹੀਂ ਖਾਣਾ ਕਿ ਸਰ ਏ ਦੀ ਇਨਕਮ ਏ ਦਾ ਪ੍ਰੋਫਿਟ 40% ਬੀ ਦਾ ਪ੍ਰੋਫਿਟ 50% ਤਾਂ ਬੀ ਦਾ ਪ੍ਰੋਫਿਟ ਜ਼ਿਆਦਾ ਹੈ ਏ ਨਾਲੋਂ ਤਾਂ ਬੱਚੇ ਇਹ ਗਲਤੀ ਨਹੀਂ ਕਰਨੀ ਕਿ ਸਰ ਏ ਦਾ 40% ਪ੍ਰੋਫਿਟ ਹੈ ਬੀ ਦਾ 50% ਪ੍ਰੋਫਿਟ ਹੈ ਤਾਂ ਬੀ ਦਾ ਪ੍ਰੋਫਿਟ ਜ਼ਿਆਦਾ ਹੈ ਪਰਸੈਂਟੇਜ ਦੇ ਵਿੱਚ ਕੋਈ ਸ਼ੱਕ ਨਹੀਂ ਕਿ B ਨੂੰ 50% A ਨਾਲੋਂ ਵੱਧ ਪਰਸੈਂਟ ਦਾ ਪ੍ਰੋਫਿਟ ਹੋ ਰਿਹਾ ਹੈ ਪਰ ਉਹ ਰੁਪਈਏ ਦੇ ਵਿੱਚ ਵੀ ਜ਼ਿਆਦਾ ਇਹ ਗਲਤ ਹੈ ਕਿਉਂਕਿ A ਦਾ ਜਿਹੜਾ 40% ਪ੍ਰੋਫਿਟ ਹੈ ਉਹ ਉਹਦੇ ਆਪਣੇ ਐਕਸਪੈਂਡੀਚਰ ਤੇ ਹੈ B ਦਾ ਜਿਹੜਾ 50% ਪ੍ਰੋਫਿਟ ਹੈ ਉਹ B ਦੇ ਆਪਣੇ ਐਕਸਪੈਂਡੀਚਰ ਤੇ ਹੈ ਤਾਂ ਕਿਉਂਕਿ ਦੋਨਾਂ ਦੇ ਆਪੋ ਆਪਣੇ ਐਕਸਪੈਂਡੀਚਰ ਅਲੱਗ-ਅਲੱਗ ਨੇ ਪਰਸੈਂਟੇਜ ਚ ਚਾਹੇ ਆਪਾਂ ਦੋਨਾਂ ਨੂੰ 100-100% ਬਣਾਂਗੇ ਰੁਪਈਏ ਦੇ ਵਿੱਚ ਦੋਨਾਂ ਦੇ ਐਕਸਪੈਂਡੀਚਰ ਵੱਖੋ-ਵੱਖਰੇ ਨੇ ਇਸ ਕਰਕੇ ਆਪਾਂ ਦੋਨਾਂ ਕੰਪਨੀਆਂ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ ਕੰਪੈਰੀਜ਼ਨ ਉਦੋਂ ਹੀ ਪੋਸੀਬਲ ਹੋਊਗਾ ਜਦੋਂ ਦੋਨਾਂ 'ਚ ਕੋਈ ਰਿਲੇਸ਼ਨ ਦਿੱਤਾ ਜਾਊਗਾ ਤੇ ਆਪਾਂ ਉਸ ਰਿਲੇਸ਼ਨ ਨੂੰ ਸੈਟੀਸਫਾਈ ਕਰਾਂਗੇ ਤਾਂ ਤੁਸੀਂ ਦੋ ਕੰਪਨੀਆਂ ਦਾ ਆਪਸ 'ਚ ਤਾਂ ਛੱਡੋ ਇੱਕੋ ਕੰਪਨੀ ਦਾ ਦੋ ਅਲੱਗ-ਅਲੱਗ ਸਾਲਾਂ ਦੇ ਵਿੱਚ ਕੰਪੈਰੀਜ਼ਨ ਨਹੀਂ ਪੋਸੀਬਲ ਹੈਗਾ ਜਿਵੇਂ ਏ ਕੰਪਨੀ ਦੀ ਗੱਲ ਕਰੀਏ 2017 'ਚ 60% ਦਾ ਪ੍ਰੋਫਿਟ ਹੈ 2018 'ਚ ਸਿਰਫ 25% ਦਾ ਪ੍ਰੋਫਿਟ ਹੈ ਤਾਂ ਮੇਰਾ ਆਹ ਸਿਰਫ ਸ਼ਬਦ ਵਰਤਨਾ ਗਲਤ ਹੈ ਕਿ ਜੀ 2017 ਚ 60% ਪ੍ਰੋਫਿਟ ਹੈ 2018 ਚ ਸਿਰਫ 25% ਪ੍ਰੋਫਿਟ ਹੈ ਸਿਰਫ ਗਲਤ ਹੈ ਇਹ ਪ੍ਰੋਫਿਟ ਵੱਧ ਹੋ ਸਕਦਾ ਹੈ ਇਹਦੇ ਨਾਲੋਂ ਕਿਉਂਕਿ ਪਰਸੈਂਟੇਜ ਦੇ ਵਿੱਚ ਜਿਹੜਾ 60% ਪ੍ਰੋਫਿਟ ਹੈ ਇਹ ਕੰਪਨੀ ਨੂੰ 2017 ਚ ਉਹ 2017 ਦੇ ਐਕਸਪੈਂਡੀਚਰ ਦੇ ਉੱਤੇ ਹੈ ਤੇ ਅਗਲੇ ਸਾਲ ਜਿਹੜਾ 25% ਪ੍ਰੋਫਿਟ ਹੈ 2018 ਦੇ ਵਿੱਚ ਉਹ 2018 ਦੇ ਐਕਸਪੈਂਡੀਚਰ ਦੇ ਉੱਤੇ ਹੈ ਤਾਂ ਸਾਨੂੰ ਜਦੋਂ ਦੋਨਾਂ ਦੇ 17 ਤੇ 18 ਦੇ ਐਕਸਪੈਂਡੀਚਰ ਨਹੀਂ ਪਤਾ ਤਾਂ ਅਸੀਂ ਬਿਲਕੁਲ ਨਹੀਂ ਦੱਸ ਸਕਦੇ ਕਿ ਕਿਹੜੇ ਸਾਲ ਵੱਧ ਪ੍ਰੋਫਿਟ ਹੈ ਕਿਹੜੇ ਸਾਲ ਘੱਟ ਪ੍ਰੋਫਿਟ ਹੈ ਕਿਉਂਕਿ ਪਰਸੈਂਟੇਜ ਦੇ ਵਿੱਚ ਤਾਂ ਸਾਨੂੰ ਦਿਖਦਾ ਕਿ ਆ 60 ਹੈ ਆ 25 ਹੈ ਪਹਿਲਾਂ ਜ਼ਿਆਦਾ ਸੀ ਹੁਣ ਘਟ ਹੈ ਪਰਸੈਂਟੇਜ ਦੇ ਵਿੱਚ ਤਾਂ ਜ਼ਿਆਦਾ ਹੈ ਪਰ ਉਹ ਰੁਪੀਸ ਦੇ ਵਿੱਚ ਵੀ ਜ਼ਿਆਦਾ ਹੋਗਾ ਇਹ ਨਹੀਂ ਪੋਸੀਬਲ ਹੈਗਾ ਇਹ ਸਾਨੂੰ ਉਦੋਂ ਤੱਕ ਨਹੀਂ ਪਤਾ ਲੱਗਣਾ ਜਦੋਂ ਤੱਕ ਸਾਡੇ ਕੋਲ ਇਹਨਾਂ ਦੇ ਐਕਸਪੈਂਡੀਚਰ ਨਹੀਂ ਹੋਣਗੇ ਤਾਂ ਇੰਨੀ ਗੱਲ ਕਲੀਅਰ ਹੋ ਗਈ ਬੱਚੇ ਤਾਂ ਪ੍ਰੋਫਿਟ ਪਰਸੈਂਟ ਕਦੇ ਵੀ ਕੱਢਣਾ ਹੈਗਾ ਆ ਸੌਰੀ ਪ੍ਰੋਫਿਟ ਪਰਸੈਂਟ ਸਾਨੂੰ ਦਿੱਤਾ ਹੈ ਤਾਂ ਤੁਸੀਂ ਯਾਦ ਰੱਖਣਾ ਐਕਸਪੈਂਡੀਚਰ ਸੌਰੀ ਐਕਸਪੈਂਡੀਚਰ ਹਮੇਸ਼ਾ 100% ਬੱਚੇ ਐਕਸਪੈਂਡੀਚਰ ਹਰ ਕੰਪਨੀ ਦਾ ਹਰ ਸਾਲ 100% ਹੈ ਕਿਉਂ ਆਪਸ ਵਿੱਚ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਆਪਣੇ ਆਪ 'ਚ 100% ਹੈ ਐਕਸਪੈਂਡੀਚਰ ਵੀ ਕਹਿ ਦਿੰਦੇ ਆ ਇਨਵੈਸਟਮੈਂਟ ਟਰਮ ਵੀ ਯੂਜ਼ ਕਰ ਦਿੰਦੇ ਆ ਇਸ ਕੁਐਸਚਨ ਦੇ ਵਿੱਚ ਇਨਵੈਸਟਮੈਂਟ ਟਰਮ ਯੂਜ਼ ਕੀਤੀ ਹੈ ਇਸ ਕਰਕੇ ਮੈਂ ਨਾਲ-ਨਾਲ ਇਨਵੈਸਟਮੈਂਟ ਵੀ ਲਿਖਦਾ ਜਾ ਰਿਹਾ ਐਕਸਪੈਂਡੀਚਰ ਹਰ ਇੱਕ ਦਾ ਆਪਣੇ ਆਪ 'ਚ 100% ਹੈ ਜਿੰਨੇ ਪਰਸੈਂਟ ਦਾ ਤੁਹਾਨੂੰ ਪ੍ਰੋਫਿਟ ਇਸ ਚਾਰਟ ਦੇ ਵਿੱਚ ਦਿੱਤਾ ਹੈਗਾ ਉਹ ਪਰਸੈਂਟ ਪ੍ਰੋਫਿਟ ਜੋੜੋ ਤੁਹਾਡੀ ਇਨਕਮ ਨਿਕਲਿਆਊਗੀ ਤਾਂ ਇੱਕ ਸਾਲ ਦਾ ਕੁਐਸਚਨ ਤਾਂ ਤੁਸੀਂ ਬੜੇ ਆਰਾਮ ਨਾਲ ਸੋਲਵ ਕਰ ਲਓਗੇ ਕਿਸੇ ਇੱਕ ਕੰਪਨੀ ਦੀ ਕਿਸੇ ਇੱਕੋ ਸਾਲ ਦੀ ਜੇ ਗੱਲ ਹੋਵੇ ਸਾਨੂੰ ਇਨਕਮ ਦਿੱਤੀ ਹੈ ਸਾਨੂੰ ਐਕਸਪੈਂਡੀਚਰ ਪੁੱਛ ਲਿਆ ਜਾਂ ਕਿਸੇ 'ਚ ਐਕਸਪੈਂਡੀਚਰ ਦਿੱਤਾ ਸੀ ਜੀ ਸਾਨੂੰ ਇਨਕਮ ਪੁੱਛ ਲਿਓ ਬੜੇ ਆਰਾਮ ਨਾਲ ਕੱਢ ਲਾਂਗੇ ਪਰਸੈਂਟੇਜ ਦੇ ਵਿੱਚ ਕੰਪੈਰੀਜ਼ਨ ਇਹਨਾਂ ਦਾ ਆਪਸ 'ਚ ਹੋ ਜਾਊਗਾ ਪਰ ਇੱਕ ਸਾਲ ਦਾ ਕਿਸੇ ਦੂਜੇ ਸਾਲ ਨਾਲ ਨਹੀਂ ਹੋਣਾ ਇੱਕ ਕੰਪਨੀ ਦਾ ਕਿਸੇ ਦੂਜੀ ਕੰਪਨੀ ਨਾਲ ਨਹੀਂ ਹੋਣਾ ਉਦੋਂ ਹੋਊਗਾ ਕੰਪੈਰੀਜ਼ਨ ਜਦੋਂ ਕੋਈ ਰਿਲੇਸ਼ਨ ਦਿੱਤਾ ਜਾਊ ਤੇ ਅਸੀਂ ਉਸ ਰਿਲੇਸ਼ਨ ਨੂੰ ਸੈਟੀਸਫਾਈ ਕਰਾਂਗੇ ਇਹ ਹਮੇਸ਼ਾ ਯਾਦ ਰੱਖਣੀ ਹੈ ਗੱਲ ਤਾਂ ਹੁਣ ਆਪਾਂ ਬੱਚੇ ਪੰਜ ਦੇ ਪੰਜ ਕੁਐਸਚਨ ਕਰਨੇ ਸਟਾਰਟ ਕਰਦੇ ਆਂ ਧਿਆਨ ਨਾਲ ਦੇਖਿਓ ਐਗਜ਼ਾਮੀਨਰ ਕਹਿੰਦਾ ਦਾ ਇਨਵੈਸਟਮੈਂਟ ਆਫ ਕੰਪਨੀ ਬੀ ਇਨ 2022 ਇਸ ਮੋਰ ਬਾਈ 60% ਦੈਨ ਦੈਟ ਇਨ ਦਾ ਪ੍ਰੀਵੀਅਸ ਈਅਰ ਤਾਂ ਇੱਥੇ ਸਾਨੂੰ ਇੱਕ ਇਨਵੈਸਟਮੈਂਟ ਯਾਨੀ ਕਿ ਐਕਸਪੈਂਡੀਚਰ ਜਿਹੜਾ 100% ਹੁੰਦਾ ਉਹਦਾ ਕੰਪੈਰੀਜ਼ਨ ਉਹਦਾ ਇੱਕ ਰਿਲੇਸ਼ਨ ਦਿੱਤਾ ਬੀ ਕੰਪਨੀ ਦਾ ਐਗਜ਼ਾਮੀਨਰ ਨੇ ਕਿਹਾ ਕਿ ਬੀ ਕੰਪਨੀ ਦਾ 2022 ਚ ਜਿਹੜਾ ਇਨਵੈਸਟਮੈਂਟ ਹੈ 100% ਦੀ ਵੈਲਿਊ ਹੈ ਉਹ ਪਿਛਲੇ ਸਾਲ ਤੋਂ 60% ਜ਼ਿਆਦਾ ਹੈ ਤਾਂ 2021 ਚ ਬੀ ਦੀ ਜਿੰਨੀ ਇਨਵੈਸਟਮੈਂਟ ਹੈ 2022 ਚੋਂ 60% ਵੱਧ ਜਾਂਦੀ ਹੈ ਤਾਂ ਇਨਕਮ ਇਨ 2022 ਇਜ਼ ਵਟ ਪਰਸੈਂਟ ਆਫ ਇਨਵੈਸਟਮੈਂਟ ਇਨ 2021 ਤਾਂ ਆਪਾਂ ਕੀ ਫਾਈਂਡ ਕਰਨਾ ਹੈ ਇਨਕਮ ਇਨ 2022 ਇਜ਼ ਵਟ ਪਰਸੈਂਟ ਆਫ ਇਨਵੈਸਟਮੈਂਟ ਇਨ 2021 ਪਰਸੈਂਟੇਜ ਕੱਢਣੀ ਹੈ ਤਾਂ ਮਲਟੀਪਲਾਈ 100 ਕਰਕੇ ਸਾਡਾ ਆਨਸਰ ਆਊਗਾ ਤਾਂ ਬੱਚੇ ਆਹ ਕੁਐਸਚਨ ਹੈ ਸਾਡਾ ਆਹ ਚੀਜ਼ ਕੈਲਕੂਲੇਟ ਕਰਨੀ ਹੈ ਮੈਂ ਕੀ ਕਿਹਾ ਸੀਗਾ ਮੈਂ ਕਿਹਾ ਸੀ ਕਿਸੇ ਇੱਕ ਸਾਲ ਦਾ ਕਿਸੇ ਦੂਜੇ ਸਾਲ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੋ ਸਕਦਾ ਪਰ ਮੈਂ ਨਾਲ ਇਹ ਕਿਹਾ ਸੀਗਾ ਕਿ ਭਾਈ ਕੰਪੈਰੀਜ਼ਨ ਉਦੋਂ ਹੋਊਗਾ ਜਦੋਂ ਕੋਈ ਰਿਲੇਸ਼ਨ ਦਿੱਤਾ ਹੋਊਗਾ ਤੇ ਅਸੀਂ ਉਸ ਰਿਲੇਸ਼ਨ ਨੂੰ ਸੈਟੀਸਫਾਈ ਕਰੀਏ ਤਾਂ ਇੱਥੇ 21 ਤੇ 22 ਸਾਲਾਂ ਦਾ 2021 ਤੇ 2022 ਦਾ ਆਪਸ ਵਿੱਚ ਕੰਪੈਰੀਜ਼ਨ ਕਰਨ ਲਈ ਕੁਐਸਚਨ ਬਣ ਗਿਆ ਕਿ 2022 ਦੀ ਜਿਹੜੀ ਇਨਕਮ ਹੈ ਉਹ 2021 ਦੇ ਐਕਸਪੈਂਡੀਚਰ ਦਾ ਇਨਵੈਸਟਮੈਂਟ ਦਾ ਕਿੰਨੇ ਪਰਸੈਂਟ ਹੈ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਤਾਂ ਦੋ ਸਾਲਾਂ ਦਾ ਕੰਪੈਰੀਜ਼ਨ ਉਦੋਂ ਹੋਊਗਾ ਜਦੋਂ ਕੋਈ ਰਿਲੇਸ਼ਨ ਦਿੱਤਾ ਹੋਊ ਤੇ ਅਸੀਂ ਉਹਨੂੰ ਸੈਟੀਸਫਾਈ ਕਰੀਏ ਤੇ ਰਿਲੇਸ਼ਨ ਦਿੱਤਾ ਹੈ ਕਿ 2022 ਚ ਜਿਹੜਾ ਜਿਹੜੀ ਇਨਵੈਸਟਮ 2022 ਦੀ ਇਨਵੈਸਟਮੈਂਟ 21 ਦੀ ਇਨਵੈਸਟਮੈਂਟ ਨਾਲੋਂ ਪਿਛਲੇ ਸਾਲ ਦੀ ਇਨਵੈਸਟਮੈਂਟ ਨਾਲੋਂ 60% ਜ਼ਿਆਦਾ ਹੈ ਤਾਂ ਬੱਚੇ ਜੇ ਆਪਾਂ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ 21 ਦੀ ਇਨਵੈਸਟਮੈਂਟ ਆਪਾਂ 100 ਮੰਨ ਲਈਏ ਤਾਂ 22 ਦੀ 60% ਜ਼ਿਆਦਾ ਤਾਂ 160 ਮੰਨ ਲਈਏ ਤਾਂ ਇਨਵੈਸਟਮੈਂਟ 100 ਤੇ 160 ਆ ਗਈ ਹੁਣ ਐਗਜ਼ਾਮੀਨਰ ਨੇ ਜਿਹੜਾ ਸਵਾਲ ਪੁੱਛਿਆ ਉਹਦੇ ਵਿੱਚ 22 ਦੀ ਤਾਂ ਇਨਕਮ ਪੁੱਛੀ ਐ 21 ਦਾ ਇਨਵੈ 21 ਦੀ ਇਨਵੈਸਟਮੈਂਟ ਹੀ ਪੁੱਛੀ ਐ ਤਾਂ 22 ਦੀ ਇਨਕਮ ਪੁੱਛੀ ਐ 21 ਦੀ ਇਨਵੈਸਟਮੈਂਟ ਤਾਂ 21 ਦੀ ਇਨਵੈਸਟਮੈਂਟ ਤਾਂ 100 ਹੀ ਭਰ ਦਿੰਨੇ ਆ 21 ਦੀ ਇਨਵੈਸਟਮੈਂਟ ਤਾਂ 100 ਹੀ ਭਰ ਦਾਂਗੇ ਪਰ 22 ਦੀ ਇਨਕਮ ਪੁੱਛੀ ਐ ਤਾਂ 22 ਦੇ ਉੱਤੇ 75% ਦਾ ਪ੍ਰੋਫਿਟ ਲਾ ਦੋ ਕਿਉਂਕਿ B ਕੰਪਨੀ ਦੀ ਗੱਲ ਹੋ ਰਹੀ ਹੈ ਤਾਂ B ਕੰਪਨੀ ਦਾ 70 ਆਪਣੇ ਸੰਤਰੀ ਜੀ ਲਾਈਨ ਦੇ ਵਿੱਚ ਡਾਟਾ ਹੈ ਤਾਂ 75% ਦਾ ਪ੍ਰੋਫਿਟ ਹੈ ਕਿਉਂਕਿ ਆਪਾਂ ਇਨਕਮ ਕੱਢਣੀ ਹੈ ਤਾਂ 75% ਦਾ ਪ੍ਰੋਫਿਟ ਲਾ ਦੋ 160 ਦੇ ਉੱਤੇ 75% 75% ਹੁੰਦਾ 3/4 3/4 ਦਾ ਪ੍ਰੋਫਿਟ ਤਾਂ 7/4 ਬਣ ਗਿਆ ਤਾਂ 7/4 ਕਰਕੇ 280 ਆ ਗਿਆ ਤਾਂ ਬੱਚੇ ਇਨਕਮ ਤੁਹਾਡੀ ਆ ਗਈ 280 ਤਾਂ 280/100 100 100 ਨਾਲ 100 ਕੱਟਿਆ ਅਨਸਰ ਆ ਗਿਆ ਤੁਹਾਡਾ 280% ਤਾਂ ਇਸ ਕੁਐਸਚਨ ਦਾ ਅਨਸਰ ਤੁਹਾਡਾ ਸਿੱਧਾ-ਸਿੱਧਾ 280% ਸੀਗਾ ਦੋ ਕੰਪਨੀਆਂਜ਼ ਦਾ ਆਪਸ ਵਿੱਚ ਕੰਪੈਰੀਜ਼ਨ ਜਾਂ ਇੱਕੋ ਕੰਪਨੀ ਦਾ ਅਲੱਗ-ਅਲੱਗ ਸਾਲਾਂ 'ਚ ਕੰਪੈਰੀਜ਼ਨ ਉਦੋਂ ਹੁੰਦਾ ਜਦੋਂ ਕੋਈ ਰਿਲੇਸ਼ਨ ਦਿੱਤਾ ਹੋਵੇ ਤੇ ਅਸੀਂ ਉਹਨੂੰ ਸੈਟੀਸਫਾਈ ਕਰੀ ਤਾਂ ਇਹ ਰਿਲੇਸ਼ਨ ਦਿੱਤਾ ਹੋਇਆ ਸੀਗਾ ਸਾਨੂੰ ਕਿ ਭਾਈ 2021 ਤੇ 2022 ਦੇ ਜਿਹੜੇ ਇਨਵੈਸਟਮੈਂਟ ਨੇ ਉਹ ਕੀ ਹੈ 22 ਦੀ ਇਨਵੈਸਟਮੈਂਟ 21 ਨਾਲੋਂ 60% ਜ਼ਿਆਦਾ ਤਾਂ ਇਹ ਰਿਲੇਸ਼ਨ ਨੂੰ ਸੈਟੀਸਫਾਈ ਕਰਕੇ ਸਾਡਾ ਆਨਸਰ ਆਊਗਾ ਸਮਝ ਆ ਗਿਆ ਬੱਚੇ ਸਾਰਿਆਂ ਨੂੰ ਹਾਂਜੀ ਅਗਲੇ ਕੁਐਸਚਨ ਤੇ ਆਓ ਧਿਆਨ ਨਾਲ ਦੇਖੋ ਕੁਐਸਚਨ ਐਗਜ਼ਾਮੀਨਰ ਕਹਿੰਦਾ ਦਾ ਐਵਰੇਜ ਇਨਵੈਸਟਮੈਂਟ ਆਫ ਕੰਪਨੀ ਏ ਓਵਰ ਦਾ ইয়ারਜ਼ ਵਾਸ ਰੁਪੀ 26 ਲਖਸ ਉਹ ਕਹਿੰਦੇ ਕੰਪਨੀ ਏ ਦੀ ਇਹ ਜਿਹੜੇ 7 ਦੇ 7 ਸਾਲ ਦਿੱਤੇ ਆ ਇਹਨਾਂ ਦੇ ਵਿੱਚ ਐਵਰੇਜ ਇਨਵੈਸਟਮੈਂਟ 26 ਲਖ ਹੈ ਤਾਂ ਐਵਰੇਜ ਇਨਕਮ ਕੱਢਣੀ ਹੈ ਤਾਂ ਕਿਸੇ ਸਟੂਡੈਂਟ ਨੇ ਇਹ ਨਹੀਂ ਪਲੇਖਾ ਖਾਣਾ ਕਿ ਸਾਨੂੰ ਇਹ ਕੰਪਨੀ ਦੀ ਸੱਤ ਦੇ ਸੱਤ ਸਾਲਾਂ ਦੀ ਐਵਰੇਜ ਇਨਵੈਸਟਮੈਂਟ 26 ਲੱਖ ਕਹੀ ਹੈ ਤਾਂ ਅਸੀਂ 26 ਲੱਖ 26 26 26 26 26 26 ਸੱਤ ਦੇ ਸੱਤ ਸਾਲਾਂ ਦੇ ਵਿੱਚ 26 ਲੱਖ ਮੰਨ ਲਈਏ ਇਹੇ ਐਵਰੇਜ ਚੈਪਟਰ ਦੇ ਵਿੱਚ ਤਾਂ ਗੱਲ ਜੱਜਦੀ ਸੀ ਕਿ ਜੇ ਸਾਨੂੰ ਐਵਰੇਜ 26 ਲੱਖ ਦਿੱਤੀ ਹੋਈ ਹੈ ਤਾਂ ਅਸੀਂ ਸਾਰੇ ਸਾਲਾਂ ਦੀ ਐਵਰੇਜ ਸਾਰੇ ਸਾਲਾਂ ਦੀ ਵੈਲਿਊ 26 ਲੱਖ ਮੰਨ ਲਈਏ ਪਰ ਅਸਲ ਦੇ ਵਿੱਚ ਤਾਂ 26 ਲੱਖ ਨਹੀਂ ਹੈਗੀ ਅਸਲ ਦੇ ਵਿੱਚ ਤਾਂ ਕਿਸੇ ਸਾਲ 'ਚ ਵੱਧ ਇਨਵੈਸਟਮੈਂਟ ਹੋਣੀ ਹੈ ਕਿਸੇ ਸਾਲ 'ਚ ਘੱਟ ਹੋਣੀ ਹੈ ਅਸੀਂ ਸੱਤ ਦੇ ਸੱਤ ਸਾਲਾਂ ਦੀ ਐਵਰੇਜ 26 ਲੱਖ ਦੇਖੀ ਹੈ ਪਰ ਸਾਨੂੰ ਐਕਚੁਅਲ ਨਹੀਂ ਨਾ ਪਤਾ ਸੋ ਜੇ ਸਾਨੂੰ ਕਿਸੇ ਵੀ ਸਾਲ ਦੀ ਐਕਚੁਅਲ ਇਨਵੈਸਟਮੈਂਟ ਨਹੀਂ ਪਤਾ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਕਿਸੇ ਸਾਲ ਦੀ ਸਾਨੂੰ ਐਕਚੁਅਲ ਦੇ ਵਿੱਚ ਇਨਵੈਸਟਮੈਂਟ ਕਿੰਨੀ ਹੈ ਨਹੀਂ ਪਤਾ ਜਿਹਦੀ ਐਵਰੇਜ 26 ਨਿਕਲਿਆ ਹੋਣੀ ਹੈ ਤਾਂ ਇਨਕਮ ਕੱਢਣ ਦੇ ਲਈ ਸਾਨੂੰ ਇਨਵੈਸਟਮੈਂਟ ਦੇ ਉੱਤੇ ਪ੍ਰੋਫਿਟ ਲਾਉਣਾ ਪਊਗਾ ਤਾਂ ਕਿਹਦੇ ਤੇ ਅਸੀਂ 40% ਪ੍ਰੋਫਿਟ ਲਾਵਾਂਗੇ ਕਿਹਦੇ ਤੇ 60 ਲਾਵਾਂਗੇ ਕਿਹਦੇ ਤੇ 25 ਲਾਵਾਂਗੇ ਕਿਹਦੇ ਤੇ 40 ਲਾਵਾਂਗੇ ਕਿਹਦੇ ਤੇ 55 ਲਾਵਾਂਗੇ ਸਾਨੂੰ ਨਹੀਂ ਪਤਾ ਕਿਹਦੇ ਤੇ 75 ਲੱਗੂ ਕਿਹਦੇ ਤੇ 90 ਲੱਗੂ ਸਾਨੂੰ ਨਹੀਂ ਪਤਾ ਤਾਂ ਅਸੀਂ ਐਵਰੇਜ ਇਨਕਮ ਨਹੀਂ ਕੱਢ ਸਕਦੇ ਐਵਰੇਜ ਇਨਕਮ ਕਿਉਂ ਨਹੀਂ ਕੱਢ ਸਕਦੇ ਕਿਉਂਕਿ ਐਵਰੇਜ ਇਨਕਮ ਕੱਢਣ ਦੇ ਲਈ ਟੋਟਲ ਇਨਕਮ ਕੱਢਣੀ ਪਊਗੀ 7 ਦੇ 7 ਸਾਲਾਂ ਦੀ ਇਨਕਮ ਜੋੜਨੀ ਪਊ ਤਾਂ ਹਰ ਇੱਕ ਸਾਲ ਦੀ ਇਨਕਮ ਤਾਂ ਨਿਕਲੂ ਜੇ ਹਰ ਇੱਕ ਸਾਲ ਦੀ ਇਨਵੈਸਟਮੈਂਟ ਹੋਊਗੀ ਸਾਡੇ ਕੋਲ ਹਰ ਇੱਕ ਸਾਲ ਦੀ ਇਨਵੈਸਟਮੈਂਟ ਨਹੀਂ ਹੈਗੀ ਸਾਡੇ ਕੋਲ ਇਕੱਲੀ ਐਵਰੇਜ ਇਨਵੈਸਟਮੈਂਟ ਹੈ ਹਰ ਇੱਕ ਸਾਲ ਦੀ ਇਨਵੈਸਟਮੈਂਟ ਨਹੀਂ ਹੈਗੀ ਤਾਂ ਡਾਟਾ ਇਨੈਡਿਕੁਏਟ ਤਾਂ ਇਸ ਕੁਐਸਚਨ ਦਾ ਆਨਸਰ ਆਊਗਾ ਤੁਹਾਡਾ ਚੌਥਾ ਆਪਸ਼ਨ ਡਾਟਾ ਇਨੈਡਿਕੁਏਟ ਕਿਸੇ ਸਟੂਡੈਂਟ ਨੇ ਇਹ ਗਲਤੀ ਨਹੀਂ ਕਰਨੀ ਹੈਗੀ ਕਿ ਸਰ ਐਵਰੇਜ ਇਨਵੈਸਟਮੈਂਟ 26 ਲੱਖ ਦਿੱਤਿਆ ਤਾਂ ਅਸੀਂ ਸਾਰੇ ਸਾਲਾਂ ਦੀ 26 ਲੱਖ ਮੰਨ ਲੈਣੇ ਆ ਪਹਿਲੇ ਸਾਲ 26 ਦੇ ਉੱਤੇ 40% ਪ੍ਰੋਫਿਟ ਲਾਤਾ ਦੂਜੇ 'ਚ 26 ਦੇ ਉੱਤੇ 60% ਲਾਤਾ ਤੀਜੇ 'ਚ 26 ਦੇ ਉੱਤੇ 25% ਲਾਤਾ ਕਿਸੇ ਸਟੂਡੈਂਟ ਨੇ ਇਹ ਗਲਤੀ ਨਹੀਂ ਕਰਨੀ ਹੈਗੀ ਜਦ ਕਿਸੇ ਸਟੂਡੈਂਟ ਦੇ ਦਿਮਾਗ ਚ ਜੇ ਇਹ ਗਲਤੀ ਵੀ ਆਈ ਹੋਵੇ ਉਹ ਵੀ ਡਿਸਕਸ ਕਰ ਲੈਣੇ ਆ ਕਿ ਸਰ ਐਵਰੇਜ ਇਨਵੈਸਟਮੈਂਟ 26 ਲੱਖ ਦਿੱਤੀ ਹੈ ਤਾਂ ਉਹਨੂੰ ਜੇ ਅਸੀਂ 26 ਲੱਖ ਮੰਨ ਲਿਆ ਇਨਵੈਸਟਮੈਂਟ ਨੂੰ ਤੇ ਜਿਹੜਾ ਸਾਨੂੰ ਹਰ ਇੱਕ ਸਾਲ ਦਾ ਅਲੱਗ-ਅਲੱਗ ਪ੍ਰੋਫਿਟ ਦਿੱਤਾ ਹੋਇਆ ਹੈ ਪਰਸੈਂਟੇਜ ਦੇ ਵਿੱਚ ਉਹਦੀ ਵੀ ਐਵਰੇਜ ਕੱਢ ਲਈ ਜੀ ਤਾਂ ਉਹਦੀ ਐਵਰੇਜ ਕੱਢ ਕੇ ਇੰਨੇ ਪਰਸੈਂਟ ਆ ਗਿਆ 26 ਲੱਖ ਦੇ ਉੱਤੇ ਇੰਨੇ ਪਰਸੈਂਟ ਪ੍ਰੋਫਿਟ ਲਾ ਕੇ ਅਸੀਂ ਜੀ ਐਵਰੇਜ ਇਨਕਮ ਕੱਢ ਲਈ ਬੱਚੇ ਗਲਤ ਹੈ ਐਵਰੇਜ ਇਨਕਮ ਨਿਕਲਣ ਦਾ ਇੱਕੋ ਇੱਕ ਰਾਹ ਹੈ ਹਰ ਸਾਲ ਦੀ ਇਨਕਮ ਜੋੜ ਕੇ ਭਾਟੇ 7 ਕਰਨਾ ਹੈ ਕਿਉਂਕਿ 7 ਸਾਲ ਨੇ ਤਾਂ 7 ਸਾਲ ਦੀ ਇਨਕਮ ਕੱਢਣੀ ਹੈ ਐਡ ਕਰਨੀ ਹੈ बटे 7 ਕਰਨਾ ਹੈ ਤਾਂ 7 ਦੇ 7 ਸਾਲਾਂ ਦੀ ਇਨਕਮ ਕੱਢਣ ਦੇ ਲਈ ਹਰ ਇੱਕ ਸਾਲ ਦੀ ਇਨਕਮ ਤਾਂ ਨਿਕਲੂ ਜੇ ਹਰ ਇੱਕ ਸਾਲ ਦਾ ਐਕਸਪੈਂਡੀਚਰ ਜਾਂ ਫਿਰ ਇਨਵੈਸਟਮੈਂਟ ਦਿੱਤੀ ਹੋ ਤੇ ਸਾਨੂੰ ਕਿਸੇ ਸਾਲ ਦੀ ਇਨਵੈਸਟਮੈਂਟ ਨਹੀਂ ਦਿੱਤੀ ਤਾਂ ਕਿਸੇ ਸਾਲ ਦੀ ਇਨਕਮ ਨਹੀਂ ਨਿਕਲੂ ਨਿਕਲੂਗੀ ਨਹੀਂ ਤਾਂ ਐਵਰੇਜ ਨਹੀਂ ਨਿਕਲੂਗੀ ਇਸ ਕਰਕੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਡਾਟਾ ਇਨੈਡੀਕੁਏਟ ਹੋਊਗਾ ਇਸ ਚੀਜ਼ ਦਾ ਪੇਪਰ ਦੇ ਵਿੱਚ ਵੀ ਧਿਆਨ ਰੱਖਣਾ ਸੀਗਾ ਬੱਚੇ ਕਲੀਅਰ ਜਿੰਨੇ ਸਟੂਡੈਂਟਸ ਸਮਝ ਮਤਲਬ ਬੈਠੇ ਨੇ ਸੈਸ਼ਨ ਦੇ ਵਿੱਚ ਬਾਈ ਬਣ ਕੇ ਕਮੈਂਟ ਕਰਕੇ ਦੱਸ ਦਿਓ ਕਿ ਸਮਝ ਆ ਰਹੀਆਂ ਨੇ ਚੀਜ਼ਾਂ ਜਿਹੜੇ ਸਟੂਡੈਂਟਸ ਮਗਰੋਂ ਵੀ ਬੈਠਣਗੇ ਮਤਲਬ ਮਗਰੋਂ ਆ ਕੇ ਸੈਸ਼ਨ ਦੇਖਣਗੇ ਪਲੀਜ਼ ਕਮੈਂਟ ਕਰਕੇ ਦੱਸ ਦੇ ਜਾਈਓ ਕਿ ਸੈਸ਼ਨ ਸਮਝ ਆ ਰਿਹਾ ਹੈ ਤਾਂ ਅਗਲੇ ਦਿਨਾਂ ਦੇ ਜਿਹੜੇ ਸੈਸ਼ਨਸ ਮੈਥ ਦੇ ਹੋਣਗੇ ਮੈਂ ਉਸ ਹਿਸਾਬ ਨਾਲ ਫਾਰਮੂਲੇਟ ਕਰਦਾ ਜਾਊਂਗਾ ਹਾਂਜੀ ਅਗਲਾ ਕੁਐਸਚਨ ਇਨਕਮ ਆਫ ਕੰਪਨੀ A ਇਨ 2020 ਵਾਸ ਰੁਪੀਏ 18.6 ਲੱਖ ਕੰਪਨੀ A ਦੀ ਸਨ 2020 ਦੀ ਗੱਲ ਹੋ ਰਹੀ ਹੈ ਸਨ 2020 ਦੇ ਵਿੱਚ A ਕੰਪਨੀ ਦੀ ਇਨਕਮ ਦਿੱਤੀ ਹੋਈ ਹੈ ਇਨਵੈਸਟਮੈਂਟ ਪੁੱਛੀ ਹੈ ਤਾਂ ਬੱਚੇ ਇਨਕਮ ਦੇਖੋ ਕੰਪਨੀ A ਦਾ 2020 ਦੇ ਵਿੱਚ ਪ੍ਰੋਫਿਟ ਕਿੰਨਾ ਹੈ 55% ਸੋ ਪ੍ਰੋਫਿਟ so, 55% ਦਾ ਮਤਲਬ ਕੀ ਹੈ ਪ੍ਰੋਫਿਟ 55% ਦਾ ਮਤਲਬ ਇਹ ਹੈ ਕਿ ਭਾਈ ਤੁਹਾਡੀ ਇਨਵੈਸਟਮੈਂਟ ਤਾਂ 100% ਸੀ ਇਨਕਮ ਤੁਹਾਡੀ 155% ਹੋਗੀ 55% ਦੀ ਫ੍ਰੈਕਸ਼ਨ ਹੁੰਦੀ ਹੈ ਬੱਚੇ 11/20 11/20 ਦਾ ਪ੍ਰੋਫਿਟ ਪ੍ਰੋਫਿਟ ਮਤਲਬ ਤੁਹਾਡੀ ਇਨਕਮ ਹੋਗੀ 31/20 ਤਾਂ ਜੇ ਤੁਸੀਂ ਇਨਵੈਸਟਮੈਂਟ ਤੋਂ ਇਨਕਮ ਕੱਢਣੀ ਹੈ ਤਾਂ 31/20 ਕਰੋਗੇ ਪਰ ਇਸ ਕੁਐਸਚਨ ਚ ਤਾਂ ਤੁਹਾਨੂੰ ਇਨਕਮ 기ਵਨ ਹੈ ਤੇ ਤੁਸੀਂ ਇਨਵੈਸਟਮੈਂਟ ਕੱਢਣੀ ਹੈ ਤਾਂ ਇਨਕਮ ਦਾ 20/31 ਕਰ ਦਾਂਗੇ ਮੈਂ ਰੈਸੀਪਰੋਕਲ ਸਾਰਿਆਂ ਨੂੰ ਡਿਟੇਲ ਦੇ ਵਿੱਚ ਸਮਝਾਇਆ ਪੇਡ ਮੈਚ ਦੇ ਵਿੱਚ ਚੰਗੀ ਤਰ੍ਹਾਂ ਕੀਤਾ ਹੋਇਆ ਰੈਸੀਪਰੋਕਲ ਕਰਾਂਗੇ ਤੇ ਸਾਡੀ ਇਨਵੈਸਟਮੈਂਟ ਨਿਕਲੇਗੀ ਆ ਡੈਸੀਮਲ ਕੱਟਿਆ ਥੱਲੇ 10 ਚੱਲ ਜੂਗਾ 31 ਦਾ 6 ਗੁਣਾ 186 0 ਨਾਲ 0 ਕੱਟੀ 6 2 6 2 ਕਰਕੇ ਤੁਹਾਡਾ ਆਨਸਰ ਆ ਜਾਊਗਾ 12 ਲੱਖ ਤਾਂ ਇਸ ਕੁਐਸਚਨ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਆ ਜਾਊਗੀ ਸੈਕਿੰਡ ਆਪਸ਼ਨ 12 ਲੱਖ ਜੇ ਤੁਸੀਂ ਇਨਕਮ 기ਵਨ ਹੈ ਤੇ ਆਪਣਾ ਇਨਵੈਸਟਮੈਂਟ 기ਵਨ ਹੈ ਤੇ ਇਨਕਮ ਕੱਢਣੀ ਹੈ ਫੇਰ ਤੁਸੀਂ ਪ੍ਰੋਫਿਟ ਪਰਸੈਂਟ ਜਿੰਨਾ ਵੀ ਹੈ ਉਹਦੀ ਫ੍ਰੈਕਸ਼ਨ ਸਿੱਧੀ ਮਲਟੀਪਲਾਈ ਕਰ ਦੇਣੀ ਹੈ ਤੇ ਜੇ ਇਨਕਮ 기ਵਨ ਹੈ ਤੇ ਇਨਵੈਸਟਮੈਂਟ ਕੱਢਣੀ ਹੈ ਪੁੱਠਾ ਚੱਲਣਾ ਤਾਂ ਰੈਸੀਪ੍ਰੋਕਲ ਦੇ ਨਾਲ ਮਲਟੀਪਲਾਈ ਕਰਾਂਗੇ ਜਿਵੇਂ ਐਸਪੀ ਤੋਂ ਸੀਪੀ ਕੱਢਣਾ ਫਾਈਨਲ ਸੈਲਰੀ ਤੋਂ ਇਨੀਸ਼ੀਅਲ ਸੈਲਰੀ ਕੱਢਣੀ ਹੈ ਬਿਲਕੁਲ ਉਸੇ ਤਰ੍ਹਾਂ ਇਹ ਕੁਐਸਚਨ ਹੋ ਰਿਹਾ 12 ਲੱਖ ਬਿਲਕੁਲ ਠੀਕ ਹੈ ਬੱਚੇ ਵੈਰੀ ਗੁੱਡ ਅਗਲਾ ਕੁਐਸਚਨ ਦੇਖੋ ਜੀ ਕੀ ਹੈ ਐਗਜ਼ਾਮੀਨਰ ਕਹਿੰਦਾ ਦਾ ਇਨਕਮ ਆਫ ਏ ਇਨ 2020 ਇਜ਼ ਇਕੁਅਲ ਆ ਰਿਲੇਸ਼ਨ ਦਿੱਤਾ ਨਾ ਕਿਸੇ ਦਾ ਕਿਸੇ ਨਾਲ ਏ ਦੀ 2020 ਦੇ ਵਿੱਚ ਇਨਕਮ ਕਿਹਦੇ ਇਕੁਅਲ ਹੈ ਇਨਵੈਸਟਮੈਂਟ ਆਫ ਬੀ ਇਨ 2021 ਤਾਂ 2020 ਦੇ ਵਿੱਚ ਏ ਕੰਪਨੀ ਤੇ 2021 ਦੇ ਵਿੱਚ ਬੀ ਕੰਪਨੀ ਦਾ ਡਾਟਾ ਦਿੱਤਾ ਹੋਇਆ ਹੈ ਕਹਿੰਦੇ ਏ ਦੀ ਇਨਕਮ ਇਕੁਅਲ ਬੀ ਦੀ ਇਨਵੈਸਟਮੈਂਟ ਦੇ ਸੋ ਵਾਟ ਇਜ਼ ਦਾ ਰੇਸ਼ੀਓ ਆਫ ਰੇਸ਼ੀਓ ਕੱਢਣੀ ਹੈ ਕਾਦੀ ਇਨਵੈਸਟਮੈਂਟ ਆਫ ਏ ਇਨ 2020 ਟੂ ਦਾ ਇਨਵੈਸਟਮੈਂਟ ਆਫ ਬੀ ਇਨ 21 ਇਨਵੈਸਟਮੈਂਟ ਆਫ ਏ ਇਨ 2020 ਉਹਦੀ ਰੇਸ਼ੀਓ ਕੱਢਣੀ ਹੈ ਕਿਹਦੇ ਨਾਲ ਇਨਵੈਸਟਮੈਂਟ ਹੀ ਕੱਢਣੀ ਹੈ ਬੀ ਇਨ 2021 ਤਾਂ ਬੱਚੇ ਆਹ ਰੇਸ਼ੀਓ ਕੱਢਣੀ ਹੈ ਰਿਲੇਸ਼ਨ ਦੇ ਵਿੱਚ ਕੀ ਦਿੱਤਾ ਏ ਦੀ ਇਨਕਮ ਕਿਹਦੇ ਬਰਾਬਰ ਹੈ ਬੀ ਦੇ ਇਨਵੈਸਟਮੈਂਟ ਦੇ ਬਰਾਬਰ ਤਾਂ ਬੀ ਦੀ ਇਨਵੈਸਟਮੈਂਟ ਤੇ ਏ ਦੀ ਇਨਕਮ ਆਪਾਂ 100 ਮੰਨ ਲਈਏ ਜੇ ਆਪਾਂ ਇਹਨਾਂ ਨੂੰ income of a in 2020 is equal to investment of b in 21 ਨੂੰ equal ਮੰਨ ਲਈਏ ਤਾਂ ਇਹਨਾਂ ਦੋਨਾਂ ਨੂੰ 100 ਮੰਨ ਲਈਏ ਇਹਨਾਂ ਨੂੰ 100 ਮੰਨ ਲਈਏ ਤਾਂ ਇਹਦੀ ਵੈਲਿਊ ਤਾਂ 100 ਹੀ ਆ ਗਈ ਪਰ a ਦੀ ਇਨਕਮ 100 ਬਣਦੀ ਹੈ ਤਾਂ 2020 ਦੇ ਵਿੱਚ a ਦੀ ਇਨਕਮ ਕਿੰਨੀ ਆ 55% 55% ਇਨਕਮ ਜਿਵੇਂ ਪਿਛਲੇ ਕੁਐਸਚਨ ਚ ਵੀ ਵਰਤੇ ਹੀ ਸੀਗਾ ਇਹਨੂੰ ਤਾਂ 55% ਪ੍ਰੋਫਿਟ ਪਰਸੈਂਟ ਦੀ ਫ੍ਰੈਕਸ਼ਨ 11/20 11/20 ਦਾ ਮਤਲਬ ਇਨਕਮ ਬਣ ਗਈ 31/20 ਤਾਂ ਮਤਲਬ ਇਨਵੈਸਟਮੈਂਟ ਦਾ ਇਹਦੀ ਫ੍ਰੈਕਸ਼ਨ 31/20 ਬਣ ਗਈ ਪ੍ਰੋਫਿਟ ਲਾਉਣ ਤੋਂ ਬਾਅਦ ਇਨਵੈਸਟਮੈਂਟ ਦਾ 31/20 ਕਰਕੇ ਤੁਹਾਡੀ ਇਨਕਮ ਆ ਰਹੀ ਹੈ ਪਰ ਸਾਡੀ ਇਨਕਮ ਤਾਂ 100 ਰੁਪਏ ਹੈ ਕਿਉਂਕਿ ਇਕੁਅਲ ਪੁੱਟ ਕਰਦਾ ਉਹਦੀ ਇਨਵੈਸਟਮੈਂਟ ਤੇ ਇਹਦੀ ਇਨਕਮ 100 ਮੰਨ ਲਈ ਤਾਂ ਜੇ ਇਹ 100 ਰੁਪਏ ਹੈ ਤਾਂ ਇਨਵੈਸਟਮੈਂਟ ਕਿੰਨੀ ਆ ਜੂ ਜਿਹੜੀ ਇੱਥੇ ਭਰਾਂਗੇ 20/31 ਦਾ 100 ਦਾ 20/31 ਇੱਥੇ ਭਰਿਆ ਜਾਊਗਾ 100 ਨਾਲ 100 ਕੱਟਿਆ 20/31 ਰੇਸ਼ਿਓ 1 20/31 ਰੇਸ਼ਿਓ 1 ਆ ਗਿਆ ਤੁਹਾਡਾ 20:31 ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਪੇਪਰ ਦੇ ਵਿੱਚ ਸੀ ਆਪਸ਼ਨ ਆ ਜਾਣਾ ਸੀ 20:31 ਤਾਂ ਬੱਚੇ ਜਿਹੜੀ ਗੱਲ ਮੈਂ ਸ਼ੁਰੂ ਚ ਡਿਟੇਲ ਚ ਸਮਝਾਈ ਹੈ ਵੀ ਭਾਈ ਕਿਸੇ ਇੱਕ ਕੰਪਨੀ ਦਾ ਦੂਜੀ ਕੰਪਨੀ ਨਾਲ ਜਾਂ ਫਿਰ ਇੱਕੋ ਹੀ ਕੰਪਨੀ ਦਾ ਦੋ ਅਲੱਗ-ਅਲੱਗ ਸਾਲਾਂ ਦੇ ਵਿੱਚ ਕੰਪੈਰੀਜ਼ਨ ਉਦੋਂ ਹੀ ਹੋਊਗਾ ਜਦੋਂ ਕੋਈ ਰਿਲੇਸ਼ਨ ਦਿੱਤਾ ਜਾਊਗਾ ਤੇ ਜੋ ਰਿਲੇਸ਼ਨ ਦਿੱਤਾ ਗਿਆ ਉਸ ਰਿਲੇਸ਼ਨ ਨੂੰ ਸੈਟੀਸਫਾਈ ਕਰਨ ਤੋਂ ਬਾਅਦ ਹੀ ਤੁਸੀਂ ਕੋਈ ਵੀ ਕੰਪੈਰੀਜ਼ਨ ਕਰ ਸਕੋਗੇ ਕਿਸੇ ਦੋ ਕੰਪਨੀਆਂ ਦਾ ਆਪਸ ਵਿੱਚ ਕਿਸੇ ਕੰਪਨੀ ਦਾ ਕਿਸੇ ਸਾਲ ਕਿਸੇ ਕੰਪਨੀ ਦਾ ਕਿਸੇ ਸਾਲ ਦਾ ਇਹ ਸਾਰੇ ਕੰਪੈਰੀਜ਼ਨਸ ਉਦੋਂ ਹੀ ਪੋਸੀਬਲ ਹੋਣਗੇ ਜਦੋਂ ਤੁਸੀਂ ਰਿਲੇਸ਼ਨ ਨੂੰ ਸੈਟੀਸਫਾਈ ਕਰੋਗੇ ਤਾਂ ਇਹ ਤੁਹਾਡਾ ਪੇਪਰ ਦਾ ਕੁਐਸਚਨ ਸੀਗਾ ਤਾ ਕੋਆਪਰੇਟਿਵ ਇਨਸਪੈਕਟਰ ਦੇ ਪੇਪਰ ਦੇ ਵਿੱਚ ਸਾਡੇ ਡੀਆਈ ਦੇ ਦੋ ਕੁਐਸਚਨ ਮਤਲਬ ਦੋ ਸੈੱਟ ਆਏ ਸੀਗੇ ਇੱਕ ਇਹ ਲਾਈਨ ਚਾਰਟ ਦਾ ਸੈੱਟ ਆਇਆ ਸੀਗਾ ਇੱਕ ਡਬਲ ਪਾਈ ਚਾਰਟ ਦਾ ਸੈੱਟ ਆਇਆ ਸੀ ਕਿਸੇ ਸੈਸ਼ਨ ਚ ਡਬਲ ਪਾਈ ਚਾਰਟ ਵੀ ਸੌਖਾ ਕਰਕੇ ਮੈਂ ਸਮਝਾਉਂਗਾ ਤਾਂ ਇਹ ਆਪਣਾ ਹਾਂ ਜਿੰਨੇ ਸਟੂਡੈਂਟਸ ਆਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ ਬੱਚੇ 20 ਰੇਸ਼ੋ 31 ਸੀ ਆਪਸ਼ਨ ਵੈਰੀ ਗੁੱਡ ਤਾਂ ਇਹ ਆਪਣਾ ਡੀਆਈ ਦਾ ਸੈੱਟ ਸੀਗਾ ਇਸ ਤੋਂ ਬਾਅਦ ਆਪਣੇ ਪਾਈਪਸ ਐਂਡ ਸਿਸਟਮ ਦੇ ਕੁਐਸਚਨ ਨੇ ਫਿਰ ਪ੍ਰੋਫਿਟ ਲਾਸ ਦੇ ਵਿੱਚ ਆਪਣੇ ਡਿਸਆਨੈਸਟ ਸ਼ਾਪਕੀਪਰ ਵਾਲੇ ਸਵਾਲ ਹੋਣਗੇ ਅਖੀਰ ਤੇ ਜਾ ਕੇ ਸਾਡੇ ਕੁਝ ਐਲੀਗੇਸ਼ਨ ਲਾਉਣੀ ਹੁੰਦੀ ਹੈ ਜਿਹੜੇ ਸਵਾਲਾਂ 'ਚ ਸ਼ਰਾਬ ਦੀ ਬੋਤਲ ਵਾਲੇ ਵਾਈਨ ਆਫ ਬੋਟਲ ਆਫ ਵਾਈਨ ਵਾਲੇ ਸਵਾਲ ਹੁੰਦੇ ਆ ਉਹਨਾਂ ਨੂੰ ਕੁਐਸ਼ਨਸ ਨੂੰ ਕਰਾਂਗੇ ਉਹ ਤਿੰਨਾਂ ਸਵਾਲਾਂ ਦੇ ਵਿੱਚੋਂ ਦੋ ਤਾਂ ਪਹਿਲੇ ਬਹੁਤ ਸੌਖੇ ਹੋਣਗੇ ਤੀਜਾ ਥੋੜਾ ਜਿਹਾ ਇੰਟਰਸਟਿੰਗ ਕੁਐਸ਼ਨ ਹੋਊਗਾ ਤਾਂ ਅੱਜ ਦੇ ਸੈਸ਼ਨ ਦਾ ਜਿਹੜਾ ਬਿਲਕੁਲ ਆਖਰੀ ਕੁਐਸ਼ਨ ਹੋਊਗਾ ਮੈਂ ਉਮੀਦ ਕਰੂੰਗਾ ਕਿ ਉਹ ਸਾਰੇ ਬੱਚਿਆਂ ਦੇ ਲਈ ਨਵਾਂ ਹੋਊਗਾ ਕੁਐਸ਼ਨ ਨਵਾਂ ਇਸ ਇਸ ਤਰ੍ਹਾਂ ਨਹੀਂ ਹੋਊਗਾ ਕਿ ਕੁਐਸ਼ਨ ਦੀ ਸਟੇਟਮੈਂਟ ਪਤਾ ਨਹੀਂ ਕੀ ਬਣ ਕੇ ਆਗੀ ਕੁਐਸ਼ਨ ਦੀ ਸਟੇਟਮੈਂਟ ਸਾਰੇ ਸਟੂਡੈਂਟਸ ਕਹਿਣਗੇ ਕਿ ਸਰ ਇਹੋ ਜਿਹੇ ਕੁਐਸ਼ਨ ਤਾਂ ਕੀਤੇ ਹੀ ਹੋਏ ਨੇ ਤਾਂ ਆਖਰੀ ਕੁਐ ਪਰ ਉਹ ਤੀਜੇ ਕੁਐਸਚਨ ਦੇ ਵਿੱਚ ਇੱਕ ਛੋਟੀ ਜੀ ਚੀਜ਼ ਹੋਊਗੀ ਜਿਹੜੀ ਮੈਂ ਉਮੀਦ ਕਰਦਾ ਕਿ ਅੱਜ ਸਾਰੇ ਸਟੂਡੈਂਟਸ ਲਈ ਮਗਰੋਂ ਵੀ ਜਿਹੜੇ ਦੇਖਣਗੇ ਸੈਸ਼ਨ ਨੂੰ ਸਭ ਦੇ ਲਈ ਨਵੀਂ ਹੋਊਗੀ ਤਾਂ ਪਹਿਲਾਂ ਆਪਾਂ ਪਾਈਪਸ ਐਂਡ ਸਿਸਟਮ ਨਾਲੇ ਕੁਐਸਚਨਸ ਤੇ ਆ ਜਾਂਦੇ ਆ ਪਾਈਪਸ ਐਂਡ ਸਿਸਟਮ ਨਾਲਾ ਕੁਐਸਚਨ ਕੀ ਹੈ ਬੱਚੇ ਮੈਂ ਅੰਗਰੇਜ਼ੀ ਦੇ ਵਿੱਚ ਸਟੇਟਮੈਂਟ ਪੜ੍ਹਾਂਗਾ ਪੰਜਾਬੀ ਵਿੱਚ ਸਮਝਾਉਂਗਾ ਤੁਸੀਂ ਨਾਲ-ਨਾਲ ਪੰਜਾਬੀ ਵਿੱਚ ਪੜ੍ਹੋ ਚਾਹੇ ਅੰਗਰੇਜ਼ੀ ਵਿੱਚ ਪੜ੍ਹੋ ਤੇ ਪੰਜਾਬੀ ਵਿੱਚ ਸਮਝੋ ਜਿਵੇਂ ਸੌਖਾ ਲੱਗਦਾ ਦੋ ਪਾਈਪਾਂ ਨੇ ਦੇ ਕੈਨ ਫਿੱਲ ਇ ਟੈਂਕ ਇਨ ਪਹਿਲੀ ਪਾਈਪ ਟੈਂਕ ਨੂੰ 12 ਮਿੰਟਾਂ ਚ ਤੇ ਦੂਜੀ 16 ਬੋਥ ਦਾ ਪਾਈਪਸ ਆਰ ਓਪਨਡ ਟੁਗੇਦਰ ਦੋਨੇ ਪਾਈਪਾਂ ਇਕੱਠੀਆਂ ਚਲਾਤੀਆਂ ਫੋਰ ਅ ਸਰਟਨ ਟਾਈਮ ਬਟ ਬੀਇੰਗ ਕਲੋਜ਼ਡ ਕਲੋਜ਼ਡ ਦਾ ਮਤਲਬ ਕਿ ਉਹਨਾਂ ਦੇ ਵਿੱਚ ਗੰਦਗੀ ਫਸੀ ਹੋਈ ਸੀ ਜੇ ਤਾਂ ਪਾਈਪਾਂ ਹੁੰਦੀਆਂ ਸਾਫ਼ ਫੇਰ ਤਾਂ ਜੋ ਪਾਈਪਾਂ ਦੀ ਆਪਣੀ origignal efficiency ਹੈ ਉਹਦੇ ਸਾਬ ਸਾਬ ਨਾਲ ਉਹਨਾਂ ਨੇ ਟੈਂਕ ਭਰਨਾ ਸੀ ਪਰ ਪਾਈਪਾਂ 'ਚ ਕਹਿੰਦੇ ਕੂੜਾ ਕਾੜਾ ਜਾਂ ਗੰਦਗੀ ਜੀ ਫਸੀ ਹੋਣ ਕਰਕੇ ਉਹਨਾਂ 'ਚੋਂ ਪੂਰਾ ਪਾਣੀ ਨਹੀਂ ਨਿਕਲ ਰਿਹਾ ਘੱਟ ਨਿਕਲ ਰਿਹਾ ਤਾਂ ਬੀਇੰਗ ਕਲੋਜ਼ਡ ਓਨਲੀ 7/8 ਆਫ ਦਾ ਕਪੈਸਿਟੀ ਫਲੋਸ ਥਰੂ ਦਾ ਪਹਿਲੀ ਪਾਈਪ ਐਂਡ 5/6 थ्रू द दूसरी पाइप ता ऑब्स्ट्रक्शंस बीइंग सडनली रिमूव्ड ਜਿਹੜੀ ਆ ਇਹ ਵਿੱਚ ਅਬਸਟਰਕਸ਼ਨਸ ਸੀ ਜਿਹੜਾ ਗੰਦਸਵਾ ਫਸਿਆ ਹੋਇਆ ਸੀਗਾ ਉਹਨਾਂ ਨੂੰ ਅਸੀਂ ਫਿਰ ਹਟਾਇਆ ਹਟਾਉਣ ਤੋਂ ਬਾਅਦ ਦਾ ਟੈਂਕ ਇਜ਼ ਫਿਲਡ ਇਨ 3 ਮਿੰਟਸ ਫਰੋਮ दैट ਮੂਮੈਂਟ ਤੇ ਅਗਲੇ 3 ਮਿੰਟਾਂ ਦੇ ਵਿੱਚ ਟੈਂਕ ਭਰ ਗਿਆ ਤੇ ਇਹ ਅਗਲੇ 3 ਮਿੰਟ ਕਿਹੜੇ ਨੇ ਪਾਈਪਾਂ ਸਾਫ਼ ਕੀਤੀ ਸਾਫ ਕਰਨ ਤੋਂ ਬਾਅਦ ਕਿਵੇਂ ਕੰਮ ਕਰਨ ਗਿਆ origignal efficiency ਨਾਲ ਤਾਂ origignal efficiency ਨਾਲ ਜਦੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਤਾਂ 3 ਮਿੰਟਾਂ ਚ ਟੈਂਕ ਭਰਦਾ ਤਾਂ ਉਹ ਕਹਿੰਦੇ ਹਾਓ ਲੌਂਗ ਵਾਸ ਇਟ ਬਿਫੋਰ ਦਾ ਫੁੱਲ ਫਲੋ ਬਿਗਨ ਤਾਂ ਸਫਾਈ ਤੋਂ ਪਹਿਲਾਂ ਗੰਦਗੀ ਦੇ ਨਾਲ ਜਦੋਂ ਘੱਟ efficiency ਦੇ ਨਾਲ ਕੰਮ ਕਰ ਰਹੇ ਹਿਆ ਨੇ ਉਹ ਕਿੰਨਾ ਸਮਾਂ ਕੰਮ ਕੀਤਾ ਇਹ ਕੁਐਸਚਨ ਹੈ ਤਾਂ ਬੱਚੇ ਕੁਐਸਚਨ ਨੂੰ ਕਰਨ ਦਾ ਤਰੀਕਾ ਪਹਿਲੀ ਪਾਈਪ ਨੂੰ ਆਪਾਂ A ਮੰਨ ਲੈਨੇ ਆ ਉਹ ਟੈਂਕ ਨੂੰ 12 ਮਿੰਟਾਂ ਚ ਭਰਦੀ ਆ ਕੁਛ ਚੀਜ਼ਾਂ ਜਿਹੜੀ ਆਪਾਂ ਹਰ ਸਵਾਲ 'ਚ ਕਰਦੇ ਆ ਉਹ ਇੱਥੇ ਵੀ ਕਰਾਂਗੇ ਦੂਜੀ ਪਾਈਪ ਟੈਂਕ ਨੂੰ 16 ਮਿੰਟਾਂ 'ਚ ਭਰਦੀ ਹੈ ਤਾਂ 20 16 ਮਿੰਟ ਤਾਂ ਟੈਂਕ ਦੀ ਕੈਪੈਸਿਟੀ ਕੀ ਹੈ ਬੱਚੇ ਟੈਂਕ ਦੀ ਕੈਪੈਸਿਟੀ 12 ਤੇ 16 ਦਾ ਐਲਸੀਐਮ 48 ਲੀਟਰ ਦਾ ਟੈਂਕ ਹੈ ਤਾਂ 12 ਮਿੰਟਾਂ 'ਚ ਜਿਹੜੀ 48 ਲੀਟਰ ਭਰਦੀ ਹੋ ਹਰ ਇੱਕ 'ਚ 4-4 ਭਰਦੀ ਹੋ 16 ਮਿੰਟਾਂ 'ਚ 48 ਭਰਦੀ ਤਾਂ ਹਰ ਇੱਕ ਮਿੰਟ 'ਚ 3-3 ਲੀਟਰ ਭਰਦੀ ਹੋ ਇੱਥੇ ਤੱਕ ਆਪਾਂ ਸਾਰੇ ਦੇ ਸਾਰੇ ਸਵਾਲ ਕਰਦੇ ਆ ਕੁੱਲ ਟੈਂਕ 48 ਲੀਟਰ ਦਾ ਇਹ ਵੀ ਪਤਾ ਲੱਗ ਗਿਆ ਹੁਣ ਪਾਈਪਾਂ ਕਿਉਂਕਿ ਉਨਸੋ ਉਹਨਾਂ ਦੇ ਵਿੱਚ ਗੰਦ ਸਵਾ ਫਸਿਆ ਹੋਇਆ ਸੋ ਇਸ ਕਰਕੇ ਪਹਿਲੀ ਪਾਈਪ 4-4 ਲੀਟਰ ਦੇ ਹਿਸਾਬ ਨਾਲ ਨਹੀਂ ਟੈਂਕ ਨੂੰ ਭਰਦੀ ਦੂਜੀ 3-3 ਲੀਟਰ ਦੇ ਹਿਸਾਬ ਨਾਲ ਨਹੀਂ ਭਰਦੀ ਤਾਂ ਕਿਵੇਂ ਭਰਦੀਆਂ ਨੇ ਪਹਿਲੀ ਪਾਈਪ ਭਰਦੀ ਹੈ 4 ਦਾ 7/8 ਤਾਂ 4 ਦਾ 7/8 ਹੋ ਗਿਆ 3.5 ਤੇ ਦੂਜੀ ਪਾਈਪ ਭਰਦੀ ਹੈ 3 ਦਾ 5/6 ਤੇ 3 ਦਾ 5/6 ਹੋ ਗਿਆ 2 2 ਤਾਂ ਪਹਿਲੀ ਪਾਈਪ ਸਾਫ਼ ਹੁੰਦੀ ਤਾਂ 4 ਲੀਟਰ ਭਰਦੀ ਪਰ 3.5 ਪਰ ਰਹੀ ਆ ਦੂਜੀ 3 ਲੀਟਰ ਭਰਦੀ ਪਰ ਗੰਦਗੀ ਕਰਕੇ 2.5 ਲੀਟਰ ਭਰਦੀ ਹੈ ਤਾਂ ਟੈਂਕ ਜਦੋਂ ਆਪਾਂ ਦੋਨਾਂ ਪਾਈਪਾਂ ਨੂੰ ਦੋਨੇ ਪਾਈਪਾਂ ਜਦੋਂ ਆਪਾਂ ਛੱਡੀਆਂ ਟੈਂਕ ਨੂੰ ਭਰਨ ਲਈ ਤਾਂ ਉਹ 3.5 ਤੇ 2.5 ਦੇ ਹਿਸਾਬ ਨਾਲ ਟੈਂਕ ਨੂੰ ਭਰਦੀਆਂ ਨੇ ਕੁਝ ਸਮਾਂ ਭਰਿਆ ਫੇਰ ਆਪਾਂ ਉਹਨਾਂ ਨੂੰ ਸਾਫ਼ ਕੀਤਾ ਤਾਂ ਸਾਫ਼ ਕਰਨ ਤੋਂ ਬਾਅਦ ਅਗਲੇ 3 ਮਿੰਟਾਂ 'ਚ ਟੈਂਕ ਭਰ ਗਿਆ ਤਾਂ ਬੱਚੇ ਸਾਫ਼ ਕਰਨ ਤੋਂ ਬਾਅਦ ਉਹ ਕਿਹੜੀ ਐਫੀਸ਼ੀਐਂਸੀ ਦੇ ਵਿੱਚ ਆ ਗਿਆ ਸਾਫ਼ ਕਰਨ ਤੋਂ ਬਾਅਦ ਉਹ 7 ਦੇ ਵਿੱਚ ਆ ਗਿਆ ਤਾਂ ਸਾਫ਼ ਕਰਨ ਤੋਂ ਬਾਅਦ 3 ਲੀਟਰ ਲੱਗਣ 3 ਮਿੰਟ ਲੱਗਣ ਦਾ ਮਤਲਬ 7 ਇੰਚ ਤੋਂ 3 21 ਲੀਟਰ ਮਗਰੋਂ ਭਰਿਆ ਆਹ ਸਾਢੇ 3 ਤੇ ਢਾਈ ਬਣਿਆ 6 ਲੀਟਰ 1 ਮਿੰਟ 'ਚ 6-6 ਲੀਟਰ ਭਰ ਰਹੀਆਂ ਨੇ ਗੰਦਗੀ ਨਾਲ 1 ਮਿੰਟ 'ਚ 6-6 ਲੀਟਰ ਭਰ ਦਿਆ ਗਈਆਂ ਫਿਰ ਕਿਤੇ ਜਾ ਕੇ ਸਾਫ ਕੀਤਾ ਤੇ ਸਾਫ ਕਰਨ ਤੋਂ ਬਾਅਦ 7 ਲੀਟਰ ਭਰਨੇ ਗਿਆ 3 ਮਿੰਟਾਂ ਚ ਟੈਂਕ ਭਰਤਾ ਮਤਲਬ 21 ਲੀਟਰ ਭਰਤਾ 21 ਲੀਟਰ ਮਗਰੋਂ ਭਰਿਆ ਤਾਂ ਪਹਿਲਾਂ ਕਿੰਨਾ ਰਹਿ ਗਿਆ ਸੀਗਾ ਤਾਂ ਪਹਿਲਾਂ ਕਿੰਨਾ ਭਰਿਆ ਸੀਗਾ ਪਹਿਲਾਂ 27 ਲੀਟਰ ਭਰਿਆ ਸੀ 27 ਲੀਟਰ ਭਰਿਆ ਸੀ 6 ਦੇ ਹਿਸਾਬ ਨਾਲ ਤਾਂ 27 ਲੀਟਰ ਭਰਿਆ ਸੀ 6 ਦੇ ਹਿਸਾਬ ਨਾਲ 27/6 27/6 ਬਣਗੇ ਤੁਹਾਡੇ 4.5 ਮਿੰਟ ਤਾਂ ਇਹਦਾ ਮਤਲਬ ਉਹ ਟੈਂਕ ਉਸ ਤੋਂ ਪਹਿਲਾਂ 4.5 ਮਿੰਟ ਤੱਕ ਭਰਿਆ ਜਾ ਰਿਹਾ ਸੀ ਸੀ ਆਪਸ਼ਨ ਇਸ ਕੁਐਸਚਨ ਦਾ ਅਨਸਰ ਆ ਜਾਊਗਾ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਕਮੈਂਟ ਕਰੋ ਕਿ ਕਿੰਨੇ ਸਟੂਡੈਂਟਸ ਲਈ ਇਹ ਕੁਐਸਚਨ ਬਿਲਕੁਲ ਨਮ ਹੈ ਸਾਢੇ 6 ਮਿੰਟ 27/6 ਮੁਹੰਮਦ ਮੁਸਾਦ ਦਾ 27/6 ਅਨਸਰ ਆਇਆ ਹੋਇਆ ਮਨਦੀਪ ਦਾ ਗੁਰਮੀਤ ਦਾ ਜਿਹੜੇ ਸਟੂਡੈਂਟਸ ਦਾ ਸਾਢੇ 4 ਮਿੰਟ 4 ਐਂਡ ਹਾਫ ਅਨਸਰ ਆਇਆ ਹੋਇਆ ਬਿਲਕੁਲ ਠੀਕ ਹੈ ਦੀਪ ਚੌਧਰੀ ਦਾ 4 ਐਂਡ ਹਾਫ ਆਇਆ ਹੋਇਆ ਸੀ ਆਪਸ਼ਨ ਹਾਂਜੀ ਰਜਿੰਦਰ ਮੈਂ ਦੱਸਦਾ ਬੱਚੇ ਇਸ ਕੁਐਸਚਨ ਨੂੰ ਤੁਸੀਂ ਸੋਲਵ ਕਰਨਾ ਛੱਡੋ ਕਹਾਣੀ ਸਮਝੋ ਐਗਜ਼ਾਮੀਨਰ ਕਹਿੰਦਾ ਦੋ ਪਾਈਪਾਂ ਨੇ ਪਹਿਲੀ ਪਾਈਪ ਟੈਂਕ ਨੂੰ 12 ਮਿੰਟਾਂ ਚ ਤੇ ਦੂਜੀ 16 ਮਿੰਟਾਂ ਚ ਭਰਦੀ ਐ ਜੇ ਸਾਫ਼ ਹੋਣ ਤਾਂ ਆਪਾਂ ਟੈਂਕ ਕੱਢ ਲਈ 48 ਲੀਟਰ ਦਾ ਐਫੀਸ਼ੀਐਂਸੀ ਕੱਢ ਲਈ ਸਾਫ਼ ਚ 4 ਤੇ 3 ਉਹ ਕਹਿੰਦੇ ਪਰ ਪਾਈਪਾਂ ਸਾਫ਼ ਨਹੀਂ ਸੀ ਸਾਫ਼ ਨਹੀਂ ਸੀ ਪਰ ਅਸੀਂ ਛੱਡਤੀ ਆ ਸਾਫ ਨਾ ਹੋਣ ਕਰਕੇ ਪਹਿਲੀ ਪਾਈਪ ਆਪਣੀ オリジナル ਐਫੀਸ਼ੀਐਂਸੀ ਨਾਲ ਨਹੀਂ ਕੰਮ ਕਰ ਰਹੀ 4 ਲੀਟਰ ਦੇ हिसाब ਨਾਲ ਨਹੀਂ ਟੈਂਕ ਨੂੰ ਭਰ ਰਹੀ ਉਹ ਆਪਣੀ オリジナル ਐਫੀਸ਼ੀਐਂਸੀ ਦੇ 7/8 ਨਾਲ ਭਰ ਰਹੀ ਹੈ ਤੇ ਦੂਜੀ ਪਾਈਪ 5/6 ਨਾਲ ਭਰ ਰਹੀ ਹੈ ਤਾਂ ਕਿੰਨੇ ਨਾਲ ਭਰਿਆ ਭਰਨਾ ਤਾਂ 4 ਤੇ 3 ਨਾਲ ਸੀਗਾ ਪਰ ਪਹਿਲੀ ਨੇ ਗੰਦਗੀ ਕਰਕੇ 4 ਦਾ 7/8 ਯਾਨੀ ਕਿ ਸਾਢੇ 3 ਦੇ हिसाब ਨਾਲ ਟੈਂਕ ਨੂੰ ਭਰਿਆ ਤੇ ਦੂਜੀ ਨੇ ਤਿੰਨ ਦੀ ਜਗ੍ਹਾ ਗੰਦਗੀ ਕਰਕੇ ਤਿੰਨ ਦਾ 5/6 ਯਾਨੀ ਕਿ ਢਾਈ ਦੇ ਹਿਸਾਬ ਨਾਲ ਭਰਿਆ ਤਾਂ ਗੰਦਗੀ ਕਰਕੇ ਇਹਨਾਂ ਨੇ 3.5 ਤੇ ਢਾਈ 6 ਲੀਟਰ ਦੇ ਹਿਸਾਬ ਨਾਲ ਟੈਂਕ ਨੂੰ ਭਰਿਆ ਕੁਛ ਦੇਰ ਕੁਛ ਦੇਰ ਤੋਂ ਬਾਅਦ ਇਹਨਾਂ ਨੂੰ ਸਾਫ਼ ਕੀਤਾ ਸਾਫ਼ ਕਰਨ ਤੋਂ ਬਾਅਦ ਜਦੋਂ ਇਹ オリジナル ਐਫੀਸ਼ੀਐਂਸੀ 'ਚ ਆ ਗਿਆ 4 ਤੇ 3 7 ਦੇ ਹਿਸਾਬ ਨਾਲ ਭਰਨ ਲੱਗ ਗਿਆ ਤਾਂ ਅਗਲੇ 3 ਮਿੰਟਾਂ 'ਚ ਟੈਂਕ ਭਰ ਗਿਆ ਤਾਂ ਅਗਲੇ 3 ਮਿੰਟਾਂ 'ਚ ਕਿੰਨਾ ਕੰਮ ਹੋਇਆ 7 3 21 48 ਚੋਂ 21 ਹੁਣ ਹੋਇਆ ਤਾਂ ਪਹਿਲਾਂ ਕਿੰਨਾ ਹੋ ਗਿਆ ਸੀਗਾ 27 ਹੋ ਗਿਆ ਸੀ ਮਾਈਨਸ ਕਰਕੇ ਦੇਖ ਲਿਆ ਤਾਂ 27 ਲੀਟਰ ਭਰਿਆ ਸੀ 6 ਦੇ ਹਿਸਾਬ ਨਾਲ ਤਾਂ 4.5 ਮਿੰਟ ਆਨਸਰ ਆ ਗਿਆ ਆਹ ਕੁਐਸਚਨ ਹੈ ਮੈਂ ਉਮੀਦ ਕਰਦਾ ਕਿ ਕਾਫੀ ਸਟੂਡੈਂਟਸ ਲਈ ਨਵਾਂ ਹੋਊਗਾ ਬਿਲਕੁਲ ਸੇਮ ਪੈਟਰਨ ਤੇ ਅਗਲਾ ਕੁਐਸਚਨ ਦੇਖੋ ਸੇਮ ਹੀ ਪੈਟਰਨ ਹੈ ਫਿਗਰਸ ਚੇਂਜ ਹੋ ਜਾਂਦੇ ਬਸ ਐਗਜ਼ਾਮੀਨਰ ਕਹਿੰਦਾ ਦੋ ਪਾਈਪਾਂ ਕਿਸੇ ਟੈਂਕ ਨੂੰ 30 ਮਿੰਟ ਤੇ 36 ਮਿੰਟ ਚ ਭਰਦੀਆਂ ਨੇ ਬੋਥ ਦਾ ਪਾਈਪਸ ਆਰ ਓਪਨਡ ਟੂਗੇਦਰ ਬਟ ਡਿਊ ਟੂ ਅਬਸਟਰਕਸ਼ਨ ਗੰਦਸਵਾ ਫਸੇ ਹੋਣ ਕਰਕੇ only 5/6 ਕਪੈਸਿਟੀ ਫਲੋਸ ਥਰੂ ਦਾ ਪਹਿਲੀ ਪਾਈਪ ਐਂਡ 9/10 ਥਰੂ ਦਾ ਦੂਜੀ ਪਾਈਪ ਫੇਰ ਕੀ ਹੋਇਆ ਦਾ ਅਬਸਟਰਕਸ਼ਨਸ ਆਰ ਰਿਮੂਵਡ ਪਾਈਪਾਂ ਸਾਫ ਕੀਤੀਆਂ ਗਈਆਂ ਦੈਨ ਦਾ ਟੈਂਕ ਇਜ਼ ਫਿਲਡ ਇਨ ਅਗਲੇ 15.5 ਮਿੰਟ ਤੇ ਅਗਲੇ 15.5 ਮਿੰਟਾਂ ਦੇ ਵਿੱਚ ਟੈਂਕ ਭਰ ਗਿਆ ਫਰੋਮ ਦੈਟ ਮੂਮੈਂਟ ਸੋ ਉਸ ਤੋਂ ਪਹਿਲਾਂ ਕਿੰਨੇ ਮਿੰਟ ਚੱਲਿਆ ਗੰਦਸਵਾ ਨਾਲ ਘੱਟ ਐਫੀਸ਼ੀਐਂਸੀ ਤੇ ਕੰਮ ਕਰਦੇ ਕਿੰਨੇ ਮਿੰਟ ਚੱਲਿਆ ਬਿਲਕੁਲ ਸੇਮ ਕੁਐਸਚਨ ਐ ਕੈਲਕੂਲੇਸ਼ਨ 15.5 ਦੀ ਧਿਆਨ ਨਾਲ ਕਰਨੀ ਐ ਬਸ ਪਹਿਲੀ ਪਾਈਪ ਟੈਂਕ ਨੂੰ 30 ਮਿੰਟਾਂ ਚ ਭਰਦੀ ਦੂਜੀ ਪਾਈਪ ਟੈਂਕ ਨੂੰ 36 ਮਿੰਟਾਂ ਚ ਭਰਦੀ ਐ ਤਾਂ ਆਹ ਕੰਮ ਤਾਂ ਆਪਾਂ ਸਾਰੇ ਨਹੀਂ ਕਰਨਾ ਹੈਗਾ ਤਾਂ 30 ਤੇ 36 ਦਾ ਐਲਸੀਐਮ ਆ ਗਿਆ 180 ਲੀਟਰ ਦਾ ਟੈਂਕ ਹੈ 30 ਮਿੰਟਾਂ ਚ 180 ਮਤਲਬ 6 ਦੇ ਹਿਸਾਬ ਨਾਲ 36 ਚ 180 ਮਤਲਬ 5 ਦੇ ਹਿਸਾਬ ਨਾਲ ਤਾਂ ਇਹਨਾਂ ਦੀ オリジナル ਐਫੀਸ਼ੀਐਂਸੀ ਆ ਗਈ 6 ਤੇ 5 ਪਰ ਇਹਨਾਂ ਨੇ オリジナル ਐਫੀਸ਼ੀਐਂਸੀ ਨਾਲ ਨਹੀਂ ਕੰਮ ਕੀਤਾ ਗੰਦਗੀ ਫਸੀ ਹੋਣ ਕਰਕੇ ਪਹਿਲੀ ਪਾਈਪ ਨੇ 6 ਦਾ 5/6 ਯਾਨੀ ਕਿ 5 ਲੀਟਰ ਦੇ ਹਿਸਾਬ ਨਾਲ ਭਰਿਆ ਦੂਜੀ ਪਾਈਪ ਨੇ 5 ਦਾ 9/10 ਯਾਨੀ ਕਿ 4.5 ਲੀਟਰ ਦੇ ਹਿਸਾਬ ਨਾਲ ਟੈਂਕ ਨੂੰ ਭਰਿਆ ਤਾਂ origignal efficiency ਦੀ ਗੱਲ ਕਰੀਏ ਤਾਂ ਇਹਨਾਂ ਨੇ 11 ਦੇ ਹਿਸਾਬ ਨਾਲ ਭਰਨਾ ਸੀ ਪਰ ਗੰਦਗੀ ਕਰਕੇ 9.5 ਪਹਿਲੀ ਨੇ 5 ਤੇ ਦੂਜੀ ਨੇ 4.5 ਯਾਨੀ ਕਿ 9.5 ਲੀਟਰ ਦੇ ਹਿਸਾਬ ਨਾਲ ਟੈਂਕ ਨੂੰ ਭਰਿਆ ਤਾਂ 9.5 ਦੇ ਹਿਸਾਬ ਨਾਲ ਕੁਝ ਸਮਾਂ ਟੈਂਕ ਭਰਿਆ ਫਿਰ ਕਿਤੇ ਜਾ ਕੇ ਟੈਂਕ ਪਾਈਪਾਂ ਸਾਫ਼ ਕੀਤੀ ਆ ਸਾਫ਼ ਕਰਨ ਤੋਂ ਬਾਅਦ ਜਦੋਂ ਉਹ 11 ਹੋ ਮਤਲਬ ਜਦੋਂ ਉਹ ओरिजिनल एफिशिएंसी ਨਾਲ ਭਰਨਾ ਸ਼ੁਰੂ ਕਰਨ ਗਿਆ ਤਾਂ ਅਗਲੇ 1.5 ਮਿੰਟਾਂ ਚ ਟੈਂਕ ਭਰਤਾ ਤਾਂ 1.5 ਮਿੰਟਾਂ ਚ 11 ਦੇ ਹਿਸਾਬ ਨਾਲ ਕਿੰਨਾ ਭਰਤਾ 11 1.5 ਬੱਚੇ 11 1.5 ਨੂੰ ਮਾਰੋ ਗੋਲੀ 11 15 165 ਤੇ 11 ਅੱਧਾ ਅੱਧਾ 5 ਤਾਂ 165 ਤੇ 1.5 ਹੋ ਗਿਆ 170 ਐਂਡ ਹਾਫ ਤਾਂ 180 ਤੋਂ ਜੀ 170 ਐਂਡ ਹਾਫ ਹੁਣ ਭਰਿਆ ਜਾ ਕੇ ਤਾਂ ਇਸ ਤੋਂ ਪਹਿਲਾਂ ਕਿੰਨਾ ਭਰਿਆ ਸੀਗਾ 180 ਚੋਂ 170 ਐਂਡ ਹਾਫ ਮਾਈਨਸ ਕਰੋ ਇਸ ਤੋਂ ਪਹਿਲਾਂ 9.5 ਹੀ ਭਰਿਆ ਸੀ ਤਾਂ 9.5 ਲੀਟਰ ਭਰਿਆ ਸੀ 9.5 ਦੇ ਹਿਸਾਬ ਨਾਲ ਤਾਂ ਕਿੰਨੇ ਮਿੰਟ ਭਰਿਆ ਸੀਗਾ 1 ਮਿੰਟ ਭਰਿਆ ਸੀਗਾ ਤਾਂ ਇਸ ਤੋਂ ਪਹਿਲਾਂ ਟੈਂਕ ਸਿਰਫ 1 ਮਿੰਟ ਲਈ ਚੱਲਿਆ ਸੀਗਾ ਇਹੇ ਕੁਐਸਚਨ ਹੈ ਪਲੀਜ਼ ਕਮੈਂਟ ਕਰਕੇ ਦੱਸ ਦੋ ਕਿ ਸਮਝ ਆ ਗਿਆ ਏ ਕਮੈਂਟ ਕਰਕੇ ਦੱਸ ਦੋ ਕਿ ਇੰਟਰਸਟਿੰਗ ਕੁਐਸਚਨ ਹੈ ਮਤਲਬ ਸੌਖੇ ਕੁਐਸਚਨ ਯਾਰ ਤੁਸੀਂ ਸਾਰੇ ਥਾਂ ਮਤੇ ਦੇਖੀ ਜਾਂਦੇ ਹੋ 36 ਚੈਨਲ ਨੇ ਪੰਜਾਬ ਦੇ 36 ਦੇ 36 ਚੈਨਲ ਤੇ ਸਭ ਕੁਝ ਚੱਲ ਰਿਹਾ ਹੈਗਾ ਤਾਂ ਜਿੱਥੇ ਜੋ ਮਿਲ ਰਿਹਾ ਹੈਗਾ ਆਪਾਂ ਕੋਸ਼ਿਸ਼ ਕਰਦੇ ਆ ਕਿ ਉਹ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਕੋਈ ਵੀ ਚੈਨਲ ਦੇਖਣ ਤੋਂ ਨਹੀਂ ਮਨਾ ਕਰਦਾ ਜੀ ਸਾਥ ਕੇ ਦੇਖੋ ਤੁਹਾਡਾ ਅਧਿਕਾਰ ਹੈ ਤੇ ਦੇਖਣਾ ਵੀ ਇਹੀ ਚਾਹੀਦਾ ਕਿ ਜਿੱਥੇ ਸਾਡਾ ਕਿਸੇ ਟੀਚਰ ਨਾਲ ਲੋਟ ਬੈਠਦਾ ਹੈਗਾ ਸਮਝਣ ਵਾਲਾ ਮਸਲਾ ਸੌਖਾ ਹੁੰਦਾ ਉੱਥੇ ਉਹ ਸਮਝਣਾ ਚਾਹੀਦਾ ਤਾਂ ਮੈਂ ਇਸ ਉਮੀਦ ਨਾਲ ਇਹੋ ਜਿਹੇ ਸਵਾਲ ਕਰਾ ਰਹੇ ਹਾਂ ਕਿ ਭਾਈ ਸੌਖੇ ਸਵਾਲ ਅਸੀਂ ਪੇਡ ਬੈਚ ਲਾਏ ਨੇ ਉਹਨਾਂ ਦੇ ਵਿੱਚ ਸਭ ਤਰ੍ਹਾਂ ਦੇ ਸਵਾਲ ਕਰਦੇ ਆ ਜੀ ਜ਼ੀਰੋ ਤੋਂ ਲੈ ਕੇ ਔਖੇ ਸਵਾਲ ਤੱਕ ਦਾ ਹਰ ਲੈਵਲ ਛੇੜਦੇ ਆ ਇੱਥੇ ਆਪਾਂ ਕੱਲੀ ਇਹ ਪ੍ਰੈ ਬੇਸਿਕਸ ਤੋਂ ਉੱਪਰ ਜੇ ਕੱਲ ਨੂੰ ਕਿਸੇ ਪੇਪਰ 'ਚ ਚਾਰ ਸਵਾਲ ਆ ਗਏ ਤਾਂ ਸੌਖੇ ਜਾਂ ਮੋਡਰੇਟ ਸਵਾਲ ਤਾਂ ਸਾਰੇ ਪੰਜਾਬ ਨੇ ਹੀ ਕਰ ਲੈਣੇ ਆ ਜਿਹੜੇ ਉਤਲੇ ਪੰਜ ਸਵਾਲ ਆ ਗਏ ਇਹੋ ਜਿਹੇ ਉਥੇ ਨਤਾਰਾ ਹੋਣਾ ਕਿ ਬਈ ਪੇਪਰ ਕਿਹਦਾ ਲੰਘਣਾ ਕਿਹਦਾ ਰਹਿਣਾ ਤਾਂ ਆਪਾਂ ਉਹਦੀ ਥੋੜੀ ਜਿਹੀ ਪ੍ਰੈਕਟਿਸ ਕਰਦੇ ਆ ਇੰਨੀ ਗੱਲ ਸਮਝ ਆ ਗਈ ਬੱਚੇ ਠੀਕ ਹੈ ਵੈਰੀ ਗੁੱਡ ਹਾਂਜੀ ਤਾਂ ਅਗਲਾ ਕੁਐਸਚਨ ਦੇਖੋ ਬੱਚੇ ਕੀ ਆ ਐਗਜ਼ਾਮੀਨਰ ਕਹਿੰਦਾ ਐਗਜ਼ਾਮੀਨਰ ਕਹਿੰਦਾ ਟੂ ਪਾਈਪਸ A ਐਂਡ B ਕੈਨ ਫਿਲ ਅ ਟੈਂਕ ਇਨ 20 ਘੰਟੇ ਐਂਡ 30 ਘੰਟੇ ਰਿਸਪੈਕਟਿਵਲੀ ਇਹ ਮੈਂ ਪੀਡ ਬੈਚ ਦਾ ਕੁਐਸਚਨ ਲੈ ਕੇ ਆਇਆ ਪੀਡ ਬੈਚ ਦੇ ਵਿੱਚ ਕਰਵਾਇਆ ਹੋਇਆ ਇਹ ਹਾਂਜੀ ਐਗਜ਼ਾਮੀਨਰ ਕਹਿੰਦਾ ਇੱਕ ਪਾਈਪ ਟੈਂਕ ਨੂੰ 20 ਘੰਟੇ ਚ ਦੂਜੀ 30 ਘੰਟੇ ਚ ਭਰਦੀ ਆ ਬੋਥ ਦਾ ਪਾਈਪਸ ਆਰ ਓਪਨਡ ਟੂਗੇਦਰ ਟੂ ਫਿਲ ਦਾ ਟੈਂਕ ਦੋਨੇ ਪਾਈਪਾਂ ਇਕੱਠੀਆਂ ਚਲਾਤੀਆਂ ਬਟ ਵੈਨ ਦਾ ਟੈਂਕ ਇਜ਼ 1/3 ਫੁੱਲ ਜਦੋਂ ਟੈਂਕ ਤੀਜਾ ਹਿੱਸਾ ਭਰ ਗਿਆ ਅ ਲੀਕ ਡਿਵੈਲਪਸ ਐਟ ਦਾ ਬਾਟਮ ਆਫ ਦਾ ਟੈਂਕ ਮਤਲਬ ਤੀਜਾ ਹਿੱਸਾ ਟੈਂਕ ਜਦੋਂ ਤੀਜਾ ਹਿੱਸਾ ਭਰ ਗਿਆ ਤੇ ਬਾਕੀ ਰਹਿ ਗਿਆ ਸੀਗਾ ਉਦੋਂ ਹੀਟਾ ਲੀਕੇਜ ਹੋਣ ਲੱਗ ਗਈ ਤੇ ਲੀਕੇਜ ਦੇ ਵਿੱਚ ਹੋਇਆ ਕਿ ਅ ਲੀਕ ਡਵੈਪਸ ਐਟ ਦਾ ਬਾਟਮ ਆਫ ਦਾ ਟੈਂਕ ਜਿਹਦੇ ਵਿੱਚੋਂ 1/3 ਆਫ ਦਾ ਵਾਟਰ ਸਪਲਾਈ ਬਾਈ ਬੋਥ ਦਾ ਪਾਈਪ ਲੀਕਸ ਆਊਟ ਜਿਹਦੇ ਵਿੱਚੋਂ 1/3 ਵਾਟਰ ਬਾਹਰ ਡੁੱਲਣ ਲੱਗ ਗਿਆ ਤਾਂ ਦੱਸੋ ਇਸ ਤਰ੍ਹਾਂ ਟੈਂਕ ਨੂੰ ਪੂਰਾ ਭਰਨ ਲਈ ਕਿੰਨਾ ਸਮਾਂ ਲੱਗੂਗਾ ਤਾਂ ਬੱਚੇ ਜਿਹੜੀ ਚੀਜ਼ ਆਪਾਂ ਹਰ ਸਵਾਲ 'ਚ ਕਰਨੀ ਆ ਉਹ ਇੱਥੇ ਵੀ ਕਰਾਂਗੇ ਪਹਿਲੀ ਪਾਈਪ ਟੈਂਕ ਨੂੰ 20 ਘੰਟਿਆਂ ਚ ਭਰਦੀ ਹੈ ਇਹ ਘੰਟਿਆਂ ਦੇ ਉੱਤੇ ਕੁਐਸਚਨ ਦੂਜੀ ਪਾਈਪ ਟੈਂਕ ਨੂੰ 30 ਘੰਟਿਆਂ ਚ ਭਰਦੀ ਹੈ ਇਹ 30 ਘੰਟੇ ਤਾਂ ਟੈਂਕ ਦੀ ਕੈਪੈਸਿਟੀ ਕੀ ਆਏਗੀ 20 ਤੇ 30 ਦਾ ਐਲਸੀਐਮ 60 ਲੀਟਰ ਦਾ ਟੈਂਕ ਆ ਗਿਆ 60 ਲੀਟਰ ਦਾ ਟੈਂਕ ਹੈ ਤਾਂ ਪਹਿਲੀ 20 ਘੰਟਿਆਂ ਚ 60 ਲੀਟਰ ਤਾਂ 3 ਐਫੀਸ਼ੀਐਂਸੀ ਦੂਜੀ 30 ਘੰਟਿਆਂ ਚ 60 ਲੀਟਰ ਤਾਂ 2 ਐਫੀਸ਼ੀਐਂਸੀ ਇਹ ਤਾਂ ਹਰ ਇੱਕ ਸਵਾਲ ਚ ਕਰਨਾ ਹੀ ਹੈ ਹੋਇਆ ਕਿ 60 ਲੀਟਰ ਦਾ ਟੈਂਕ ਹੈ ਜਦੋਂ 1/3 ਭਰ ਗਿਆ ਉਸ ਤੋਂ ਬਾਅਦ ਕੋਈ ਕਲੋਨ ਹੋਈ ਤਾਂ 1/3 ਤੱਕ ਕੰਮ ਮਸਲਾ ਜਮ ਕੰਟਰੋਲ ਚ ਰਹੇਗਾ ਤਾਂ 60 ਦਾ 1 ਲੀਟਰ ਹੋ ਗਿਆ ਬੱਚੇ 20 ਲੀਟਰ ਤਾਂ 20 ਲੀਟਰ ਤਾਂ ਬਹੁਤ ਸੁੱਖੀ ਸੰਧੀ ਚੱਲਿਆ ਬਾਕੀ ਰਹਿ ਗਿਆ 40 ਲੀਟਰ ਜਿਹੜਾ ਹੋਰ ਭਰਨਾ ਸੀ ਪਰ ਲੀਕੇਜ ਹੋ ਗਈ ਤਾਂ 20 ਲੀਟਰ ਤਾਂ ਬੱਚੇ ਭਰਿਆ 20 ਲੀਟਰ ਜਿਹੜਾ 1/3 ਹੈ ਇਹ ਮੈਂ ਲਿਖ ਵੀ ਦਿਨਾ ਕਿ ਇਹ 1/3 ਹੈ 20 ਲੀਟਰ ਤਾਂ ਭਰਿਆ origignal efficiency ਦੇ ਹਿਸਾਬ ਨਾਲ ਯਾਨੀ ਕਿ 3 ਤੇ 2 5 ਦੇ ਹਿਸਾਬ ਨਾਲ ਤਾਂ ਉਹਨੂੰ ਤਾਂ ਲੱਗੇ ਹੋਣਗੇ 20/5 ਯਾਨੀ ਕਿ 4 ਘੰਟੇ ਬੱਚੇ 20 ਲੀਟਰ ਤਾਂ ਭਰਿਆ origignal efficiency ਦੇ ਨਾਲ 4 ਘੰਟੇ ਚ ਭਰ ਗਿਆ origignal efficiency ਤੇੰਨੇ ਤੇ 2 5 ਜੇ ਤਾਂ 20 ਲੀਟਰ ਭਰਿਆ 5 ਦੇ ਹਿਸਾਬ ਨਾਲ 4 ਘੰਟੇ ਬਾਕੀ ਜਿਹੜਾ 40 ਲੀਟਰ ਰਹਿ ਗਿਆ ਉਦੋਂ ਕਲੋਲ ਹੋ ਗਈ ਨਾ ਕਲੋਲ ਕੀ ਹੋ ਗਈ ਹੀਟਾਂ ਲੀਕੇਜ ਹੋ ਗਈ ਜਿਹਦੇ ਵਿੱਚੋਂ 1/3 ਵਾਟਰ ਬਾਹਰ ਡੁੱਲਣ ਲੱਗ ਗਿਆ ਜੇ 1/3 ਬਾਹਰ ਡੁੱਲਣ ਲੱਗ ਗਿਆ ਤਾਂ ਭਰੂਗਾ ਕਿੰਨਾ ਬਾਕੀ ਦਾ 2/3 ਤਾਂ 5 ਲੀਟਰ ਦਾ 2/3 5 ਲੀਟਰ ਦਾ 2/3 ਹੋ ਗਿਆ 10/3 ਤਾਂ ਬੱਚੇ ਜਿਹੜੀ origignal efficiency 5 ਬਣਦੀ ਸੀ ਹੁਣ ਉਹ 5 ਦੇ ਵਿੱਚੋਂ 1/3 ਤਾਂ ਵੇਸਟ ਹੋ ਗਿਆ ਡੁੱਲ ਗਿਆ ਬਾਕੀ ਕੀ ਰਹਿ ਗਿਆ ਬਾਕੀ 5 ਦਾ 2/3 ਰਹਿ ਗਿਆ ਯਾਨੀ ਕਿ 10/3 ਤਾਂ 10/3 ਭਰ ਰਿਹਾ ਤਾਂ ਬਾਕੀ ਦਾ 40 ਲੀਟਰ ਭਰੂਗਾ 10/3 ਦੇ ਹਿਸਾਬ ਨਾਲ ਤਾਂ 10/3 ਨਾਲ ਡਿਵਾਈਡ ਕਰਾਂਗੇ ਤਾਂ 10 ਥੱਲੇ 3 ਉੱਪਰ ਤਾਂ 0 ਨਾਲ 0 ਕੱਟੀ ਇਹ ਆ ਗਿਆ 12 ਘੰਟੇ ਤਾਂ ਬੱਚੇ ਟੋਟਲ ਕਿੰਨਾ ਟਾਈਮ ਲੱਗਿਆ 4 ਘੰਟੇ ਤੇ ਬਾਕੀ 12 ਘੰਟੇ 4 12 ਦੈਟ ਇਜ਼ 16 ਘੰਟੇ ਤੱਕ ਟੈਂਕ 16 ਘੰਟੇ ਦੇ ਵਿੱਚ ਭਰੂਗਾ ਸੀ ਆਪਸ਼ਨ ਆਨਸਰ ਆ ਗਿਆ ਬੱਚੇ ਇਸ ਕੁਸ਼ਚਨ ਦਾ ਕਲੀਅਰ ਹੈ ਪਲੀਜ਼ ਕਮੈਂਟ ਕਰ ਦਿਓ ਜੀ 16 ਘੰਟੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ 16 ਹੀ 16 ਦਿਖਦਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਡਾਕਟਰ ਨikhil ਨੇ ਬਹੁਤ ਟਾਈਮ ਬਾਅਦ ਤੁਹਾਨੂੰ ਨਹੀਂ ਬਹੁਤ ਟਾਈਮ ਬਾਅਦ ਦੇਖਿਆ ਮੈਂ ਆਪ 15 20 ਦਿਨਾਂ ਬਾਅਦ ਲਾਈਵ ਆਇਆ ਡਾਕਟਰ ਨikhil ਦਨ ਰਜਿੰਦਰ ਬਿਲਕੁਲ ਠੀਕ ਹੈ ਵਿਰਾਜ ਬਲਜੀਤ ਪੂਜਾ ਯਸ਼ੂ ਬਿਲਕੁਲ ਠੀਕ ਹੈ ਬੱਚੇ ਯਸ਼ੂ ਪੇਡ ਬੈ ਚਲਾਈ ਹੈ ਨਾ ਹਾਂ ਮਨਦੀਪ ਵੈਰੀ ਗੁੱਡ ਬੱਚੇ ਗੁਰਮੀਤ ਬਿਲਕੁਲ ਠੀਕ ਹੈ ਪਵਨ ਵੈਰੀ ਗੁੱਡ ਰਜਿੰਦਰ ਨੇ ਸੋਲੂਸ਼ਨ ਦੱਸਿਆ ਬਿਲਕੁਲ ਠੀਕ ਹੈ ਕਿ ਐਫੀਸ਼ੀਐਂਸੀ ਜੇ 5 ਦਾ ਜੇ origignal ਐਫੀਸ਼ੀਐਂਸੀ 5 ਸੀ ਤੇ ਉਹਦੇ ਵਿੱਚ 1/3 ਡੁੱਲਣ ਲੱਗ ਗਿਆ ਤਾਂ ਬਾਕੀ 2/3 ਰਹਿ ਗਈ ਤਾਂ 5 ਦਾ 2/3 ਯਾਨੀ ਕਿ ਹੁਣ 10/3 ਦੇ ਨਾਲ ਭਰੂਗਾ ਤਾਂ ਬਾਕੀ ਜਿਹੜਾ 40 ਲੀਟਰ ਆ 10/3 ਦੇ ਨਾਲ ਭਰਿਆ ਤਾਂ 12 ਘੰਟੇ ਲੱਗਣਗੇ 4 ਪਹਿਲਾਂ ਲੱਗ ਰਹੇ ਸੀ ਤਾਂ 4 ਤੇ 12 16 ਘੰਟੇ ਬਿਲਕੁਲ ਠੀਕ ਹੈ ਪਵਨ ਰਜਿੰਦਰ ਦੀਪ ਚੌਧਰੀ ਬਿਲਕੁਲ ਠੀਕ ਹੈ ਗੁਰਮੀਤ ਵੈਰੀ ਗੁੱਡ ਮਨਦੀਪ ਬਿਲਕੁਲ ਠੀਕ ਹੈ ਬੱਚੇ ਮੁਹੰਮਦ ਮੁਸਾਦ ਵੈਰੀ ਗੁੱਡ ਲਖਵਿੰਦਰ ਬਿਲਕੁਲ ਠੀ ਪ੍ਰੋਫਿਟ ਲੌਸ ਡਿਸਆਨਿਸ਼ ਆਪਕੀਪਰ ਵਾਲੇ ਕੁਐਸ਼ਨਸ ਆ ਜਾਣਗੇ ਐਗਜ਼ਾਮੀਨਰ ਕਹਿੰਦਾ ਏ ਐਂਡ ਬੀ ਕੈਨ ਫਿਲ ਅ ਟੈਂਕ ਇਨ 20 ਐਂਡ 30 ਮਿੰਟ ਇਨ ਰਿਸਪੈਕਟਿਵਲੀ ਏ ਪਾਈਪ ਟੈਂਕ ਨੂੰ 20 ਮਿੰਟਾਂ ਚ ਭਰਦੀ ਹੈ ਬੀ ਪਾਈਪ ਟੈਂਕ ਨੂੰ 30 ਮਿੰਟਾਂ ਚ ਭਰਦੀ ਹੈ ਸਾਰੇ ਕੁਐਸ਼ਨ ਮਿਲਦੇ ਜੁਲਦੇ ਨੇ ਹਾਂ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਲਾਈਵ ਹੀ ਆਇਆ ਕਰਾਂ ਬਸ ਮੈਨੂੰ ਹਮੇਸ਼ਾ ਇਹ ਲੱਗਣ ਲੱਗ ਜਾਂਦਾ ਕਿ ਲਾਈਵ ਦੇ ਵਿੱਚ ਥੋੜੀ ਜਿਹੀ ਗੱਲਾਂ ਮਾਰਦੇ ਟਾਈਮ ਵੇਸਟ ਕਰ ਦਿੰਦੇ ਆ ਰਿਕਾਰਡਿੰਗ 'ਚ ਟਾਈਮ ਨਹੀਂ ਵੇਸਟ ਹੁੰਦਾ ਤਾਂ ਤੁਸੀਂ ਉਹ ਐਸ ਮਲੇ ਥੋੜਾ ਜ਼ਿਆਦਾ ਐਫੀਸ਼ੀਐਂਟਲੀ ਦੇਖ ਲੈਣ ਨੂੰ ਮੈਂ ਇਸ ਕਰਕੇ ਲਾਈਵ ਨਹੀਂ ਲਾਈਵ ਘਟਾ ਰਿਹਾ ਸੀਗਾ ਮੈਂ ਲਾਈਵ ਦੀ ਕੋਸ਼ਿਸ਼ ਕਰੂੰਗਾ ਹਾਂਜੀ ਏ ਪਾਈਪ 20 ਮਿੰਟਾਂ ਚ ਬੀ ਪਾਈਪ 30 ਮਿੰਟਾਂ ਚ ਜਦਕਿ ਤੀਜੀ ਪਾਈਪ ਏਮਪਟੀਜ਼ ਇਟ ਤੀਜੀ ਪਾਈਪ ਟੈਂਕ ਨੂੰ ਖਾਲੀ ਕਰਦੀ ਹੈ ਕਿੰਨੇ ਚ ਨਹੀਂ ਪਤਾ ਉਹ ਤਾਂ ਫਾਈਂਡ ਫਾਈਂਡ ਕਰਨਾ ਹੈ ਆਪਾਂ ਹੋਇਆ ਕਿ ਇਨੀਸ਼ੀਅਲੀ ਏ ਐਂਡ ਬੀ ਆਰ ਓਪਨਡ ਟੂਗੇਦਰ ਏ ਤੇ ਬੀ ਨੂੰ ਇਕੱਠਿਆਂ ਨੂੰ ਚਲਾ ਦਿੱਤਾ ਗਿਆ ਬਟ ਵੈਨ ਇਟ ਸ਼ੁੱਡ ਹੈਵ ਬੀਨ ਫਿਲਡ ਏ ਤੇ ਬੀ ਦੋਨੇ ਭਰਨ ਵਾਲੀਆਂ ਪਾਈਪਾਂ ਸੀ ਦੋਨਾਂ ਨੂੰ ਇਕੱਠਿਆਂ ਚਲਾ ਦਿੱਤਾ ਗਿਆ ਜਦੋਂ ਟੈਂਕ ਭਰ ਜਾਣਾ ਚਾਹੀਦਾ ਸੀ ਕਿਉਂਕਿ ਆਪਾਂ ਤਾਂ ਭਰਨ ਵਾਲੇ ਪਾਈਪ ਚਲਾਈ ਆਲੇ ਤਾਂ ਜਦੋਂ ਟੈਂਕ ਭਰ ਜਾਣਾ ਚਾਹੀਦਾ ਸੀ ਇਟ ਵਾਸ ਫਾਊਂਡ ਦੈਟ ਸੀ ਵਾਸ ਆਲਸੋ ਗੈਟ ਟੋਪਨਡ ਇਹ ਪਤਾ ਲੱਗਿਆ ਵੀ ਭਾਈ ਸਾਡਾ ਤਾਂ ਖਿੱਚਿਆ ਗਿਆ ਅਸੀਂ ਤਾਂ A ਤੇ B ਭਰਨ ਵਾਲੀਆਂ ਚਲਾਈਆਂ ਸੀਗੀਆਂ ਤਾਂ ਅਸੀਂ ਉਦੋਂ ਮੁੜੇ ਜਦੋਂ ਟੈਂਕ ਭਰ ਜਾਣਾ ਚਾਹੀਦਾ ਸੀ ਪਰ ਆ ਕੇ ਦੇਖਿਆ ਸੀ ਵੀ ਚੱਲੀ ਜਾਂਦੇ ਪਾਣੀ ਬਾਹਰ ਡੋਲੀ ਵੀ ਜਾਂਦੀ ਆ ਸੋ ਇਸ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਕਿ ਸੀ ਵੀ ਚੱਲੀ ਜਾਂਦੀ ਹੈ ਪਾਣੀ ਬਾਹਰ ਡੋਲੀ ਜਾਂਦੀ ਹੈ ਅਸੀਂ ਉਦੋਂ ਸੀ ਨੂੰ ਬੰਦ ਕੀਤਾ ਐਂਡ ਦੈਨ ਜਿਹੜਾ ਬਾਕੀ ਟੈਂਕ ਬਚ ਗਿਆ ਸੀ ਇਜ਼ ਫਿਲਡ ਇਨ ਨੈਕਸਟ 3 ਮਿੰਟਸ ਤਾਂ ਅਗਲੇ 3 ਮਿੰਟਾਂ ਦੇ ਵਿੱਚ ਟੈਂਕ ਫੇਰ ਭਰਿਆ ਜਾ ਕੇ ਤਾਂ ਦੱਸੋ ਸੀ ਇਕੱਲੀ ਕਿੰਨੇ ਟਾਈਮ ਚ ਟੈਂਕ ਨੂੰ ਖਾਲੀ ਕਰ ਦੂ ਬੱਚੇ ਇੱਕ ਚੀਜ਼ ਜਿਹੜੀ ਇਸ ਕੁਐਸਚਨ ਦੇ ਵਿੱਚ ਨਾਲ ਦੇ ਨਾਲ ਨਿਕਲਣੀ ਚਾਹੀਦੀ ਹੈ ਉਹਦਾ ਮੈਂ ਟਾਈਮ ਇੱਥੇ ਸਪੇਸ ਨਹੀਂ ਵੇਸਟ ਕਰੂੰਗਾ ਇੱਥੇ ਲਿਖ ਦਿੰਨਾ ਏ ਪਾਈਪ ਟੈਂਕ ਨੂੰ 20 ਮਿੰਟਾਂ ਚ ਭਰਦੀ ਹੈ ਬੀ ਪਾਈਪ ਟੈਂਕ ਨੂੰ 30 ਮਿੰਟਾਂ ਚ ਭਰਦੀ ਹੈ ਤਾਂ ਟੈਂਕ ਦੀ ਕੈਪੈਸਿਟੀ ਆ ਗਈ ਤੁਹਾਡੀ 20 ਤੇ 30 ਦਾ ਐਲਸੀਐਮ 60 ਲੀਟਰ ਜੇ 60 ਲੀਟਰ ਦਾ ਟੈਂਕ ਹੈ ਤਾਂ 20 ਚ 60 ਯਾਨੀ ਕਿ 60ਾਂ ਚ 20 ਮਿੰਟਾਂ ਚ 60 ਯਾਨੀ ਕਿ 3 30 ਮਿੰਟਾਂ ਚ 60 ਯਾਨੀ ਕਿ 2 ਤਾਂ 60 ਲੀਟਰ ਉਹਨਾਂ ਨੇ ਭਰਨਾ ਪੰਜ ਦੇ ਹਿਸਾਬ ਨਾਲ ਤਾਂ 60 ਵਟੇ 5 ਯਾਨੀ ਕਿ 12 ਮਿੰਟ ਲੱਗਣਗੇ ਇਹ ਮੈਂ ਤੁਹਾਨੂੰ ਸਿੱਧਾ ਵੈਲਿਊਜ਼ ਕੁਝ ਯਾਦ ਵੀ ਕਰਾਈਆਂ ਸੀਗਾ ਬਟ ਸਟਿਲ ਨਾਲ ਨਾਲ ਤੁਸੀਂ ਕੱਢ ਸਕਦੇ ਹੋ ਕਿ ਭਾਈ ਇਕੱਠਿਆਂ ਨੇ 12 ਮਿੰਟ ਦੇ ਵਿੱਚ ਭਰਨਾ ਸੀ ਮੈਂ ਇਹਦਾ ਸਪੇਸ ਨਹੀਂ ਵੇਸਟ ਕੀਤੀ ਇਹ ਸਾਰੀ ਦੀ ਸਾਰੀ ਸਪੇਸ ਸੰਭਾਲ ਲਈ 12 ਮਿੰਟ ਚ ਭਰਨਾ ਸੀ ਇਹਦਾ ਮਤਲਬ ਅਸੀਂ 12 ਮਿੰਟਾਂ ਬਾਅਦ ਆਏ ਸਾਡੇ ਭਾਣੇ ਤਾਂ A ਤੇ B ਚੱਲ ਰਹੀ ਸੀ ਅਸੀਂ 12 ਮਿੰਟ ਜਿਨ੍ਹਾਂ ਨੇ ਭਰ ਦੇਣਾ ਸੀ ਪਰ ਅਸੀਂ ਆ ਕੇ ਦੇਖਿਆ ਕਿ ਭਈ C ਵੀ ਚੱਲੀ ਜਾਂਦੀ ਤਾਂ 12 ਮਿੰਟ ਤਿੰਨੇ ਪਾਈਪਾਂ ਚੱਲੀਆਂ ਅਸੀਂ ਉਦੋਂ ਆ ਕੇ C ਪਾਈਪ ਬੰਦ ਕੀਤੀ C ਬੰਦ ਕੀਤੀ ਤਾਂ ਹੁਣ A ਤੇ B ਰਹਿ ਗਿਆ ਤਾਂ ਉਹਨਾਂ ਨੇ ਅਗਲੇ 3 ਮਿੰਟਾਂ ਚ ਟੈਂਕ ਭਰਿਆ A ਤੇ B ਨੇ ਅਗਲੇ 3 ਮਿੰਟਾਂ ਚ ਟੈਂਕ ਭਰਨਾ ਤਾਂ 12 ਦੇ ਵਿੱਚੋਂ 3 ਮਿੰਟ ਦਾ ਕੰਮ ਹਲੇ ਹੋਣਾ ਹੈ ਤਾਂ ਇਹਦਾ ਮਤਲਬ ਹਲੇ ਤੱਕ 9 ਮਿੰਟ ਦਾ ਹੀ ਕੰਮ ਹੋਇਆ ਸੀ ਕੰਮ ਕੀਤਾ ਕਿੰਨੇ A B ਤੇ C ਨੇ ਇਹ ਤਿੰਨੇ ਚੱਲੀਆਂ 12 ਮਿੰਟ ਥੋੜੀ ਜਿਹੀ ਉੱਪਰ ਸਪੇਸ ਚਾਹੀਦੀ ਆ A B ਤੇ C ਇਹ ਪਾਈਪਾਂ ਹਾਂ ਠੀਕ ਹੈ ਇਹ ਪਾਈਪਾਂ ਕੰਮ ਕਰਦੀਆਂ ਨੇ 12 ਮਿੰਟ ਸਾਨੂੰ ਨਹੀਂ ਸੀ ਪਤਾ ਸਾਨੂੰ ਤਾਂ ਸੀਗਾ ਕਿ A ਤੇ B ਲੱਗੀਆਂ 12 ਮਿੰਟ ਪਰ A B ਤੇ C ਲੱਗੀਆਂ 12 ਮਿੰਟ ਇਹਨਾਂ ਨੇ 12 ਮਿੰਟਾਂ ਚ ਕਿੰਨਾ ਕੰਮ ਕੀਤਾ ਜਿੰਨਾ A ਤੇ B ਨੇ 9 ਮਿੰਟਾਂ ਚ ਕਰ ਦੇਣਾ ਸੀ ਹੁਣ ਕੁਝ ਸਟੂਡੈਂਟ ਸੋਚਦੇ ਹੋਣਗੇ 9 ਮਿੰਟ ਕਿਵੇਂ ਆਇਆ ਬੱਚੇ ਕਿਉਂਕਿ C ਪਾਈਪ ਬੰਦ ਕਰਨ ਤੋਂ ਬਾਅਦ ਤਾਂ A ਤੇ B ਰਹਿ ਗਈਆਂ ਨਾ ਤਾਂ ਉਹਨਾਂ ਨੇ ਅਗਲੇ 3 ਮਿੰਟਾਂ ਚ ਟੈਂਕ ਭਰਤਾ ਮਤਲਬ 12 ਦੇ ਵਿੱਚੋਂ 3 ਮਿੰਟ ਦਾ ਕੰਮ ਤਾਂ ਹਲੇ ਜਾ ਕੇ ਕਰ ਲਿਆ ਇਹਨਾਂ ਨੇ ਤਾਂ ਇਹਦਾ ਮਤਲਬ 9 ਮਿੰਟ ਦਾ ਹੀ ਕੰਮ ਹੋਇਆ ਨਾ ਤਾਂ A ਤੇ B ਦਾ 9 ਮਿੰਟ ਦਾ ਕੰਮ ਹੋਇਆ ਕਿੰਨੇ ਕੀਤਾ ABC ਨੇ 12 ਮਿੰਟਾਂ ਦੇ ਵਿੱਚ ਤਾਂ ਬੱਚੇ এফਿਸ਼ੀਐਂਸੀ ਦੀ ਰੇਸ਼ਿਓ ਕੀ ਆਗੀ ਇੱਕ ਪਾਸੇ ABC ਹੈ ਇੱਕ ਪਾਸੇ A ਤੇ B ਹੈ ਤਾਂ এফਿਸ਼ੀਐਂਸੀ ਸੋਰੀ ਟਾਈਮ ਆ ਗਿਆ ਤੁਹਾਡਾ 4:3 ਆਹ ਟਾਈਮ ਆ ਗਿਆ 4:3 ਤਾਂ এফਿਸ਼ੀਐਂਸੀ ਆਗੀ 3:4 এফਿਸ਼ੀਐਂਸੀ ਇੰਨਾਂ ਸਾਰਿਆਂ ਦੀ ਆਗੀ 3 ABC ਦੀ ਤੇ ਇਕੱਲੇ AB ਦੀ ਆਗੀ 4 ਤਾਂ ਇਕੱਲੇ AB ਦੀ এফਿਸ਼ੀਐਂਸੀ 4 ਹੈ ਤਾਂ C ਇਕੱਲੇ ਦੀ এফਿਸ਼ੀਐਂਸੀ -1 ਹੋ ਜੂਗੀ ਤਾਂ ਹੀ 3 ਬਣੂਗੀ ਤਾਂ A ਤੇ B ਦੀ ਐਫੀਸ਼ੀਐਂਸੀ 4 C ਦੀ -1 ਕਿਉਂਕਿ ਖਾਲੀ ਕਰਨ ਕਰਕੇ ਤਾਂ 12 ਮਿੰਟਾਂ 'ਚ ਟੈਂਕ ਭਰਦਾ ਮਤਲਬ 12 4 48 A ਤੇ B 12 ਮਿੰਟਾਂ 'ਚ ਟੈਂਕ ਭਰਦੇ ਆ ਤਾਂ ਐਫੀਸ਼ੀਐਂਸੀ 4 ਦਾ ਮਤਲਬ 12 4 48 ਤਾਂ C ਨੇ 1 ਦੇ ਹਿਸਾਬ ਨਾਲ ਖਾਲੀ ਕਰਨਾ ਤਾਂ ਕਿੰਨੇ ਟਾਈਮ 'ਚ ਖਾਲੀ ਕਰੂ 48 ਲੀਟਰ ਖਾਲੀ ਕਰਨਾ 1 ਦੇ ਹਿਸਾਬ ਨਾਲ ਤਾਂ 48 ਮਿੰਟ ਲੱਗਣਗੇ ਤਾਂ C ਪਾਈਪ ਨੂੰ ਟੈਂਕ ਖਾਲੀ ਕਰਨ ਲਈ ਕਿੰਨਾ ਸਮਾਂ ਲੱਗੂਗਾ D ਆਪਸ਼ਨ 48 ਮਿੰਟ ਤਾਂ ਇਹੇ ਕੁਐਸਚਨ ਸੀਗਾ ਇਹੇ ਕੁਐਸਚਨ ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਕੀਤਾ ਹੋ ਸਕਦਾ ਹੈਗਾ 48 ਮਿੰਟਸ ਆਨਸਰ ਆਊਗਾ ਬੱਚੇ ਤੁਸੀਂ 20 ਪਤਾ ਨਹੀਂ ਕਿਉਂ ਮਾਰਕ ਕਰ ਰਹੇ ਹੋ ਤਿੰਨ ਚਾਰ ਬੱਚਿਆਂ ਦਾ 20 ਆਨਸਰ ਹੈ 20 ਨਹੀਂ ਆਊਗਾ ਬੱਚੇ ਇਸ ਕੁਐਸਚਨ ਦਾ ਆਨਸਰ ਇਹ ਬਿਲਕੁਲ ਅਲੱਗ ਸੀਗਾ ਪਿਛਲੇ ਕੁਐਸਚਨਾਂ ਵਰਗਾ ਕੁਐਸਚਨ ਮੰਨ ਕੇ ਚੱਲੋ ਇਹ ਅਲੱਗ ਸੀਗਾ ਕੁਐਸਚਨ ਹਾਂਜੀ ਤਾਂ ਇਹੋ ਜਿਹਾ ਤਾਂ 3500 ਸਵਾਲ ਨੇਗੇ ਆਪਣੇ ਕੋਲ ਆਪਾਂ ਬਹੁਤ ਸਵਾਲਾਂ ਦੀ ਪ੍ਰੈਕਟਿਸ ਕਰ ਸਕਦੇ ਹਾਂ ਮੈਂ ਇਹ ਉਮੀਦ ਕਰਦਾ ਕਿ ਤੁਸੀਂ ਜਿਹੜੇ ਸਟੂਡੈਂਟਸ YouTube ਤੇ ਸੈਸ਼ਨਸ ਦੇਖ ਰਹੇ ਹੋਗੇ ਸਿਰਫ YouTube ਤੇ ਟੇਕ ਨਾ ਲਾਓ ਚੰਗੇ ਤੋਂ ਚੰਗਾ ਟੀਚਰ ਹੋਵੇ ਕੋਈ ਵੱਡਾ ਬਹੁਤ ਤੋਪ ਟੀਚਰ ਹੋਵੇ ਉਹਦੇ ਤੇ ਵੀ ਜੇ ਟੇਕ ਲਾਉਣੀ ਆ ਉਹਦੇ ਬਰਾਬਰ ਕਰੇ ਬੈਠ ਕੇ ਆਪਦੀ ਮਿਹਨਤ ਕਰੋ ਜਿਹੜੀ ਸਿਰਫ ਤੁਹਾਨੂੰ ਪਤਾ ਕਿ ਤੁਸੀਂ ਮਿਹਨਤ ਕਰ ਰਹੇ ਹੋ YouTube ਤੇ ਸਾਡਾ ਕੰਟੈਂਟ ਸਾਰਿਆਂ ਨੇ ਹੀ ਦੇਖਣਾ ਸਾਂਝਾ ਦੇਖਣਾ ਮੇਰਾ ਸਭ ਨੇ ਦੇਖਣਾ ਦੂਜੇ ਚੈਨਲ ਦਾ ਸਭ ਨੇ ਦੇਖਣਾ ਤੀਜੇ ਚੈਨਲ ਦਾ ਸਭ ਨੇ ਦੇਖਣਾ ਚੌਥੇ ਚੈਨਲ ਦਾ ਸਭ ਨੇ ਦੇਖਣਾ ਉਹ ਤੁਹਾਡੇ ਸਾਰਿਆਂ ਦੇ ਲਈ ਆ ਤਾਂ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਇੱਕ ਦੂਜੇ ਤੋਂ ਅਲੱਗ ਕਰਦੀ ਹੈ ਉਹ ਹੈ ਜਿਹੜੀ ਤੁਹਾਡੀ ਆਪਣੀ ਮਿਹਨਤ ਘਰੇ ਬੈਠਿਆਂ ਦੀ ਤਾਂ ਬਾਈ ਬਣ ਕੇ ਉਹ ਮਿਹਨਤ ਕਰੋ ਬੇਸਿਕਸ ਸਟਰੋਂਗ ਕਰੋ ਪ੍ਰੈਕਟਿਸ ਕਰੋ ਫਿਰ ਇੱਥੇ ਟੀਚਰ ਕੋਈ ਨਾ ਕੋਈ ਮੂੰਹ ਸਿਰ ਜਾ ਬਣਾ ਕੇ ਚੀਜ਼ਾਂ ਨੂੰ ਸਿਖਾਉਂਦੇ ਜਾਣਗੇ ਟੀਚਰ ਲਈ ਵੀ ਸੌਖਾ ਹੋਊ ਤੁਹਾਡੇ ਲਈ ਵੀ ਬੈਨੀਫੀਸ਼ੀਅਲ ਰਹੂਗਾ ਤਾਂ ਆਪ ਦੀ ਘਰੇ ਜਿਹੜੀ ਮਿਹਨਤ ਮਾਰਦੇ ਹੋ ਪੇਪਰ ਕੱਲੋਂ ਉਹਨੇ ਪਾਸ ਕਰਾਉਣਾ ਹੈਗਾ ਸਾਡਾ ਇੱਥੋਂ ਜਿਹੜਾ ਪੜਾਇਆ ਜਾ ਰਿਹਾ ਹੈਗਾ ਕੰਟੈਂਟ ਇਹ ਤਾਂ ਸਾਰਿਆਂ ਦੇ ਲਈ ਸਾਂਝਾ ਹੈਗਾ ਇਹਦੇ ਸਿਰ ਤੇ ਤਾਂ ਫਿਰ ਸਾਰੇ ਹੀ ਲੰਘ ਜਾਣਗੇ ਸੋ ਇਸ ਕਰਕੇ ਫਰਕ ਉੱਥੇ ਪਊਗਾ ਜਿਹੜਾ ਤੁਸੀਂ ਘਰੇ ਮੱਥਾ ਮਾਰ ਰਹੇ ਹੋਗੇ ਉਹਨੇ ਤੁਹਾਡਾ ਪੇਪਰ ਪਾਸ ਕਰਉਣਾ ਹੈਗਾ ਇਹ ਹਮੇਸ਼ਾ ਧਿਆਨ ਚ ਰੱਖਣਾ ਹਰਜਿੰਦਰ ਮੈਂ ਹਾਂ ਇੱਕ ਸੈਸ਼ਨ ਮਤਲਬ ਅਗਲੇ ਬੁੱਧਵਾਰ ਦਾ ਛੱਡ ਕੇ ਅਗਲੇ ਵੀਰਵਾਰ ਨੂੰ ਮੈਂ ਕਪੈਸਿਟੀ ਵਾਲੇ ਕੁਐਸ਼ਨਸ ਵੀ ਕਰਾ ਦੂੰਗਾ ਹਾਂਜੀ ਅਗਲਾ ਕੁਐਸ਼ਨ ਕੀ ਹੈ ਬੱਚੇ ਅਗਲਾ ਕੁਐਸ਼ਨ ਆ ਗਿਆ ਤੁਹਾਡਾ ਡਿਸਆਨਸ ਸ਼ਾਪਕੀਪਰ ਵਾਲਾ ਡਿਸਆਨਸ ਸ਼ਾਪਕੀਪਰ ਵਾਲਾ ਇੱਕ ਸਿੰਪਲ ਸਵਾਲ ਤਾਂ ਤੁਸੀਂ ਦੇਖੇ ਹੋਏ ਆ ਵੀ ਭਾਈ ਥੇਅਰ ਇਜ਼ ਅ ਡਿਸਆਨਸ ਸ਼ਾਪਕੀਪਰ ਹੀ ਪ੍ਰੋਫੈਸਸ ਟੂ ਸੇਲ ਸੈਲ ਹਿਸ ਗੁੱਡਜ਼ ਐਟ ਕਾਸਟ ਪ੍ਰਾਈਸ ਬਟ ਹੀ ਯੂਜ਼ਜ਼ ਅ 900 ਗ੍ਰਾਮ ਇਨ ਪਲੇਸ ਆਫ 1 ਕਿਜੀ ਇਹੋ ਜਿਹਾ ਸਿੰਪਲ ਸਵਾਲ ਤੁਸੀਂ ਦੇਖੇ ਹੋਏ ਨੇ ਇੱਥੇ ਕੁਐਸ਼ਨ ਕੀ ਹੈ ਐਗਜ਼ਾਮੀਨਰ ਕਹਿੰਦਾ ਅ ਵੈਂਡਰ ਮਾਰਕਸ ਹਿਸ ਗੁੱ ਐਂਡ ਆਫਰਸ ਅ ਡਿਸਕਾਊਂਟ ਆਫ 10% ਇੱਕ ਦੁਕਾਨਦਾਰ ਹੈ ਉਹ ਆਪਣਾ ਪਹਿਲਾਂ ਤਾਂ ਮਾਰਕਡ ਪ੍ਰਾਈਸ 20% ਜ਼ਿਆਦਾ ਸੈੱਟ ਕਰ ਲੈਂਦਾ ਉੱਥੇ 10% ਦਾ ਡਿਸਕਾਊਂਟ ਦਿੰਦਾ ਤਾਂ ਇਹ ਤੁਸੀਂ ਡਿਸਕਾਊਂਟ ਵਾਲਾ ਮਾਰਕਡ ਪ੍ਰਾਈਸ ਵਾਲਾ ਸਿਸਟਮ ਇਹੀ ਸਮਝਿਆ ਸੀ ਨਾ ਵੀ ਪਹਿਲਾਂ ਮਾਰਕਡ ਪ੍ਰਾਈਸ ਜ਼ਿਆਦਾ ਸੈੱਟ ਕਰ ਲਿਆ ਫਿਰ ਕੁਝ ਡਿਸਕਾਊਂਟ ਦਿੰਦਾ ਤਾਂ ਸੀਪੀ ਤਾਂ ਇੱਥੇ ਹੀ ਸੀਗਾ ਸੀਪੀ ਇੱਥੇ ਸੀ ਜਿਹਦੇ ਤੋਂ ਮਾਰਕਡ ਪ੍ਰਾਈਸ ਜ਼ਿਆਦਾ ਸੈੱਟ ਕਰ ਲਿਆ ਤੇ ਕੁਝ ਡਿਸਕਾਊਂਟ ਦਿੱਤਾ ਤਾਂ ਸੀਪੀ ਤਾਂ ਉੱਤੇ ਹੀ ਹੋਣਾ ਉਹ ਸਾਰਾ ਪ੍ਰੋਫਿਟ ਹੈ ਇਸ ਤਰ੍ਹਾਂ ਤੁਸੀਂ ਮਾਰਕਡ ਪ੍ਰਾਈਸ ਦੇ ਕੇਸ 'ਚ ਡਿਸਕਾਊਂਟ ਵਾਲੇ ਮਾਮਲਿਆਂ 'ਚ ਪ੍ਰੋਫਿਟ ਸਮਝਿਆ ਇਸ ਸਵਾਲ ਚ ਐਗਜ਼ਾਮੀਨਰ ਕਰਤਾ ਇਹੀ ਰਹੇਗਾ ਕਹਤਾ ਇਹੀ ਰਹੇਗਾ ਵੀ ਬੰਦੇ ਨੇ 20% ਜ਼ਿਆਦਾ ਸੀਪੀ ਸੈੱਟ ਕਰਕੇ 10% ਦਾ ਡਿਸਕਾਊਂਟ ਦਿੱਤਾ ਬਟ ਆਲਸੋ ਯੂਜ਼ ਇਸ 800 ਗ੍ਰਾਮ weight ਇਨ ਪਲੇਸ ਆਫ 1 ਕਿਜੀ ਤਾਂ ਕਿਲੋ ਦੀ ਜਗ੍ਹਾ 800 ਗ੍ਰਾਮ weight ਵੀ ਯੂਜ਼ ਕਰ ਰਹਾ ਹੈ ਤਾਂ ਤੁਸੀਂ ਜਿਹੜੇ ਡਿਸਓਨੈਸਟ ਸ਼ਾਪਕੀਪਰ ਵਾਲੇ ਸਵਾਲ ਦੇਖੇ ਸੀ ਉਹਨਾਂ ਚ ਪ੍ਰੋਫਿਟ ਕੱਢਿਆ ਸੀ ਤੇ ਤੁਸੀਂ ਜਿਹੜੇ ਡਿਸਕਾਊਂਟ ਵਾਲੇ ਸਵਾਲ ਦੇਖੇ ਸੀ ਉਹਨਾਂ ਚ ਪ੍ਰੋਫਿਟ ਕੱਢਿਆ ਸੀ ਉਹ ਦੋਨੇ ਤਰ੍ਹਾਂ ਦੇ ਸਵਾਲ ਦੋਨੇ ਦੇ ਦੋਨੇ ਕਨਸੈਪਟ ਇਕੱਠੇ ਹੋ ਕੇ ਇੱਕ ਕੁਐਸਚਨ ਚ ਆ ਰਹੇ ਨੇ ਤਾਂ ਇਹ ਕੁਐਸਚਨ ਦੋ ਕਨਸੈਪਟਸ ਤੋਂ ਬਣ ਰਿਹਾ ਤਾਂ ਓਵਰঅল ਪ੍ਰੋਫਿਟ ਪਰਸੈਂਟ ਦੱਸੋ ਤਾਂ ਬੱਚੇ ਡਿਸਆਨੈਸਟ ਸ਼ਾਪਕੀਪਰ ਵਾਲੇ ਸਵਾਲਾਂ 'ਚ ਮੈਂ ਕਿਹਾ ਸੀ ਕਿ ਜਦੋਂ ਕੋਈ ਬੰਦਾ ਇੰਨਾ weight ਯੂਜ਼ ਕਰ ਰਿਹਾ ਇਨ ਪਲੇਸ ਆਫ 1kg ਇਹਦੀ ਜਗ੍ਹਾ ਤਾਂ ਜਿੰਨਾ weight ਯੂਜ਼ ਕਰ ਰਿਹਾ ਤੁਸੀਂ ਉਹਨੂੰ CP ਮੰਨ ਲਓ ਜਿਹਦੀ ਜਗ੍ਹਾ ਯੂਜ਼ ਕਰ ਰਿਹਾ ਉਹਨੂੰ SP ਮੰਨ ਲਓ ਇਹ ਮੈਂ ਸਮਝਾਇਆ ਸੀਗਾ ਤਾਂ ਉਹ 800g ਯੂਜ਼ ਕਰ ਰਿਹਾ ਇਨ ਪਲੇਸ ਆਫ 1kg ਤਾਂ CP 800 SP 1000 ਇਹ ਮੈਂ ਕਿਹਾ ਸੀ ਪਰ ਜੇ ਤਾਂ ਕਹਾਣੀ ਸਿਰਫ ਇੰਨੀਕ ਹੁੰਦੀ ਕਿ ਉਹ ਸਮਾਨ ਜਿਵੇਂ ਲਿਆ ਰਿਹਾ ਉਵੇਂ ਵੇਚ ਰਿਹਾ ਬਟ ਯੂਜ਼ 800 ਗ੍ਰਾਮ ਇਨ ਪਲੇਸ ਆਫ 1 ਕੇਜੀ ਤਾਂ ਤੁਸੀਂ ਸੀਪੀ 800 ਤੇ ਐਸਪੀ 1000 ਮੰਨ ਲੈਂਦੇ ਤੁਹਾਡਾ 200 ਦਾ ਪ੍ਰੋਫਿਟ ਆ ਜਾਂਦਾ 800 ਦੇ ਉੱਤੇ ਕੈਲਕੂਲੇਟ ਕਰ ਲੈਂਦੇ ਪਰ ਹੁਣ ਭਾਈ ਸਾਹਿਬ ਇੱਕ ਹੋਰ ਕੋਲੋਲ ਵੀ ਕਰ ਰਹੇ ਨੇ ਉਹ 20% ਜ਼ਿਆਦਾ ਐਮਪੀ ਸੈੱਟ ਕਰਕੇ 10% ਦਾ ਡਿਸਕਾਊਂਟ ਵੀ ਦੇ ਰਹੇ ਨੇ ਤਾਂ ਇਹਨੂੰ ਮੈਂ ਮਟਾ ਕੇ ਥੋੜਾ ਜਿਹਾ ਥੱਲੇ ਲਿਖਦਾ ਉੱਪਰ ਮੈਂ ਨੈਟ ਪ੍ਰੋਫਿਟ ਤੁਹਾਡਾ ਕੱਢ ਦਿੰਨਾ ਸੀਪੀ 800 ਐਸਪੀ 1000 ਤਾਂ ਹੋ ਰਿਹਾ ਵੇਟ 'ਚ ਜਿਹੜਾ ਕਪਲਾ ਕਰ ਰਿਹਾ ਪਰ ਉਹ 20% ਮਾਰਕਡ ਪ੍ਰਾਈਸ ਹਾਈ ਸੈੱਟ ਕਰਕੇ 10% ਦਾ ਡਿਸਕਾਊਂਟ ਵੀ ਦੇ ਰਿਹਾ ਹੈ ਨਾ ਤਾਂ ਬੱਚੇ ਇਹਦਾ ਨਚੋੜ ਕੀ ਬਣ ਗਿਆ ਇਹਦਾ ਤੁਹਾਡਾ ਪ੍ਰੋਫਿਟ ਬਣ ਗਿਆ 8% ਇਹ 8% ਕਿਵੇਂ ਬਣਿਆ ਜਾਂ ਤਾਂ ਤੁਸੀਂ 100 ਵਾਲੀ ਰੇਲ ਗੱਡੀ ਦੇ ਹਿਸਾਬ ਨਾਲ ਸਮਝ ਲਓ ਕਿ ਭਾਈ 20% ਜ਼ਿਆਦਾ ਸੈੱਟ ਕੀਤਾ ਤਾਂ 100 ਤੋਂ 120 ਉੱਥੇ 10% ਦਾ ਡਿਸਕਾਊਂਟ ਦਿੱਤਾ ਤਾਂ 120 ਦਾ 10% 12 ਡਿਸਕਾਊਂਟ ਦਿੱਤਾ ਤਾਂ 12 ਡਿਸਕਾਊਂਟ ਦੇ ਕੇ 108 ਤੇ ਆ ਗਿਆ 100 ਤੋਂ 108 8% ਦਾ ਪ੍ਰੋਫਿਟ ਤਾਂ ਆ ਜਿਹੜਾ 8% ਦਾ ਉਹਨੇ ਪ੍ਰੋਫਿਟ ਕਮਾਇਆ ਡਿਸਕਾਊਂਟ ਦੇ ਕੇ ਮਾਰਕਡ ਪ੍ਰਾਈਸ ਜ਼ਿਆਦਾ ਸੈੱਟ ਕੀਤਾ ਤੇ ਡਿਸਕਾਊਂਟ ਦਿੱਤਾ ਉਹ 8% ਦਾ ਪ੍ਰੋਫਿਟ ਇੱਥੇ ਲੱਗੂਗਾ ਤਾਂ 1000 ਦਾ 8% ਹੋ ਗਿਆ 80 80 ਪ੍ਰੋਫਿਟ ਦਾ ਮਤਲਬ ਉਹਨੇ ਤੁਹਾਡੇ ਤੋਂ 1000 ਨਹੀਂ ਲਏ 8% ਪ੍ਰੋਫਿਟ ਵੀ ਹੋਰ ਲੈ ਲਿਆ 1080 ਲਏ ਤਾਂ ਸੀਪੀ ਕਿੰਨਾ ਸੀ 800 ਐਸਪੀ ਕਿੰਨਾ 1080 ਤਾਂ ਕਿੰਨਾ ਪ੍ਰੋਫਿਟ ਕਮਾ ਗਿਆ ਬੱਚੇ ਉਹ 280 ਦਾ ਪ੍ਰੋਫਿਟ ਕਮਾ ਗਿਆ ਤੇ 280 ਦਾ ਪ੍ਰੋਫਿਟ ਕਿਦੇ ਉੱਤੇ 800 ਦੇ ਉੱਤੇ ਤਾਂ 280 ਦਾ ਪ੍ਰੋਫਿਟ 800 ਦੇ ਉੱਤੇ ਹੈ ਤਾਂ 280 ਸੱਤ ਦਾ ਮਲਟੀਪਲ ਹੈ ਸੱਤ ਦਾ ਮਲਟੀਪਲ ਤੁਹਾਡਾ ਆਨਸਰ ਆ ਜਾਊਗਾ 35% ਕੈਲਕੂਲੇਟ ਕਰਨਾ ਤਾਂ 280 ਦਾ ਪ੍ਰੋਫਿਟ 800 ਦੇ ਉੱਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100.00 ਨਾਲ 00 8 ਦੇ ਟੇਬਲ ਚ 35 ਤਾਂ ਤੁਹਾਡਾ ਆਨਸਰ ਆ ਜਾਊਗਾ 90% ਉਹ ਵੈਸੇ ਹੀ ਪਤਾ ਲੱਗ ਗਿਆ ਸੀ ਕਿ 280 ਕਿਉਂਕਿ 7 ਦਾ ਮਲਟੀਪਲ ਹੈ ਤੇ 7 ਦਾ ਮਲਟੀਪਲ ਹੋਰ ਕੋਈ অপਸ਼ਨ ਨਹੀਂ ਹੈਗਾ 7 ਕਿਤੇ ਕੱਟਿਆ ਨਹੀਂ ਜਾਣਾ ਇੱਕੋ ਥਾਂ ਤੇ 7 ਅਨਸਰ 'ਚ ਜਾਊਗਾ ਤਾਂ ਉਹ ਇੱਕੋ ਹੀ অপਸ਼ਨ ਚ ਆ ਰਿਹਾ 35% ਸਮਝ ਆ ਗਿਆ ਬੱਚੇ ਕਹਿੰਦਾ ਓਨਲੀ ਸਿਰਫ ਤੁਹਾਡੀ ਲਾਈਵ ਕਲਾਸ 'ਚ ਮੇਰੇ ਲੈਪਟਾਪ ਦਾ ਵੋਲਿਊਮ 12% ਤੇ ਲੱਗਦਾ ਜਿਹੜਾ ਕਹਿੰਦਾ 100% ਕੀਤਾ ਹੁੰਦਾ ਠੀਕ ਹੈ ਹਾਂ ਨikhil ਠੀਕ ਨikhil ਬਿਲਕੁਲ ਉਹ ਵੀ ਕਰ ਸਕਦੇ ਆ ਹਾਂਜੀ ਨikhil ਆ ਤਰੀਕਾ ਯਾਦ ਰੱਖੀ ਇੱਕ ਕੁਐਸਚਨ ਛੱਡ ਕੇ ਅਗਲੇ ਕੁਐਸਚਨ ਚ ਲਾਵਾਂਗੇ ਅਗਲਾ ਕੁਐਸਚਨ ਕੀ ਹੈ ਬੱਚੇ ਅਗਲਾ ਕੁਐਸਚਨ ਐਗਜ਼ਾਮੀਨਰ ਕਹਿੰਦਾ ਅ ਡਿਸਓਨੈਸਟ ਟਰੇਡਰ ਮਾਰਕਸ ਦਾ ਗੁੱਡਸ ਬਾਈ 50% 50% ਮਾਰਕਡ ਪ੍ਰਾਈਸ ਜ਼ਿਆਦਾ ਸੈੱਟ ਕਰ ਲਿਆ ਤੇ ਉੱਥੇ 10% ਦਾ ਡਿਸਕਾਊਂਟ ਦੇਤਾ ਤਾਂ ਮਾਰਕਡ ਪ੍ਰਾਈਸ 50% ਜ਼ਿਆਦਾ ਸੈੱਟ ਕਰ ਲਿਆ ਤੇ 10% ਦਾ ਡਿਸਕਾਊਂਟ ਦੇਤਾ ਤਾਂ ਬੱਚੇ ਇਹਦਾ ਓਵਰਆਲ ਪ੍ਰੋਫਿਟ ਕਿੰਨਾ ਲੈ ਗਿਆ ਇੱਥੋਂ ਸਿਰਫ ਇੱਥੋਂ ਇੱਥੋਂ ਹੀ ਉਹ 35% ਦਾ ਪ੍ਰੋਫਿਟ ਲੈ ਗਿਆ ਤਾਂ ਮਾਰਕਡ ਪ੍ਰਾਈਸ 50 ਸੈਟ ਜ਼ਿਆਦਾ ਕਰਨ ਦਾ ਮਤਲਬ 100 ਤੋਂ 10 10 150 150 ਤੇ 10% ਦਾ ਡਿਸਕਾਊਂਟ ਦੇ ਤਾਂ 150 ਦਾ 10% 15 ਡਿਸਕਾਊਂਟ 135 ਤਾਂ 35% ਦਾ ਪ੍ਰੋਫਿਟ ਇੱਥੇ ਕੱਢ ਲਿਆ ਬਿਸਾਈਡਸ ਇਹਦੇ ਬਾਅਦ ਇਹਦੇ ਬਰਾਬਰ ਹੋਰ ਕੀ ਕਰਦਾ ਹੀ ਗੈਟਸ 20% ਮੋਰ ਅਮਾਉਂਟ ਪਰ ਕੇਜੀ ਫਰੋਮ ਹੋਲ ਸੇਲਰ ਐਂਡ ਸੈਲਸ 10% ਲੈਸ ਪਰ ਕੇਜੀ ਟੂ ਦਾ ਕਸਟਮਰ ਆਤ ਉਹ ਮਾਰਗਡ ਪ੍ਰਾਈਸ ਤੇ ਡਿਸਕਾਊਂਟ ਵਾਲਾ ਮਾਮਲਾ ਤਾਂ ਕਰ ਹੀ ਰਿਹਾ ਹੈ ਕਿ 50% ਜ਼ਿਆਦਾ ਐਮਪੀ ਸੈੱਟ ਕਰਕੇ 10% ਦਾ ਡਿਸਕਾਊਂਟ ਦੇਤਾ ਜੋ ਕਿ 35% ਪ੍ਰੋਫਿਟ ਬਣ ਗਿਆ 35% ਪ੍ਰੋਫਿਟ ਤਾਂ ਕਮਾ ਹੀ ਰਿਹਾ ਉਹ ਮਾਂ ਦਾ ਪੁੱਤ ਨਾਲ ਹੋਰ ਕੀ ਕਰ ਰਿਹਾਗਾ ਖਰੀਦਣ ਵੇਲੇ 20% ਜ਼ਿਆਦਾ ਚੱਕ ਲਿਆ ਆ ਵੇਚਣ ਵੇਲੇ 10% ਘਟਾ ਕੇ ਵੇਚ ਰਿਹਾ ਮਤਲਬ ਜੇ ਕਿਲੋ ਤੋਂ ਗੱਲ ਕਰੀਏ ਜਾਂ ਕਿਲੋ ਛੱਡੋ 1000 ਛੱਡੋ 100 ਗ੍ਰਾਮ ਤੋਂ ਗੱਲ ਕਰੀਏ ਤਾਂ 100 ਗ੍ਰਾਮ ਵਾਲੀ ਚੀਜ਼ ਮੰਨ ਲਓ ਨੇ 100 ਰੁਪਏ ਚ ਲੈਣੀ ਹੈ ਉਹ ਖਰੀਦਣ ਵੇਲੇ 20% ਜ਼ਿਆਦਾ ਲਿਆਇਆ ਮਤਲਬ 100 ਰੁਪਏ ਚ 120 ਦਾ ਸਮਾਨ ਲਿਆਇਆ ਤੇ ਵੇਚਣ ਵੇਲੇ 10% ਘਟ ਯਾਨੀ ਕਿ 90 10 90 ਸਮਾਨ ਵੇਚ ਰਿਹਾ ਤਾਂ ਬਰਾਬਰ ਕੀਮਤ ਤੇ ਜਿੰਨੇ ਚੋ 120 ਦਾ ਸਮਾਨ ਲਿਆਇਆ ਓਨੇ ਚ 90 ਵੇਚ ਰਿਹਾ ਤਾਂ ਮਤਲਬ ਸੀਪੀ ਤੁਸੀਂ 90 ਮੰਨਣਾ ਐ ਐਸਪੀ ਤੁਸੀਂ 120 ਮੰਨਣਾ ਪਰ ਨਾਲ 35% ਦਾ ਪ੍ਰੋਫਿਟ ਵੀ ਲਾ ਦੇਣਾ ਤਾਂ 35% ਦਾ ਪ੍ਰੋਫਿਟ ਹੋ ਗਿਆ ਬੱਚੇ ਤੁਹਾਡਾ 27/20 35% ਦਾ ਪ੍ਰੋਫਿਟ ਤੁਹਾਡਾ ਹੋ ਗਿਆ 27/20 ਇਹ ਹੋ ਗਿਆ 162 ਤਾਂ ਤੁਹਾਡਾ ਬੱਚੇ ਜਿਹੜਾ ਸੈਲਿੰਗ ਪ੍ਰਾਈਸ ਹੈ ਉਹ 162 ਮੰਨਾਂਗੇ ਆਪਾਂ ਤਾਂ ਸੀਪੀ ਤੁਹਾਡਾ 90 ਸੈਲਿੰਗ ਪ੍ਰਾਈਸ ਤੁਹਾਡਾ 162 ਤਾਂ 72 ਦਾ ਪ੍ਰੋਫਿਟ 90 ਦੇ ਉੱਤੇ 72 ਦਾ ਪ੍ਰੋਫਿਟ 90 ਦੇ ਉੱਤੇ ਤਾਂ ਆਨਸਰ ਕਿੰਨਾ ਆ ਗਿਆ 80% ਕਿਉਂਕਿ 9 ਦੇ ਟੇਬਲ ਚ ਉੱਪਰ 8 ਥੱਲੇ 10 0 ਨਾਲ 0 ਕੱਟਿਆ 8 10 80% ਬੱਚੇ ਤੁਹਾਡਾ ਆਨਸਰ ਆ ਗਿਆ ਡੀ ਆਪਸ਼ਨ ਤਾਂ ਦਿਸ ਉਹਨੇ ਸ਼ੌਪਕੀਪਰ ਵਾਲੇ ਥੋੜੇ ਜਿਹੇ ਟੇਡੇ ਕੁਐਸਚਨ ਬਣਨਗੇ ਹਮੇਸ਼ਾ ਇਸ ਤਰ੍ਹਾਂ ਕਰਨੇ ਆ ਆਹੀ ਸੌਖਾ ਤਰੀਕਾ ਰਹਿਣਾ ਹੈਗਾ ਤੁਸੀਂ ਜਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਸੀਪੀ ਕਿੰਨੂੰ ਮੰਨਣਾ ਹੈ ਐਸਪੀ ਕਿੰਨੂੰ ਮੰਨਣਾ ਹੈ ਪਹਿਲਾਂ ਤਾਂ ਸੀਪੀ 90 ਐਸਪੀ 120 ਮੰਨ ਲਿਆ ਪਰ ਉਹ ਥੋੜਾ ਜਿਹਾ ਹੋਰ ਵੀ ਪ੍ਰੋਫਿਟ ਲੈ ਰਿਹਾ ਕਿਸੇ ਹੋਰ ਥਾਂ ਤੋਂ ਤਾਂ ਉਹ ਪ੍ਰੋਫਿਟ ਵੀ ਸੇਲਿੰਗ ਪ੍ਰਾਈਸ ਦੇ ਉੱਤੇ ਹੋਰ ਜੋੜ ਕੇ नव सैलिंग प्राइस क्डो तो फिर ओवरऑल प्रॉफिट आ गया बहत्तर का क्योंकि सी पी नब्बे एस पी एक सौ बाहठ है तो बहत्तर का प्रॉफिट नब्बे के उत्ते एटी परसेंट निखिल कितने कमेंट्स के दे निखिल देख नहीं रहा निखिल समझ आ गया वेरी गुड अगला क्वेश्चन देखो बच्चे की है अगला क्वेश्चन भी मिलता जुलता होर नवी चीज़ आ गई कहें एक कपड़ा इंस्टेड ऑफ ए मीटर स्केल ਕਪੜੇ ਵਪਾਰੀ ਨੇ ਕਪੜਾ ਮਿਨਣ ਲਈ ਦੇ ਲਈ ਮੀਟਰ ਪਿਆ ਹੁੰਦਾ ਨਾ ਮੀਟਰ ਸਕੇਲ ਹੁੰਦਾ ਉਹਦੇ ਕੋਲ ਜਿਹੜਾ 1 ਮੀਟਰ ਦਾ ਹੁੰਦਾ ਹੈਗਾ ਤਾਂ ਉਹਨੇ ਮੀਟਰ ਸਕੇਲ ਦੀ ਜਗ੍ਹਾ ਅ ਕਲੋਥ ਮਰਚੈਂਟ ਯੂਜ਼ਸ 120 ਸੈਂਟੀਮੀਟਰ ਵਾਲਾ ਸਕੇਲ ਮੀਟਰ ਦੀ ਜਗ੍ਹਾ ਮੀਟਰ ਹੁੰਦਾ 100 ਸੈਂਟੀਮੀਟਰ ਦਾ ਉਹਨੇ 120 ਸੈਂਟੀਮੀਟਰ ਵਾਲਾ ਸਕੇਲ ਵਰਤੇ ਜਦੋਂ ਕਪੜਾ ਖਰੀਦਣਾ ਸੀਗਾ ਤੇ 80 ਸੈਂਟੀਮੀਟਰ ਵਾਲਾ ਸਕੇਲ ਵਰਤੇ ਜਦੋਂ ਵੇਚਣਾ ਸੀਗਾ ਕਹਿਣ ਦਾ ਮਤਲਬ ਖਰੀਦਣ ਵੇਲੇ ਤਾਂ 100 ਦੀ ਜਗ੍ਹਾ 120 ਚੱਕ ਲਿਆ ਵੇਚਣ ਵੇਲੇ 80 ਉਹ ਦਿੱਤਾ ਤਾਂ ਮਤਲਬ ਮੀਟਰ ਸਕੁਇਲ ਤਾਂ ਹੁੰਦਾ 1 ਮੀਟਰ ਯਾਨੀ ਕਿ 100 ਸੈਂਟੀਮੀਟਰ ਦਾ 100 ਸੈਂਟੀਮੀਟਰ ਨੂੰ ਮੀਟਰ ਕਹਿ ਕੇ ਵੇਚਣਾ ਹੈਗਾ ਪਰ ਖਰੀਦਣ ਵੇਲੇ ਉਹਨੇ 120 ਸੈਂਟੀਮੀਟਰ ਵਾਲਾ ਸਕੁਇਲ ਵਰਤ ਲਿਆ ਮਤਲਬ 120 ਸੈਂਟੀਮੀਟਰ ਕੱਪੜਾ ਮਿਨੇ ਆ ਤੇ ਉਹਨੂੰ ਮੀਟਰ ਕਹਿਤਾ ਫਿਰ 120 ਸੈਂਟੀਮੀਟਰ ਹੋਰ ਮਿਨੇ ਕ ਮੀਟਰ ਕਹਿਤਾ ਮਤਲਬ ਫਾਇਦਾ ਕੱਟੀ ਜਾਂਦਾ ਹੈਗਾ 100 ਵਾਲੀ ਚੀਜ਼ 120 ਵਾਲੀ ਚੀਜ਼ ਸੋਚ ਲੈ ਰਿਹਾ ਵੇਚਣ ਵੇਲੇ 80 ਸੈਂਟੀਮੀਟਰ ਹੀ ਵੇਚੀ ਜਾਂਦਾ 100 ਰੁਪਏ ਦੇ ਵਿੱਚ 120 ਦਾ ਸਮਾਨ ਚੱਕ ਲਿਆ ਤੇ 100 ਰੁਪਏ ਚ 80 ਦਾ ਸਮਾਨ ਵੇਚਿਆ ਤਾਂ ਸਮਾਨ ਚੱਕ ਲਿਆ ਆ ਸੀਪੀ 80 ਸਮਾਨ ਵੇਚਿਆ ਐਸਪੀ 120 ਇਹਦੇ ਨਾਲ ਨਾਲ ਵਾਈਲ ਸੈਲਿੰਗ ਦਾ ਸੇਮ ਇਫ ਹੀ ਆਫਰਸ ਅ ਡਿਸਕਾਊਂਟ ਆਫ 20% ਔਨ ਕੈਸ਼ ਪੇਮੈਂਟ ਪਰ ਉਹਨੇ 20% ਦਾ ਡਿਸਕਾਊਂਟ ਵੀ ਦਿੱਤਾ ਬੱਚੇ ਇੱਥੇ ਤਾਂ ਆਪਾਂ ਉੱਪਰ ਹੀ ਲਿਖ ਲੈਣੇ ਆ ਥੋੜੀ ਜਿਹੀ ਆਪਾਂ ਨੂੰ ਉੱਪਰ ਸਪੇਸ ਨਹੀਂ ਚਾਹੀਦੀ ਬੱਚੇ ਉਹਨੇ ਕੱਪੜਾ 120 ਦੇ ਹਿਸਾਬ ਨਾਲ ਖਰੀਦਿਆ ਤੇ 80 ਨਾਲ ਵੇਚਿਆ ਇਹ ਕੁਆਂਟੀਟੀ ਹੈ ਤਾਂ ਤੁਹਾਡਾ ਪੈਸਾ ਹੋ ਜਾਊਗਾ ਸੀਪੀ 80 ਤੇ ਐਸਪੀ 120 ਪਰ ਉਹਨੇ ਨਾਲ ਡਿਸਕਾਊਂਟ ਵੀ ਦਿੱਤਾ 20% ਦਾ 20% ਯਾਨੀ ਕਿ 1/5 ਦਾ ਡਿਸਕਾਊਂਟ 1/5 ਦਾ ਡਿਸਕਾਊਂਟ ਦਿੱਤਾ ਤਾਂ ਚੀਜ਼ 4/5 ਵਿੱਚ ਵੇਚੀ 4/5 ਦਾ ਮਤਲਬ 96 ਵਿੱਚ ਵੇਚੀ ਤਾਂ 80 ਵਾਲੀ ਚੀਜ਼ 96 ਵਿੱਚ ਵੇਚਣਾ ਮਤਲਬ 16 ਦਾ ਪ੍ਰੋਫਿਟ 80 ਦੇ ਉੱਤੇ ਪਰਸੈਂਟੇਜ ਕੱਢਣ ਲਈ 1/100 100 ਅਨਸਰ ਆ ਗਿਆ ਤੁਹਾਡਾ 20% ਤਾਂ ਇਸ ਕੁਐਸਚਨ ਦਾ ਅਨਸਰ ਤੁਹਾਡਾ ਡੀ ਆਪਸ਼ਨ ਆ ਜਾਊਗਾ 20% ਸਮਝ ਆ ਗਿਆ ਬੱਚੇ ਪਲੀਜ਼ ਕਮੈਂਟ ਕਰ ਦਿਓ ਜੀ ਹਾਂ ਵੈਰੀ ਗੁੱਡ ਨikhil very good ਹਾਂ ਜਿੰਨੇ ਸਟੂਡੈਂਟਸ 20 ਮਾਰਕ ਕਰ ਰਹੇ ਨੇ ਜਿੰਨੇ ਸਟੂਡੈਂਟਸ ਨੇ ਪਿਛਲੇ ਕੁਐਸਚਨ ਦਾ ਆਨਸਰ 80 ਮਾਰਕ ਕੀਤਾ ਸੀਗਾ ਬਿਲਕੁਲ ਠੀਕ ਹੈ ਦਿਨੇਸ਼ ਬਾਵਾ ਦਿਨੇਸ਼ ਦਾ ਨਾਮ ਮੈਂ ਪਹਿਲੀ ਵਾਰ ਪੜ੍ਹ ਰਿਹਾ ਕਮੈਂਟਸ ਦੇ ਵਿੱਚ ਨਵਾਂ ਸਟੂਡੈਂਟ ਰਜਿੰਦਰ ਮੁਹੰਮਦ ਮਨਦੀਪ ਲਖਵਿੰਦਰ ਬਲਜੀਤ ਮਨਪ੍ਰੀਤ ਕੋਰ ਰੋਮਨ ਸਭ ਪੁਰਾਣੇ ਨੇ ਪਵਨ ਵੈਰੀ ਗੁੱਡ ਅਰਸ਼ਪ੍ਰੀਤ ਕੋਰ ਖੈਰਾ ਬੱਚੇ ਤੁਸੀਂ ਨਿਊ ਪਹਿਲੀ ਵਾਰ ਆਏ ਹੋ ਲਾਈਵ ਦੇ ਵਿੱਚ ਸੁਖ ਸੁਖ ਦਾ ਨਾਮ ਵੀ ਪਹਿਲੀ ਵਾਰ ਦੇਖਿਆ ਗੁਰਮੀਤ ਪੁਰਾਣਾ ਬਿਲਕੁਲ ਠੀਕ ਹੈ ਨਇਨ ਤਿਵਾਰੀ ਪਹਿਲੀ ਵਾਰ ਬਾਕੀ ਸਭ ਪੁਰਾਣੇ ਨੇਗੇ ਨਾਮ ਹਾਂਜੀ ਬਿਲਕੁਲ ਠੀਕ ਹੈ ਬੱਚੇ ਪੂਜਾ ਸ਼ਰਮਾ ਵੈਰੀ ਗੁੱਡ ਹਾਂਜੀ ਇਹ ਆਪਣੇ ਕੁਐਸਚਨਸ ਸੀਗੇ ਕੁਝ ਡਿਸਆਨੈਸਟ ਸ਼ੌਪਕੀਪਰ ਵਾਲੇ ਸਵਾਲ ਇਹ ਨਿਬੜ ਗਏ ਮੇਰੇ ਖਿਆਲ ਚ ਹਾਂਜੀ ਤਾਂ ਹੁਣ ਆਪਣੇ ਰਹਿ ਗਏ ਜਿਹੜੇ ਸ਼ਰਾਬ ਦੀ ਬੋਤਲ ਵਾਲੇ ਵਾਈਨ ਦੀ ਬੋਤਲ ਵਾਲੇ ਜਿਹਦੇ ਵਿੱਚ ਕੁਝ ਪਰਸੈਂਟ ਅਲਕੋਹਲ ਹੁੰਦੀ ਹੈ ਉਹ ਚੋਂ ਕੁਝ ਹਿੱਸਾ ਆਪਾਂ ਪੀ ਲਿਆ ਚੋਰੀ ਕਰ ਲਿਆ ਆਪਣੀ ਪੀਤਾ ਆਪਾਂ ਚੋਰੀ ਕੀਤਾ ਫਿਰ ਤਾ ਬਾਕੀ ਉਹਦੇ ਵਿੱਚ ਜਿਹੜਾ ਪੀ ਲਿਆ ਹਿੱਸਾ ਜਿਹੜੀ ਸ਼ਰਾਬ ਘਟ ਗਈ ਉਹ ਚ ਘਟੀਆਂ ਕੁਆਲਟੀ ਦੀ ਸ਼ਰਾਬ ਪਾਤੀ ਜਿਹੜੇ ਉਹ ਸਵਾਲ ਆਪਣੇ ਅਲੀਗੇਸ਼ਨ ਦੇ ਵਿੱਚ ਕਰਦੇ ਆ ਬਹੁਤ ਸਿੰਪਲ ਕੁਐਸਚਨ ਨੇ ਸਟੇਟਮੈਂਟ ਇੰਟਰਸਟਿੰਗ ਹੁੰਦੀ ਹੈ ਪਰ ਸਿੰਪਲ ਕੁਐਸਚਨ ਨੇ ਉਹ ਆਪਾਂ ਕੁਐਸਚਨਸ ਕਰਾਂਗੇ ਤਿੰਨ ਕੁਐਸਚਨ ਨੇ ਤਿੰਨਾਂ ਦੇ ਵਿੱਚ ਜਿਹੜਾ ਤੀਜਾ ਕੁਐਸਚਨ ਹੋਊਗਾ ਮਤਲਬ ਅੱਜ ਦੇ ਸੈਸ਼ਨ ਦਾ ਜਿਹੜਾ ਆਖਰੀ ਕੁਐਸਚਨ ਆਊਗਾ हां विक्की शर्मा कहता है कि वीडियो देली मैराथन सेशन करवा दो भाई मैराथन लावांगे ਤੁਹਾਡਾ ਵੀਡੀਓ ਦਾ ਪੇਪਰ 8 ਤਰੀਕ ਨੂੰ ਡੈਫੀਨਿਟਲੀ ਹੋ ਰਿਹਾ ਹੈਗਾ ਕੋਈ ਵਹਿਮ ਪਰਮ ਨਹੀਂ ਹੈਗਾ ਕਿ ਪੇਪਰ ਜੀ ਪੋਸਟਪੋਨ ਹੋਊਗਾ ਆ ਚੈਨਲ ਨੇ ਆ ਗੱਲ ਕਹੇਤੀ ਫਲਾਣੇ ਚੈਨਲ ਨੇ ਉਹ ਗੱਲ ਕਹੇਤੀ ਵੈਸੇ ਜੇ ਤੁਸੀਂ ਆ ਜਿਹੜੇ ਚੈਨਲ ਬਾਰ ਬਾਰ ਗੱਲਾਂ ਕਰ ਰਹੇ ਨੇ ਜੇ ਤੁਸੀਂ ਇਹਨਾਂ ਦੀ ਗੱਲਾਂ ਧਿਆਨ ਨਾਲ ਸੁਣੋ ਇਹ ਵੀ ਡਰ ਕੇ ਜੇ ਗੱਲ ਕਰ ਰਹੇ ਨੇ ਵੀ ਦੇਖੋ ਜੀ ਉਹ ਤਾਂ ਪੇਪਰ ਪੋਸਟਪੋਨ ਹੋ ਰਿਹਾ ਹੈ ਪਰ ਉਹ ਦਿਨ ਵੀ ਹੋ ਸਕਦਾ ਹੈ 8 ਤਰੀਕ ਨੂੰ ਵੀ ਹੋ ਸਕਦਾ ਤਾਂ ਆ ਜਿਹੜੀ ਵਿਚਲੀ ਜੀ ਗੱਲ ਹੈਗੀ ਇਹ ਸਟੂਡੈਂਟਸ ਦੇ ਪੱਧਰ ਤੇ ਦੇਖੀਏ ਤਾਂ ਬਹੁਤ ਮਾੜੀ ਗੱਲ ਹੈ ਕਿ ਸਟੂਡੈਂਟਸ ਨੂੰ ਕਨਫਿਊਜ਼ ਕਰ ਰਹੇ ਹੋ ਤੁਸੀਂ ਵੀ ਦੇਖੋ ਜੀ ਪੇਪਰ ਪੋਸਟਪੋਨ ਵੀ ਹੋ ਸਕਦਾ ਹੈ ਪੇਪਰ ਉਸ ਦਿਨ ਵੀ ਹੋ ਸਕਦਾ ਹੈ ਹੁਣ ਜੇ ਮੈਂ ਉਹੀ ਮੂੰਹ ਚਾ ਕੇ ਲਾਈਵ ਹੋ ਜਾਵਾਂ ਵੀ ਕੱਲ ਨੂੰ ਦੇਖੋ ਜੀ ਮੀ ਪੈ ਵੀ ਸਕਦਾ ਮੀ ਨਹੀਂ ਵੀ ਪੈ ਸਕਦਾ ਤਾਂ ਇਹ ਤਾਂ ਚੰਗਾ ਮੈਂ ਲਾਈਵ ਹੀ ਨਾ ਆਵਾਂ ਤਾਂ ਇਹੀ ਗੱਲ ਮੇਰੀ ਇਹੀ ਸਜਾ ਮੇਰਾ ਇਹੀ ਸਜਾ ਆਏਗਾ ਬਾਕੀਆਂ ਨੂੰ ਵੀ ਜਿਨ੍ਹਾਂ ਨੇ ਇਹ ਗੱਲ ਕਹਿਣੀ ਹੈ ਵੀ ਭਾਈ ਪੇਪਰ ਜੀ ਪੋਸਟਪੋਨ ਵੀ ਹੋ ਸਕਦਾ ਪੇਪਰ ਨਹੀਂ ਵੀ ਪੋਸਟਪੋਨ ਹੋ ਸਕਦਾ ਉਸ ਦਿਨ ਵੀ ਹੋ ਸਕਦਾ ਤਾਂ ਇਹ ਤਾਂ ਚੰਗਾ ਬਾਈ ਬਣ ਕੇ ਬੇਨਤੀ ਹੈ ਲਾਈਵ ਬਣਾਓ ਤੁਸੀਂ ਕੁ ਜੇ ਲਾਈਵ ਨਾ ਹੁੰਦਾ ਦੋ ਚਾਰ ਆਪਾਂ ਸ਼ਬਦਾਂ ਨਾਲ ਨਵਾਜ ਵੀ ਦਿੰਦੇ ਉਹਨਾਂ ਨੂੰ ਹੁਣ ਨਹੀਂ ਨਵਾਜ ਸਕਦੇ ਹਾਂਜੀ ਤਾ ਜਿਹੜੇ ਚੈਨਲਸ ਤੋਂ ਇਹੇ ਗੱਲਾਂ ਤੁਸੀਂ ਸੁਣ ਰਹੇ ਹੋ ਕਿ ਦੇਖੋ ਜੀ ਪੇਪਰ ਉਦਨ ਵੀ ਹੋ ਸਕਦਾ ਪੇਪਰ ਪੋਸਟ ਬਣੀ ਉਹ ਵਿਚਲੀਆਂ ਜਿਹੀ ਗੱਲਾਂ ਇਹ ਤੁਸੀਂ ਕਨਫਿਊਜ਼ ਹੋਮੋਗੇ ਹੋਰ ਕੁਛ ਨਹੀਂ ਹੋਮੋਗੇ ਬਾਈ ਬਣ ਕੇ ਕਨਫਿਊਜ਼ ਨਾ ਹੋਵੋ ਜੀ ਸੱਤ ਕਿਉਂ ਨਾ ਚੈਨਲਰ ਦੇ ਤੁਸੀਂ ਤਿਆਰੀ ਕਰੋ ਪਰ ਇਹ ਜਿਹੀ ਗੱਲਾਂ ਤੇ ਵਿਸ਼ਵਾਸ ਨਾ ਕਰੋ ਇੰਨਾ ਗੱਲਾਂ ਤੇ ਉਦਨ ਵਿਸ਼ਵਾਸ ਕਰਾਂਗੇ ਜਿੱਦਨ ਕਿਸੇ ਚੈਨਲ ਨੇ ਮਗਰ ਪੀ ਟ੍ਰਿਪਲ ਐਸ ਬੀ ਦਾ ਥੱਲੇ ਡਾਇਰੈਕਟਰ ਦੇ ਸਾਈਨ ਹੋਏ ਤੇ ਉੱਪਰ ਇੱਕ ਨੋਟਿਸ ਲਿਖਿਆ ਹੋਇਆ ਵੀ ਪੇਪਰ ਜੀ ਹੁਣ ਫਲਾਣੀ ਤਰੀਕ ਨੂੰ ਉਹ ਗੱਲ ਮੰਨਾਂਗੇ ਉਸ ਤੋਂ ਘੱਟ ਕੋਈ ਗੱਲ ਨਹੀਂ ਮੰਨਾਂਗੇ ਸਾਡੇ ਵੱਲ ਭਾਵੇਂ ਕਿ ਭਈ ਫੈਸਲਾ ਪੀਟ੍ਰੀਪਲੱਸਬੀ ਦੇ ਡਾਇਰੈਕਟਰ ਨੇ ਲੈਣਾ ਚਿੱਠੀ ਉਹਨੇ ਜਾਰੀ ਕਰਨੀ ਤਾਂ ਅਸੀਂ ਉਹ ਚਿੱਠੀ ਨੂੰ ਹੀ ਆਧਾਰ ਮੰਨ ਕੇ ਮੰਨਾਂਗੇ ਨਾ ਵੀ ਪੇਪਰ ਪੋਸਟਪਨ ਹੋ ਗਿਆ ਪੀਟ੍ਰੀਪਲੱਸਬੀ ਕਲਰਕ ਦਾ ਪੇਪਰ ਅਸੀਂ ਉਸ ਦਿਨ ਕੇ ਹੈ ਨਾ ਵੀ ਪੋਸਟਪਨ ਹੋ ਗਿਆ ਜਿੱਦਨ ਸਾਡੇ ਮਗਰ ਚਿੱਠੀ ਖੁੱਲੀ ਹੋਈ ਸੀ ਵੀ ਹੁਣ ਆ ਪੇਪਰ 11 ਤਰੀਕ ਨੂੰ ਡਾਟਾ ਐਂਟਰੀ ਦਾ ਪੇਪਰ 11 ਤਰੀਕ ਨੂੰ ਕਲਰਕ ਲੀਗਲ ਦਾ ਪੇਪਰ 11 ਤਰੀਕ ਨੂੰ ਤੇ ਸਾਡਾ ਜਿਹੜਾ ਕਲਰਕ ਦਾ ਉਹ ਹੁਣ 19 ਫਰਵਰੀ ਨੂੰ ਉਸ ਦਿਨ ਮੰਨਿਆ ਜਿੱਦਨ ਮਗਰ ਚਿੱਠੀ ਖੁੱਲੀ ਸੀ ਤਾਂ ਵੀਡੀਓ ਟੈਕ ਐਕਸਾਈਜ਼ ਦਾ ਪੇਪਰ ਅਸੀਂ ਉਸ ਦਿਨ ਮੰਨ ਲਾਂਗੇ ਯਾਰ ਵੀ ਜਿੱਦ ਪੇਪਰ ਪੋਸਟ ਬਣੋਗੇ ਜਿੱਦਨ ਤੁਸੀਂ ਮਗਰ ਚਿੱਠੀ ਖੋਲ ਕੇ ਮੇਰੀ ਜੀ ਪੀ ਟ੍ਰਿਪਲ ਐਸ ਬੀ ਦੇ ਵਿੱਚ ਜਾਣ ਪਛਾਣਾ ਮੈਨੂੰ ਜੀ ਫਲਾਣੇ ਬੰਦੇ ਨੇ ਦੱਸਤਾ ਇਹ ਸਭ ਜਾਲੀ ਗੱਲਾਂ ਨੇ ਸਭ ਬਕਵਾਸ ਗੱਲਾਂ ਨੇ ਕਿ ਜਵਾਕਾ ਮੂਰੇ ਫੁਕਰੀ ਮਾਰਨੀ ਬੰਦ ਕਰਨੀ ਚਾਹੀਦੀ ਹੈ ਜਿੱਦਨ ਪੋਸਟਪੋਨ ਹੋ ਗਿਆ ਚਿੱਠੀ ਜਾਰੀ ਹੋ ਜੂਗੀ ਚਿੱਠੀ ਲਿਖਾ ਕੇ ਬੱਚੇ ਨੂੰ ਕਹਿ ਦਿਓ ਉਸ ਤੋਂ ਪਹਿਲਾਂ ਤੱਕ ਤੁਸੀਂ ਜੇ ਪੜਾਉਣ ਜੋਗੇ ਹੋ ਤਾਂ ਪੜਾ ਲਓ ਨਹੀਂ ਉਹ ਵੀ ਲੋੜ ਨਹੀਂ ਹੈਗੀ ਬਸ ਇੰਨੀ ਗੱਲ ਆ ਹਾਂਜੀ ਠੀਕ ਹੈ ਤਾਂ ਆਜੋ ਅਗਲਾ ਕੁਐਸਚਨ ਕੀ ਹੈ ਬੱਚੇ ਆਪਣਾ ਐਗਜ਼ਾਮੀਨਰ ਕਹਿੰਦਾ ਅ ਬਟਲਰ ਸਟੋਲ ਵਾਈਨ ਫਰੋਮ ਅ ਬਟਲ ਆਫ ਸ਼ੈਰੀ ਵਿਚ ਕੰਟੇਨਡ 80% ਅਲਕੋਹਲ ਕਹਿੰਦੇ ਜੀ ਇੱਕ दारू ਦਾ ਢੋਲ ਸੀਗਾ ਉਹਦੇ ਵਿੱਚ ਸ਼ਰਾਬ ਸੀਗੀ ਜਿੰਨੀ ਵੀ ਕੁਆਂਟੀਟੀ ਹੈ दारू ਦੇ ਢੋਲ ਦੀ ਉਹਦੇ ਵਿੱਚ ਸ਼ਰਾਬ ਸੀ ਜਿਹਦੇ ਵਿੱਚ 80% ਅਲਕੋਹਲ 80% ਸਪਿਰਿਟ ਲਿਖਿਆ ਚਲੋ ਜਿਹਦੇ ਵਿੱਚ 80% ਸਪਿਰਿਟ ਆ ਉਹ ਕਹਿੰਦੇ ਉਹਦੇ ਵਿੱਚੋਂ ਕੁਝ ਹਿੱਸਾ ਸ਼ਰਾਬ ਦਾ ਚੋਰੀ ਕਰ ਲਿਆ ਗਿਆ ਮਤਲਬ ਟੋਲ ਭਰਿਆ ਹੋਇਆ ਸੀਗਾ ਸ਼ਰਾਬ ਨਾਲ ਜਿਹਦੇ ਵਿੱਚ 80% ਸਪਿਰਿਟ ਸੀ ਉਹਦੇ ਵਿੱਚੋਂ ਉੱਪਰੋਂ ਕੁਝ ਹਿੱਸਾ ਚੋਰੀ ਕਰ ਲਿਆ ਉੱਪਰੋਂ ਇਹਨਾਂ ਹਿੱਸਾ ਚੋਰੀ ਕਰ ਲਿਆ ਖਾਲੀ ਹੋ ਗਿਆ ਟੋਲ ਇੰਨੀ ਕੁ ਸ਼ਰਾਬ ਰਹਿ ਗਈ ਇਹਦੇ ਵਿੱਚ 80% ਸਪਿਰਿਟ ਹੈ ਜਿਹੜਾ ਹਿੱਸਾ ਚੋਰੀ ਕਰ ਲਿਆ ਉਹ ਰਿਪਲੇਸ ਕਰਤਾ ਵਿਦ ਅਨਦਰ ਵਾਈਨ ਕੰਟੇਨਿੰਗ ਸਿਰਫ 32% ਸਪਿਰਿਟ ਤਾਂ ਜਿਹੜਾ ਉੱਪਰੋਂ ਟੋਲ ਖਾਲੀ ਹੋਇਆ ਸੀਗਾ ਉਹਦੇ ਵਿੱਚ 32% ਸਪਿਰਿਟ ਵਾਲੀ ਸ਼ਰਾਬ ਪਾਤੀ ਮਤਲਬ ਹੁਣ ਟੋਲ ਤਾਂ ਦੁਬਾਰਾ ਭਰਤਾ ਉਥੇ ਆ ਗਿਆ ਪਰ ਹੁਣ ਟੋਲ ਚ ਕੀ ਹੈ 80% ਅਲਕੋਹਲ ਵਾਲੀ 80% ਸਪਿਰਿਟ ਵਾਲੀ ਸ਼ਰਾਬ ਵੀ ਹੈ 32% ਸਪਿਰਿਟ ਵਾਲੀ ਸ਼ਰਾਬ ਵੀ ਹੈ ਹੁਣ ਉਹਨਾਂ ਨੇ ਅੱਡ-ਅੱਡ ਤਾਂ ਰਹਿਣੀ ਰਹਿਣਾ ਨਹੀਂ ਹੈਗਾ ਮਿਕਸ ਹੋ ਜਾਣਗੇ ਤਾਂ ਮਿਕਸ ਜਿਹੜਾ ਬਣ ਗਿਆ ਉਹ ਕੀ ਹੈ 48% ਸਟਰੈਂਥ ਬਣ ਗਈ ਉਹਦੀ 48% ਸਪਿਰਿਟ ਬਣ ਗਈ ਤਾਂ ਹਾਊ ਮੱਚ ਆਫ ਦਾ ਬੱਟ ਡਿਡ ਹੀ ਸਟੀਲ ਤਾਂ ਹਮੇਸ਼ਾ ਯਾਦ ਰੱਖਣਾ ਡਿਡ ਦੇ ਨਾਲ ਫਸਟ ਫਾਰਮ ਲੱਗਦੀ ਹੈ ਅੰਗਰੇਜ਼ੀ ਵੀ ਪੜਾ ਦਿੰਨੇ ਆਪਾਂ ਹਾਂਜੀ ਕਿਉਂਕਿ ਮੈਂ ਆਪ ਪੜਿਆ ਹੋਇਆ ਮੈਨੂੰ ਇਸ ਕਰਕੇ ਦੱਸਣਾ ਉਹ ਲੱਗਿਆ ਹਾਂਜੀ ਐਗਜ਼ਾਮੀਨਰ ਕਹਿੰਦਾ ਕਿੰਨੀ ਚੋਰੀ ਕੀਤੀ ਇਹ ਦੱਸੋ ਤੇ ਜਿਹੜੀ ਚੋਰੀ ਕੀਤੀ ਆਪਾਂ ਉਹ ਦੱਸਣੀ ਆ ਉਹ ਕਿਹਦੇ ਚ ਦੱਸਣੀ ਆ ਉਹ ਫ੍ਰੈਕਸ਼ਨਾਂ ਚ ਦੱਸਣੀ ਆ ਕਿਉਂਕਿ ਆਪਸ਼ਨ ਆਪਣੇ ਫ੍ਰੈਕਸ਼ਨਸ ਦੇ ਵਿੱਚ ਨੇ ਤਾਂ ਕਿੰਨੀ ਚੋਰੀ ਕੀਤੀ ਉਹਨੂੰ ਫ੍ਰੈਕਸ਼ਨ ਚ ਦੱਸਣ ਦਾ ਮਤਲਬ ਕੀ ਹੈ ਕਿ ਚੋਰੀ ਕੀਤੀ बटे ਟੋਟਲ ਕਰਨਾ ਹੈ ਆਪਾਂ ਤਾਂ ਇੱਥੇ ਪਹੁੰਚਣਾ ਹੈਗਾ ਪਹੁੰਚਣਾ ਕਿਵੇਂ ਹੈ ਹੁਣ ਉਹਦੇ ਵਿੱਚ ਜਾਂ ਤਾਂ origignal ਵਾਲੀ ਹੈ ਸ਼ਰਾਬ ਜਿਹਦੇ ਵਿੱਚ 80% ਸਪਿਰਿਟ ਹੈ ਜਾਂ ਫਿਰ ਘੱਟਿਆ ਕੁਆਲਿਟੀ ਦੀ ਸ਼ਰਾਬ ਹੈ ਜਿਹਦੇ ਨਾਲ ਰਿਪਲੇਸ ਕੀਤਾ ਰਿਪਲੇਸਮੈਂਟ ਵਾਲੀ ਹੈ ਉਹਦੇ ਵਿੱਚ 32% ਸਪਿਰਿਟ ਹੈ ਹੁਣ ਕੁਛ 80% ਵਾਲੀ ਜਿਹੜੀ ਛੱਡਤੀ ਸੀ ਉੱਪਰੋਂ ਤਾਂ ਚੋਰੀ ਕਰਕੇ ਬਾਕੀ ਹੇਠਾਂ ਛੱਡਤੀ ਉਹਦੀ ਥਾਂ ਤੇ 32% ਵਾਲੀ ਪਾਤੀ ਟੋਲ ਦੁਬਾਰਾ ਭਰਤਾ ਤੇ ਉਹਦੇ ਵਿੱਚ ਕੀ ਆ ਹੁਣ 48% ਸਪਿਰਿਟ ਹੈ ਤਾਂ ਕਿਹੜੀ ਰੇਸ਼ੀਓ ਦੇ ਵਿੱਚ ਹੋਣਗੀਆਂ ਦੋਹੇ ਤਰ੍ਹਾਂ ਦੀਆਂ ਸ਼ਰਾਬਾਂ 80 ਤੇ 48 ਦਾ ਡਿਫਰੈਂਸ 32 32 ਤੇ 48 ਦਾ ਡਿਫਰੈਂਸ 16 ਤਾਂ ਦੋਨੇ ਤਰ੍ਹਾਂ ਦੀਆਂ ਸ਼ਰਾਬਾਂ 1:2 ਦੇ ਵਿੱਚ ਹੋਣਗੀਆਂ ਜੀ ਤਾ ਐਗਜ਼ਾਮੀਨਰ ਨੇ ਰੇਸ਼ਿਓ ਨਹੀਂ ਪੁੱਛੀ ਕਿ ਦੋਨੇ ਸ਼ਰਾਬਾਂ ਕਿਹੜੀ ਰੇਸ਼ਿਓ ਚ ਨੇ ਐਗਜ਼ਾਮੀਨਰ ਕਹਿੰਦਾ ਜਿਹੜੀ ਚੋਰੀ ਕੀਤੀ ਉਹ ਦੱਸੋ ਫ੍ਰੈਕਸ਼ਨ ਚ ਕਿੰਨੀ ਐ ਤਾਂ ਬੱਚੇ ਜਿਹੜੀ ਚੋਰੀ ਕੀਤੀ ਉਹ ਕਿਹੜੀ ਐ ਜਿੰਨੀ ਉਹਦੀ ਥਾਂ ਤੇ ਘਟੀਆਂ ਸ਼ਰਾਬ ਪਾਤੀ ਇਹ ਚੋਰੀ ਕੀਤੀ ਸੀ ਤਾਂ ਚੋਰੀ ਕਿੰਨੀ ਕੀਤੀ ਜਿੰਨੀ ਆ ਘਟੀਆਂ ਸ਼ਰਾਬ ਪਈ ਆ ਤਾਂ ਘਟੀਆਂ ਸ਼ਰਾਬ ਕਿੰਨੀ ਐ ਰੇਸ਼ਿਓ ਚ 2 ਆਪਾਂ ਆਨਸਰ ਫ੍ਰੈਕਸ਼ਨ ਚ ਕਰਨਾ ਐ ਤਾਂ 2 ਆਊਟ ਆਫ 3 ਤਾਂ ਆਨਸਰ ਆਜੂਗਾ ਤੁਹਾਡਾ 2/3 ਡੀ ਆਪਸ਼ਨ ਤਾਂ ਇਹੇ ਕੁਐਸਚਨ ਮੈਂ ਉਮੀਦ ਕਰਦਾ ਕਿ ਤੁਸੀਂ ਜਿੱਥੋਂ ਵੀ ਤਿਆਰੀ ਕਰਕੇ ਆਏ ਹੋਗੇ ਸਾਰਿਆਂ ਨੇ ਇਹ ਦੇਖੇ ਹੀ ਹੋਊਗਾ ਇਹ ਸਵਾਲ ਲਗਭਗ ਸਭ ਨੇ ਕੀਤਾ ਹੋਊਗਾ ਮੈਂ ਉਮੀਦ ਕਰਦਾਗਾ ਹੁਣ ਇਸ ਤੋਂ ਬਾਅਦ ਦੋ ਸਵਾਲ ਹੋਰ ਕਰਨੇ ਆ ਤਾਂ ਜਿਹੜਾ ਤਾਂ ਅਗਲਾ ਸਵਾਲ ਆ ਉਹ ਬਿਲਕੁਲ ਸੇਮ ਹੋਊਗਾ ਤੁਸੀਂ ਨਾਲ ਦੇ ਨਾਲ ਆਨਸਰ ਕਰਦੋਂਗੇ ਮੈਨੂੰ ਤਾਂ ਦੋ ਖਰ ਸਮਝਾਉਣੇ ਪੈਣਗੇ ਚਾਰ ਚੀਜ਼ਾਂ ਲਿਖਣੀਆਂ ਪੈਣਗੀਆਂ ਤੁਸੀਂ ਨਾਲ ਦੇ ਨਾਲ ਆਨਸਰ ਕਰਦੋਂਗੇ ਪਰ ਜਿਹੜਾ ਤੀਜਾ ਸਵਾਲ ਹੈ ਉਹ ਮੈਂ ਉਮੀਦ ਕਰਦਾ ਸਵਾਲ ਬਿਲਕੁਲ ਸੇਮ ਹੈ 19 21 ਦਾ ਫਰਕ ਹੈ ਪਰ ਉਹ ਜਿਹੜਾ 19 ਤੋਂ 21 ਹੋ ਗਿਆ नवी चीज होगी स्टूडेंट्स उस क्वेश्चन से आ एक दमेंट नाम यूजर नेम क्या यमराज का पापा वेरी गुड ठीक है पीटर प्लेसा पापा लिख लू हाँ जी बिल्कुल ठीक है वेरी गुड अगला क्वेश्चन बिल्कुल सेम मेरे तो पहले आंसर करो अ बटलर स्टोल वाइन फ्रोम शेरी विच कंटेड पैहठ परसेंट अलकोहल ਹੀ ਰਿਪਲੇਸਡ ਵਟ ਹੀ ਹੈਡ ਸਟੋਲਨ ਫਰੋਮ ਵਿਦ ਅਨਦਰ ਵਾਈਨ ਕੰਟੇਨਿੰਗ ਓਨਲੀ 35% ਅਲਕੋਹਲ ਦਾ ਰਿਜ਼ਲਟੈਂਟ ਬਟ ਵਾਸ ਦੈਨ 47% ਸਟਰੈਂਥ ਤਾਂ ਦੱਸੋ ਕਿੰਨੀ ਚੋਰੀ ਕੀਤੀ ਕਿੰਨੀ ਚੋਰੀ ਕੀਤੀ ਫ੍ਰੈਕਸ਼ਨ ਚ ਦੱਸਣਾ ਬਿਲਕੁਲ ਸੇਮ ਤਰੀਕਾ ਤਾਂ ਜਿਹੜੀ origignal ਸਾਡੇ ਕੋਲ ਸ਼ਰਾਬ ਹੈ ਉਹਦੇ ਵਿੱਚ 65% ਅਲਕੋਹਲ ਹੈ ਜਿਹੜੀ ਚੋਰੀ ਕੀਤੀ ਉਹਦੀ ਥਾਂ ਤੇ ਆਪਾਂ ਇੱਕ ਘਟੀਆ ਕਿਸਮ ਦੀ ਸ਼ਰਾਬ ਪਾਤੀ ਜਿਹਦੇ ਨਾਲ ਰਿਪਲੇਸ ਕੀਤਾ ਇਹ ਚੋਰੀ ਕੀਤੀ ਸੀ ਉਹਦੇ ਵਿੱਚ ਕੀ ਹੈ 35% ਅਲਕੋਹਲ ਤੇ ਕਹਿੰਦੇ ਜਦੋਂ ਦੋਨਾਂ ਨੂੰ ਮਿਕਸ ਕੀਤਾ ਤਾਂ ਮਿਕਸਚਰ ਦੇ ਵਿੱਚ 47% ਅਲਕੋਹਲ ਬਣ ਗਈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈਗਾ ਕਿ ਕਿੰਨੀ ਚੋਰੀ ਕੀਤੀ ਤਾਂ ਐਲੀਗੇਸ਼ਨ ਲਾ ਕੇ ਦੇਖ ਲਾਂਗੇ ਕਿ ਕਿੰਨੀ ਕਿੰਨੀ ਪ੍ਰੈਜ਼ੈਂਟ ਨੇ ਕਿਹੜੀ ਰੇਸ਼ਿਓ ਚ ਪ੍ਰੈਜ਼ੈਂਟ ਨੇ ਤਾਂ 65 ਤੇ 47 ਹੋ ਗਿਆ ਬੱਚੇ ਤੁਹਾਡਾ 18 35 ਤੇ 47 ਹੋ ਗਿਆ 12 ਤਾਂ 12 ਤੇ 18 ਹੋ ਗਿਆ 2:3 ਤਾਂ ਜਿੱਤਾ ਰੇਸ਼ਿਓ ਚ ਪੁੱਛਿਆ ਹੁੰਦਾ ਕਿਹੜੀ ਰੇਸ਼ਿਓ ਚ ਪ੍ਰੈਜ਼ੈਂਟ ਨੇ ਤੁਸੀਂ 2:3 ਕਹਿ ਦਿੰਦੇ 2:3 ਕਹਿ ਦਿੰਦੇ ਪਰ ਐਗਜ਼ਾਮੀਨਰ ਕਹਿੰਦਾ ਕਿੰਨੀ ਚੋਰੀ ਕੀਤੀ ਉਹ ਫ੍ਰੈਕਸ਼ਨ ਚ ਦੱਸੋ ਤਾਂ ਚੋਰੀ ਉਹੀ ਕੀਤੀ ਜਿਹੜੀ ਘਟੀਆਂ ਵਾਲੀ ਪਈ ਹੈ ਤਾਂ ਘਟੀਆਂ ਵਾਲੀ ਕਿੰਨੀ ਪਈ ਹੈ 3 ਆਊਟ ਆਫ 5 ਤਾਂ 3/5 ਆਨਸਰ ਆ ਗਿਆ ਇਸ ਕੁਐਸਚਨ ਦਾ ਤਾਂ 3/5 ਸੈਕਿੰਡ ਆਪਸ਼ਨ ਆਨਸਰ ਆ ਗਿਆ ਬਿਲਕੁਲ ਸੇਮ ਕੁਐਸਚਨ ਸੀਗਾ ਸੇਮ ਆਨਸਰ ਸੀਗਾ ਮਿਲਦਾ ਜੁਲਦਾ ਮੇਰਾ ਮਤਲਬ ਆਨਸਰ ਕੱਢਣ ਵਾਲੇ ਚ ਪੂਜਾ ਨੇ ਸਭ ਤੋਂ ਪਹਿਲਾਂ ਆਨਸਰ ਕੱਢਿਆ ਹੈਗਾ ਵੈਰੀ ਗੁੱਡ ਪੂਜਾ ਤੋਂ ਬਾਅਦ ਮੁਹੰਮਦ ਮੁਸਾਦ ਗੁਰਮੀਤ ਮੰਗਲ ਮਨਦੀਪ ਰਜਿੰਦਰ ਹਿਮਾਂਸ਼ੂ ਵੈਰੀ ਗੁੱਡ 3x5 ਜਮਰਾਜ ਦਾ ਪਾਪਾ ਵੈਰੀ ਗੁੱਡ ਦਿਨੇਸ਼ ਬਿਲਕੁਲ ਠੀਕ ਹੈ ਭਾਈ ਮਨਪ੍ਰੀਤ ਕੌਰ ਬਲਜੀਤ ਕੌਰ ਦੀਪ ਚੌਧਰੀ ਵੈਰੀ ਗੁੱਡ 3x5 ਸੈਕਿੰਡ ਆਪਸ਼ਨ ਰੋਮਨ ਸਿੰਘ ਬਿਲਕੁਲ ਠੀਕ ਹੈ ਲਖਵਿੰਦਰ ਵੈਰੀ ਗੁੱਡ ਵਿਰਾਜ ਵੈਰੀ ਗੁੱਡ ਪਵਨ ਬਿਲਕੁਲ ਠੀਕ ਹੈ ਬੱਚੇ ਮਨਜੀਤ ਕੌਰ ਵੈਰੀ ਗੁੱਡ ਲਖਵਿੰਦਰ ਬਿਲਕੁਲ ਠੀਕ ਹੈ ਭਾਈ ਹਾਂਜੀ ਤਾਂ ਇਹ ਤਾਂ ਦੋ ਕੁਐਸਚਨ ਹੋਣਗੇ ਜਿਹੜੇ ਤੁਸੀਂ ਪੇਡ ਬੈਚ ਚ ਵੀ ਦੇਖਿਆ ਆਮ ਤੌਰ ਤੇ ਦੇਖਦੇ ਰਹੇ ਹੋ ਤੀਜਾ ਕੁਐਸਚਨ ਜਮਾ 19 ਕੀ ਦੇ ਫਰਕ ਤੇ ਅਨਸਰ ਇਫੈਕਟ ਹੋਊਗਾ ਇਨੇ ਵਾਈਨ ਬੋਟਲ देयर इज 32% ਸਪਿਰਿਟ ਸੇਮ ਹੀ ਕਹਾਣੀ ਹੈ ਵਾਈਨ ਦੀ ਬੋਤਲ ਹੈ ਸ਼ਰਾਬ ਦੀ ਬੋਤਲ ਹੈ ਉਹਦੇ ਵਿੱਚ 32% ਸਪਿਰਿਟ ਹੈ ਸਮ ਕੁਆਂਟੀਟੀ ਆਫ ਵਾਈਨ ਇਜ਼ ਟੇਕਨ ਆਊਟ ਉਹਦੇ ਵਿੱਚੋਂ ਕੁਝ ਹਿੱਸਾ ਬਾਹਰ ਕੱਢ ਲਿਆ ਐਂਡ 1/3 ਆਫ ਵਾਟ ਇਜ਼ ਟੇਕਨ ਆਊਟ ਜਿੰਨੀ ਬਾਹਰ ਕੱਢੀ ਉਹਦਾ 1/3 ਹੁਣ ਤੱਕ ਦੇ ਸਵਾਲਾਂ 'ਚ ਕੀ ਸੀਗਾ ਕਿ ਭਾਈ ਜਿੰਨੀ ਚੋਰੀ ਕੀਤੀ ਓਨੀ ਦੂਜੀ ਪਾਤੀ ਹੁਣ ਤੱਕ ਦੇ ਸਵਾਲਾਂ 'ਚ ਤੁਸੀਂ ਇਹੀ ਪੜ ਰਹੇ ਹੋ ਨਾ ਵੀ ਭਾਈ ਜਿੰਨੀ ਸ਼ਰਾਬ ਦੇਖੋ ਢੋਲ ਭਰਿਆ ਹੋਇਆ ਸੀ ਉਹ ਚੋਂ ਉੱਪਰੋਂ ਇੰਨਾ ਹਿੱਸਾ ਚੋਰੀ ਕਰ ਲਿਆ ਤਾਂ ਜਿੰਨੀ ਚੋਰੀ ਕੀਤੀ ਉਹਦੀ ਥਾਂ ਤੇ ਘਟਿਆ ਪਾਤੀ ਸਾਡਾ ਜਿਹੜਾ ਕੁਐਸਚਨ ਬਣ ਗਿਆ ਹੁਣ ਉਹ ਕਹਿੰਦੇ origignal ਟੋਲ ਦੇ ਵਿੱਚ 32% ਸ਼ਰਾਬ 32% ਐਲਕੋਹਲ ਸਪਿਰਿਟ ਆ ਉਹਦੇ ਵਿੱਚੋਂ ਕੁਝ ਬਾਹਰ ਕੱਢ ਲਈ ਚੋਰੀ ਕਰ ਲਈ ਜਾਂ ਬਾਹਰ ਕੱਢ ਲਈ ਤੇ ਜਿੰਨੀ ਬਾਹਰ ਕੱਢੀ ਉਹ ਪੂਰੀ ਵਾਪਸ ਉਹ ਨਹੀਂ ਨਹੀਂ ਰਿਪਲੇਸ ਕੀਤੀ ਉਹਦਾ 1/3 ਰਿਪਲੇਸ ਕਰਤੀ ਵਿਦ ਅਨਦਰ ਵਾਈਨ ਵਿਚ ਕੰਟੇਨਸ 18% ਸਪਿਰਿਟ ਨਾਉ ਦਾ ਵਾਈਨ ਕੰਟੇਨਸ 28% ਸਪਿਰਿਟ ਹਾਊ ਮਚ ਆਫ ਦਾ ਵਾਈਨ ਵਾਸ ਟੇਕਨ ਆਊਟ ਤਾਂ ਕਿੰਨੀ ਬਾਹਰ ਕੱਢੀ ਇਹ ਦੱਸਣਾ ਤਾਂ ਬੱਚੇ ਦੇਖੋ origignal ਕਿੰਨੀ ਆ ਤੇ ਜਿਹਦੇ ਨਾਲ ਰਿਪਲੇਸ ਕੀਤੀ ਘਟੀ ਵਾਲੀ ਕਿੰਨੀ ਆ origignal ਦੇ ਵਿੱਚ 32% ਜਿਹੜੀ ਰਿਪਲੇਸ ਕੀਤੀ ਉਹਦੇ ਵਿੱਚ 18% ਸਪਿਰਿਟ ਤੇ ਦੋਨਾਂ ਨੂੰ ਜੋੜ ਕੇ ਬਣ ਗਈ 28% ਸਪਿਰਿਟ ਇੱਥੇ ਤੱਕ ਤਾਂ ਤੁਸੀਂ ਸਾਰੇ ਕਰ ਲੋਗੇ 32 ਤੇ 28 4 18 ਤੇ 28 10 ਇਹ ਆ ਗਿਆ 5:2 ਬੱਚੇ 5:2 ਕੀ ਆ ਗਿਆ 5:2 ਆ ਗਿਆ ਕਿ ਭਾਈ ਤੁਹਾਡੀ origignal ਸ਼ਰਾਬ 5 ਹੈ ਰਿਪਲੇਸ ਕਰਕੇ ਜਿਹੜੀ ਵਿੱਚ ਪਾਈ ਉਹ 2 ਹੈ ਪਰ ਉਹ ਜਿਹੜੀ 2 ਹੈ ਉਹ ਕੀ ਹੈ ਉਹ ਟੋਟਲ ਦਾ ਤੀਜਾ ਹਿੱਸਾ ਹੀ ਪਾਈ ਹੈ ਮਤਲਬ ਜਿੰਨੀ ਚੋਰੀ ਕੀਤੀ ਜਿੰਨੀ ਟੇਕਨ ਆਊਟ ਉਹਦਾ ਤੀਜਾ ਹਿੱਸਾ 2 ਦੇ ਬਰਾਬਰ ਹੈ ਤਾਂ ਇਹਦਾ ਮਤਲਬ ਟੇਕਨ ਆਊਟ ਕਿੰਨੀ ਹੋਊਗੀ 6 ਤਾਂ origignal ਤੇ ਟੇਕਨ ਆਊਟ 5:6 ਬਣ ਗਿਆ 5:2 ਬਿਲਕੁਲ ਠੀਕ ਸੀਗਾ 5:2 ਚ origignal 5 ਪਈ ਹੈ ਜਿਹੜੀ ਰਿਪਲੇਸ ਕਰਕੇ ਪਾਈ ਉਹ 2 ਹੈ ਪਰ ਉਹ 2 ਕੀ ਹੈ ਜਿੰਨੀ ਕੱਢੀ ਉਹਦਾ 1/3 ਤਾਂ ਕੱਢੀ ਹੋਣੀ ਹੈ 6 ਤਾਂ 5:6 ਦੇ ਵਿੱਚੋਂ ਕਿੰਨੀ ਕੱਢੀ 6/11 ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕੀ ਆਊਗਾ 6 ਆਊਟ ਆਫ 11 ਤਾਂ ਆਹ ਇੱਕ ਨਵੇਂ ਤਰ੍ਹਾਂ ਦਾ ਕੁਐਸਚਨ ਸੀਗਾ ਮੈਂ ਉਮੀਦ ਕਰਦਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਵੀ ਦੱਸ ਦੋ ਕਿ ਇਹ ਕਿੰਨੇ ਬੱਚਿਆਂ ਨੇ ਪਹਿਲੀ ਵਾਰ ਦੇਖਿਆ ਹੈਗਾ ਕੁਐਸਚਨ ਸਮਝ ਆ ਗਿਆ ਉਹ ਮੈਨੂੰ ਕਮੈਂਟ ਸੈਕਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਦੋ ਚਾਰ ਬੱਚੇ ਦੇ ਆਂਸਰ ਗਲਤ ਨਹੀਂ ਤਾਂ ਸੁਖ ਪੂਜਾ ਦਿਨੇਸ਼ ਜਵਰਾਜ ਦਾ ਪਾਪਾ ਮੁਹੰਮਦ ਹਿਮੰਸ਼ੂ ਵਿਰਾਜ ਪਵਨ ਰਜਿੰਦਰ ਮਨਪ੍ਰੀਤ ਬਲਜੀਤ ਸਭ ਸਹੀ ਕਮੈਂਟ ਕਰ ਰਹੇ ਨੇ 6/11 ਹੈ ਲਖਵਿੰਦਰ ਦਾ ਬਲਜੀਤ ਦਾ ਰੋਮਨ ਦਾ ਸਭ ਦਾ 6/11 ਹੈ ਇਹ ਮੈਂ ਪੇਡ ਬੈਚ ਦੇ ਵਿੱਚ ਨਹੀਂ ਕਰਾਇਆ 1/3 ਵਾਲਾ ਹਾਂਜੀ ਤਾਂ ਇਹ ਆਪਣਾ ਅੱਜ ਦਾ ਸੈਸ਼ਨ ਸੀਗਾ 4:00 ਬਜੇ 5-6 ਮਿੰਟ ਹੋ ਗਏ ਤਾਂ ਆਪਣਾ ਘੰਟਾ ਹੋ ਹੀ ਗਿਆ ਤਾਂ ਮੈਂ ਇਹ ਘੰਟੇ-ਘੰਟੇ ਦੇ ਦੋ ਸੈਸ਼ਨ ਹਰ ਬੁੱਧਵਾਰ ਵੀਰਵਾਰ ਲਾਉਂਗਾ 3 ਤੋਂ 4 ਪਰ ਸਿਰਫ ਤੁਸੀਂ ਬਾਈ ਬਣ ਕੇ ਮੈਥ ਦੇ ਸੈਸ਼ਨ ਹੀ ਨਹੀਂ ਦੇਖਣੇ ਤੁਹਾਡੇ ਮੈਥ ਦੇ ਨਾਲ ਇੰਗਲਿਸ਼ ਤੇ ਰੀਜ਼ਨਿੰਗ ਦੇ ਸੈਸ਼ਨ ਦੁਪਹਿਰੇ 3:00 ਵਜੇ ਲੱਗ ਹੀ ਰਹੇ ਨੇ ਹਰ ਰੋਜ਼ ਦੁਪਹਿਰੇ 3:00 ਵਜੇ ਤੁਸੀਂ ਮੈਥ ਰੀਜ਼ਨਿੰਗ ਇੰਗਲਿਸ਼ 'ਚ ਇੱਕ ਕਲਾਸ ਦੇਖਦੇ ਹੋ ਦੁਪਹਿਰੇ 12:00 ਵਜੇ ਜੀਐਸ ਦੇਖਦੇ ਹੋ ਸਵੇਰੇ 10:00 ਵਜੇ 10:00 ਵਜੇ 5 ਮਿੰਟ ਤੇ ਕਰੰਟ ਅਫੇਅਰ ਦਾ ਸੈਸ਼ਨ ਆ ਸਾਰੇ ਦੇ ਸਾਰੇ ਜਿਹੜੇ ਸੈਸ਼ਨਸ ਨੇ ਜੀਐਸ ਦਾ ਜਿਹੜਾ 12 ਵਜੇ ਸੈਸ਼ਨ ਚੱਲਦਾ ਉਹਦੇ ਵਿੱਚ ਸਟੈਟਿਕ ਜੀਕੇ ਦੀ ਵੀ ਕਲਾਸ ਹੁੰਦੀ ਆ ਆਪਾਂ ਐਤਵਾਰ ਦੇ ਐਤਵਾਰ ਵੀਕ ਮਤਲਬ ਵੀਕਲੀ ਕਰੰਟ ਅਫੇਅਰ ਵੀ ਸਟਾਰਟ ਕੀਤਾ ਹੈ ਜੀਐਸ ਪੰਜਾਬ ਜੀਕੇ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ এনवायरमेंट ਸਾਰਾ ਕੁਝ ਜੋ ਪੇਪਰਾਂ ਦੇ ਪੁਆਇੰਟ ਆਫ 뷰 ਨਾਲ ਇੰਪੋਰਟੈਂਟ ਹੈ ਬਾਈ ਬਣ ਕੇ ਮਿਹਨਤ ਜੀ ਮਾਰ ਲਓ ਜਿੱਥੇ ਸੈਟ ਜਾ ਲੱਗਦਾ ਉੱਥੇ ਜੀ ਮਿਹਨਤ ਮਾਰ ਲਓ ਹਾਂਜੀ ਹਾਂ ਮੈਂ ਲਾਈਵ ਹੀ ਲਾ ਲਿਆ ਕਰੂੰਗਾ ਅਗਲੇ ਸੈਸ਼ਨ ਤੋਂ ਮੈਂ ਕੋਸ਼ਿਸ਼ ਇਹ ਰੱਖੂੰਗਾ ਕਿ ਲਾਈਵ ਹੀ ਲਾਇਆ ਕਰਾਂ ਤੇ ਠੀਕ ਹੈ ਅ ਵੀਡੀਓ ਦਾ ਜਿਹੜਾ ਪੇਪਰ 8 ਜਨਵਰੀ ਨੂੰ ਹੋਣਾ ਹੈ ਪਤਾ ਨਹੀਂ ਕਿਹੜਾ ਸਟੂਡੈਂਟ ਵੀਡੀਓ ਦੇ ਮੈਰਾਥਨਸ ਬਾਰੇ ਪੁੱਛ ਰਿਹਾ ਸੀ ਤਾਂ ਬੱਚੇ ਵੀਡੀਓ ਦੇ 8 8 ਘੰਟੇ ਦੇ ਮੈਰਾਥਨ ਆਪਣੇ ਲਗਾਤਾਰ 3 ਦਿਨ ਚੱਲਣਗੇ 4 5 ਤੇ 6 ਤਰੀਕ ਨੂੰ ਮਤਲਬ 4 ਤਰੀਕ ਦਾ ਤੁਹਾਡਾ ਬੁੱਧਵਾਰ ਬਣਦਾ ਹੈਗਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਤੁਹਾਡੇ ਵੀਡੀਓ ਦੇ ਵੱਡੇ ਮੈਰਾਥਨਸ ਚੱਲਣਗੇ ਤੇ ਸ਼ਨੀਵਾਰ ਨੂੰ ਮੈਰਾਥਨ ਕੋਈ ਨਹੀਂ ਹੋਊਗਾ ਕਿਉਂਕਿ ਬੱਚਿਆਂ ਨੇ ਇੱਕ ਦੂਜੇ ਸ਼ਹਿਰ ਚ ਜਾਣਾ ਹੋਊਗਾ ਜਿੱਥੇ ਪੇਪਰ ਹੈ ਤਾਂ ਸ਼ਨੀਵਾਰ ਨੂੰ ਮੈਂ ਇੱਕ ਵੀਡੀਓ ਬਣਾ ਕੇ ਦੁਪਹਿਰੇ 12:00 ਜਾਂ 1 2 ਵਜੇ ਲਾਈਵ ਆ ਕੇ ਮੈਂ ਇੱਕ ਵੀਡੀਓ ਬਣਾ ਕੇ ਪੇਪਰ ਕਿਵੇਂ अटेम्प्ट ਕਰਨਾ ਹੈ ਅਗਲੇ ਦਿਨ ਵੀਡੀਓ ਦਾ ਮੈਂ ਉਹਦੇ ਬਾਰੇ ਮਤਲਬ ਇੱਕ ਵੀਡੀਓ ਜੀ ਬਣਾ ਦੂੰਗਾ ਤੁਸੀਂ ਉਹ ਐਕਸਰਸਾਈਜ਼ ਦੇ ਪੇਪਰ 'ਚ ਵੀ ਲਾਗੂ ਕਰ ਲੋਗੇ ਤਾਂ ਪੇਪਰ ਤੋਂ ਇੱਕ ਦਿਨ ਪਹਿਲਾਂ ਮੈਰਾਥਨ ਨਹੀਂ ਹੋਊਗਾ ਪਰ ਪੀਪਰ ਕਿਵੇਂ अटेम्प्ट ਕਰਨਾ ਪੀਪਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਵੇਂ ਧਿਆਨ ਰੱਖਣਾ ਹੈਗਾ 옵ਸ਼ਨਸ ਕਿਵੇਂ ਮਾਰਕ ਕਰਨੇ ਆ ਪੀਪਰ ਕੋਸ਼ਣ ਨਹੀਂ ਆਉਂਦਾ ਹੈਗਾ ਫਿਰ ਉਹਨੂੰ ਕਿਵੇਂ ਮਾਰਕ ਕਰਨਾ ਹੈ 옵ਸ਼ਨਸ ਐਲੀਮੀਨੇਟ ਕਿਵੇਂ ਕਰਨੇ ਆ ਪੀਪਰ ਜਮ ਨਹੀਂ ਆਉਂਦਾ ਹੈਗਾ ਤੁੱਕੇ ਮਾਰਨੇ ਤੁੱਕੇ ਕਿਵੇਂ ਮਾਰਨੇ ਆ ਹਰ ਇੱਕ ਚੀਜ਼ ਦਾ ਪੂਰੇ ਤੇ ਪੂਰੇ 2 ਘੰਟੇ ਸਾਡੇ ਦਾ ਸਾਡਾ ਪੂਰੇ ਤੇ ਪੂਰਾ ਐਟੀਟਿਊਡ ਕੀ ਹੋਣਾ ਚਾਹੀਦਾ ਹੈਗਾ ਉਹਦੇ ਬਾਰੇ ਪ੍ਰੋਪਰ ਗੱਲ ਕਰਾਂਗੇ ਇਹ ਆਪਾਂ ਸ਼ਨੀਵਾਰ ਕਰਾਂਗੇ ਤਾਂ ਸ਼ਨੀਵਾਰ ਤੋਂ ਪਹਿਲਾਂ 3 ਦਿਨ 4 ਜਨਵਰੀ 5 ਜਨਵਰੀ 6 ਜਨਵਰੀ ਨੂੰ ਆਪਣੇ 3 ਲੰਬੇ ਮੈਰਾਥਨ ਸੈਸ਼ਨਸ ਹੋਣਗੇ ਉਹਦੇ ਵਿੱਚ ਸਾਰੇ ਸਾਰੇ ਸਬਜੈਕ ਜਿਵੇਂ ਪੇਪਰ ਦੇ ਵਿੱਚ ਆਉਣੇ ਨੇ ਜੋ ਪੇਪਰ ਦੇ ਵਿੱਚ ਲੈਵਲ 익ਸਪੈਕਟਿਡ ਹੈ ਜਿਸ ਤਰ੍ਹਾਂ ਦੇ ਸਵਾਲਾਂ ਦੀ ਫਾਰਮੇਸ਼ਨ 익ਸਪੈਕਟਿਡ ਹੈ ਕਿ ਇਹੋ ਜਿਹਾ ਸਵਾਲ ਬਣ ਕੇ ਆਊਗਾ ਜੇ ਡੀਆਈ ਵੀ ਹੋਣੀ ਹੋਈ ਤਾਂ ਇਹੋ ਜਿਹੀ ਡੀਆਈ ਆਊਗੀ ਉਹ ਤਿੰਨ ਦਿਨ ਆਪਾਂ ਵੱਡੇ ਮੈਰਾਥਨ ਮਾਰ ਕੇ ਉਹਦੇ ਵਿੱਚ ਕਵਰ ਕਰਾਂਗੇ ਸਮਝਾ ਗਏ ਬੱਚੇ ਆਪਾਂ ਕਲਾਸ ਓਵਰ ਕਰਦੇ ਪ੍ਰੀਮੀਅਰ ਨੈਟਲਿਸ ਮੈਥਦ ਨੂੰ ਹਾਂ ਠੀਕ ਹੈ ਮੈਂ ਮੈਥ ਦਾ ਲਾਈਵ ਹੀ ਲਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਤਾਂ ਦੇਖੋ ਘੰਟਾ ਸਵਾ ਘੰਟਾ ਮਿਹਨਤ ਕਰਨੀ ਹੈਗੀ ਫਾਈਲ ਮੇਰੀ ਪਹਿਲਾਂ ਬਣ ਜਾਂਦੀ ਹੈਗੀ ਤਾਂ ਮੈਂ ਮਤਲਬ ਫਾਈਲ ਬਣਾਉਣ ਲੱਗੇ ਜਿਹੜੀ ਮਿਹਨਤ ਕਰਨੀ ਆ ਉਹ ਮੈਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਕਰ ਲੈਣਾ ਹੁੰਦਾ ਤੁਹਾਨੂੰ ਟੌਪਿਕਸ ਇੱਕ ਦਿਨ ਦੋ ਦਿਨ ਪਹਿਲਾਂ ਜਾਂ ਦੱਸ ਦਿਆ ਕਰੂੰਗਾ ਜਿਵੇਂ ਹੁਣ ਮੈਂ ਤੁਹਾਡੇ ਜਿਹੜਿਆ ਫਾਈਲ ਬਣਾ ਕੇ ਟੌਪਿਕਸ ਮੈਂ ਜਮਾ ਸੈਸ਼ਨ ਤੋਂ ਘੰਟਾ ਤੱਕ ਪਹਿਲਾਂ ਦੱਸ ਦਾਂਗਾ ਮੈਂ ਇੱਕ ਸ਼ਾਮ ਪਹਿਲਾਂ ਦੱਸਣ ਲੱਗ ਜੂੰਗਾ ਜਦੋਂ ਫਾਈਲ ਬਣ ਜਾਕਰ ਉਦੋਂ ਦੱਸ ਦਿਆ ਕਰੂੰਗਾ ਸੈਸ਼ਨ ਮੈਂ ਲਾਈਵ ਲਾਉਣ ਦੀ ਕੋਸ਼ਿਸ਼ ਕਰੂੰਗਾ ਇਸ ਤੋਂ ਬਿਨਾਂ ਮੇਰੀ ਇੱਕ ਬੇਨਤੀ ਇਹੀ ਹੈ ਕੰਸਿਸਟੈਂਸੀ ਦੇ ਨਾਲ ਪੜਾਈ ਰੱਖੋ ਪੜਾਈ ਜਾਰੀ ਰੱਖੋ ਪੜਾਈ ਜਿੰਨੀ ਮਰਜ਼ੀ ਕਰੋ ਕਿਸੇ ਨੂੰ ਦੇਖ ਕੇ ਨਹੀਂ ਪੜ੍ਹਨਾ ਵੀ ਯਾਰ ਰਜਿੰਦਰ ਤਾਂ ਦਿੰਦੇ 7-8 ਘੰਟੇ ਪੜਦਾ ਮੈਂ ਸਿਰਫ 4 ਘੰਟੇ ਪੜਦਾ ਮੈਨੂੰ 7-8 ਘੰਟੇ ਪੜਨ ਚਾਹੀਦੇ ਦੇਖੋ 7-8 ਘੰਟੇ ਪੜੋਗੇ ਤਾਂ ਚੰਗੀ ਗੱਲ ਹੈ ਪਰ ਜੇ ਤੁਹਾਨੂੰ ਲੱਗਦਾ ਤੁਸੀਂ 4 ਹੀ ਘੰਟੇ ਪੜ ਰਹੇ ਹੋ 4 ਘੰਟਿਆਂ ਨਾਲ ਵੀ ਪੇਪਰ ਨਿਕਲ ਜੂਗਾ ਕਿਸੇ ਨੂੰ ਦੇਖ ਕੇ ਨਾ ਪੜੋ ਹਰ ਕੋਈ ਆਪਣੀ ਕਪੈਸਿਟੀ ਦੇ ਵਿੱਚੋਂ ਪੜਦਾ ਹੈਗਾ ਹਰ ਕੋਈ ਆਪਣੀ ਕਪੈਸਿਟੀ ਦੇ ਵਿੱਚੋਂ ਮਿਹਨਤ ਕਰਦਾ ਹੈਗਾ ਹਰ ਕਿਸੇ ਦੀ ਅੱਜ ਦੀ ਮਿਹਨਤ ਦੇ ਪਿੱਛੇ ਇੱਕ ਲੰਬਾ ਸਫਰ ਆਏਗਾ ਤਾਂ ਤੁਸੀਂ ਜਿਹਨੂੰ ਦੇਖ ਰਹੇ ਹੋਗੇ ਜੇ ਤਾਂ ਉਹਨੂੰ ਦੇਖ ਕੇ ਕੁਝ ਚੰਗਾ ਸਿੱਖ ਰਹੇ ਹੋ ਫਿਰ ਤਾਂ ਚੰਗੀ ਗੱਲ ਹੈ ਪਰ ਜਿਹਨੂੰ ਤੁਸੀਂ ਦੇਖ ਰਹੇ ਹੋ ਉਹਦਾ ਪਿੱਛੇ ਇੱਕ ਹੋਰ ਸਫਰ ਹੈ ਤੁਹਾਡਾ ਆਪਣਾ ਇੱਕ ਸਫਰ ਹੈ ਤਾਂ ਜੋ ਜੋ ਤੁਸੀਂ ਕੱਲ ਤੱਕ ਕਰਦੇ ਰਹੇ ਹੋ ਉਹਦੇ ਵਿੱਚੋਂ ਗਰੋ ਕਰਨਾ ਤੁਸੀਂ ਕਿਸੇ ਨੂੰ ਦੇਖ ਕੇ ਗਰੋ ਕਰ ਸਕਦੇ ਹੋ ਪਰ ਤੁਹਾਡੀ ਗਰੋਥ ਤੁਹਾਡੇ ਕੱਲ ਤੇ ਖੜੀ ਹੈ ਕਿ ਹੁਣ ਤੱਕ ਦਾ ਤੁਹਾਡਾ ਸਫਰ ਕੀ ਸੀ ਇਸ ਕਰਕੇ 4 ਘੰਟੇ ਮਿਹਨਤ ਕਰਨੀ ਹੈ ਜਾਂ 8 ਘੰਟੇ ਮਿਹਨਤ ਕਰਨੀ ਸਭ ਦਾ ਆਪੋ ਆਪਣਾ ਫੈਸਲਾ ਹੈ ਮਿਹਨਤ ਕੰਸਿਸਟੈਂਸੀ ਦੇ ਨਾਲ ਕਰਨੀ ਹੈ ਉਹ ਸਭ ਤੇ ਕਾਮਨ ਲਾਗੂ ਹੁੰਦਾ ਹੈ ਉਹ ਨਹੀਂ ਤੋੜਨਾ ਕੰਸਿਸਟੈਂਸੀ ਨਹੀਂ ਟੁੱਟਣ ਦੇਣੀ ਆਵਦਾ ਖਿੱਚ ਕੇ ਰੱਖੋ ਹਾਂਜੀ ਜਿਹੜੇ ਸਟੂਡੈਂਟਸ ਬੈਚ ਬਾਰੇ ਪੁੱਛਦੇ ਆ ਬਾਈ ਬਣ ਕੇ ਆ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਆ ਡਿਸਕ੍ਰਿਪਸ਼ਨ ਦੇ ਵਿੱਚ ਖੈਰ ਬੈਚ ਖਰੀਦਣ ਦੇ ਲਈ ਲਿੰਕ ਵੀ ਹੈਗਾ ਤੁਸੀਂ ਸਿੱਧਾ ਬੈਚ ਲੈ ਸਕਦੇ ਹੋ ਕੱਲੇ ਮੈਥ ਦਾ ਬੈਚ ਵੀ ਮਿਲ ਜੂਗਾ ਕੱਲੇ ਮੈਥ ਦਾ ਬੈਚ ਹੁਣ ਰਿਕਾਰਡਡ ਸੈਸ਼ਨਸ ਮਿਲਣਗੇ ਕਿਉਂਕਿ ਸਾਰਾ ਸਿਲੇਬਸ ਲਗਭਗ ਖਤਮ ਹੋ ਗਿਆ ਕੱਲੀ ਮੈਂਸੂਰੇਸ਼ਨ ਰਹਿ ਗਈ ਉਹ ਅੱਜ ਕੱਲ ਚੱਲ ਰਹੀ ਹੈ ਡੀਏਵੀ ਨਵੇੜਤੀ ਮੈਂ ਤਾਂ रिकॉर्डेड सेशंस मिल ਜਾਣਗੇ 1000 ਰੁਪਏ ਦੇ ਵਿੱਚ ਤੁਸੀਂ 99 ਦੇ ਵਿੱਚ ਤੁਸੀਂ ਸਾਰੇ ਦਾ ਸਾਰਾ ਕਲਾ ਮੈਥ ਵੀ ਲੈ ਸਕਦੇ ਹੋ ਜੇ ਫੁੱਲ ਸਿਲੇਬਸ ਤੁਸੀਂ ਪਤਾ ਕਰ ਰਹੇ ਹੋ ਤਾਂ ਫੁੱਲ ਸਿਲੇਬਸ 399 ਦੇ ਵਿੱਚ ਉਹ ਵੀ ਹਲੇ ਸਿਲੇਬਸ ਕੁਝ ਹੋ ਗਿਆ ਕੁਝ ਰਹਿ ਗਿਆ 399 ਦੇ ਵਿੱਚ 4000 ਦੇ ਵਿੱਚ ਸਾਰੇ ਦਾ ਸਾਰਾ ਸਿਲੇਬਸ ਮਿਲ ਜੂਗਾ ਹਾਂਜੀ ਤਾਂ ਆਪਾਂ ਸਿਲੇਬਸ ਨੇ ਵੇਚਦੇ ਆ ক্লাস ਓਵਰ ਥੈਂਕ ਯੂ ਹਾਂਜੀ ਨਵੇਂ ਸਾਲ ਦੀਆਂ ਵਧਾਈਆਂ ਸਭ ਨੂੰ ਅਗਲੇ ਸਾਲ ਹੀ ਮਿਲਣਾ ਪਤਾ ਹੁਣ